ਸਾਂਝਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਅੱਜ ਦੇ ਪ੍ਰੋਗਰਾਮ ਰੂਹ ਦੀਆਂ ਗੱਲਾਂ ਦੇ ਵਿੱਚ ਮਨਜੀਤ ਕੌਰ ਕੰਗ ਵੱਲੋਂ ਪਿਆਰ ਅਤੇ ਸਤਿਕਾਰ ਦੇ ਨਾਲ ਸਵਾਗਤ ਹੈ। ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਅਤੇ ਸਲਾਮ ਅਲੈਕਮ। ਗਾਇਕੀ ਅਤੇ ਗੀਤਕਾਰੀ ਦੇ ਖੇਤਰ ਦੇ ਵਿੱਚ ਵਿਰਲੇ ਜਿਹੇ ਨਾਂ ਨੇ ਜਿਨ੍ਹਾਂ ਨੂੰ ਪਰਿਵਾਰਾਂ ਦੇ ਵਿੱਚ ਬੈਠ ਕੇ ਸੁਣਿਆ ਜਾ ਸਕਦਾ, ਮਾਣਿਆ ਜਾ ਸਕਦਾ, ਉਹਨਾਂ ਦੀ ਚਰਚਾ ਕੀਤੀ ਜਾ ਸਕਦੀ ਹੈ, ਉਹਨਾਂ ਦੇ ਗੀਤਾਂ ਦੀਆਂ ਵੀਡੀਓਜ਼ ਦੇਖੀਆਂ ਜਾ ਸਕਦੀਆਂ ਹਨ। ਇਹਨਾਂ ਹੀ ਗਿਣਵੇਂ ਚੁਣਵੇਂ ਕਲਾਕਾਰਾਂ ਦੇ ਵਿੱਚੋਂ ਇੱਕ ਨਾਂ ਹੈ ਸਤਿੰਦਰ ਸਰਤਾਜ ਹੋਰਾਂ ਦਾ। ਬੜੇ ਮਾਣ ਦੀ, ਬੜੇ ਫਖਰ ਦੀ, ਬੜੀ ਖੁਸ਼ੀ ਦੀ ਗੱਲ ਹੈ ਅੱਜ ਦੇ ਪ੍ਰੋਗਰਾਮ ਰੂਹ ਦੀਆਂ ਗੱਲਾਂ ਦੇ ਵਿੱਚ ਸਾਡੇ ਨਾਲ ਕੁਝ ਸਮਾਂ ਕੱਢ ਕੇ ਆਏ ਨੇ। ਉਹਨਾਂ ਦੇ ਨਾਲ ਅਸੀਂ ਰੂਹ ਤੋਂ ਗੱਲਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਸਤਿੰਦਰ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਨੂੰ ਵੇਖਣ ਵਾਲਿਆਂ ਨੂੰ, ਔਰ ਪ੍ਰਮਾਤਮਾ ਕਰੇ ਕਿ ਰੂਹਾਂ ਰਾਜ਼ੀ ਰਹਿਣ ਅਤੇ ਗੱਲਾਂ ਹੁੰਦੀਆਂ ਰਹਿਣ ਜੀ। ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ। ਥੈਂਕ ਯੂ, ਮਾਣ ਹੈ ਸਾਨੂੰ ਤੁਸੀਂ ਸਾਡੇ ਨਾਲ ਬੈਠੇ ਹੋ ਅੱਜ ਇੱਥੇ। ਮਿਹਰਬਾਨੀ ਜੀ। ਅਤੇ ਕਿਵੇਂ ਚੱਲ ਰਿਹਾ ਜੀ ਜ਼ਿੰਦਗੀ ਦਾ ਸਫ਼ਰ, ਗਾਇਕੀ ਦਾ ਸਫ਼ਰ? ਹਾਂ, ਬਹੁਤ ਖੂਬ ਹੈ ਜੀ। ਫਿਲਹਾਲ ਹਵਾਵਾਂ ਰੁਮਕਦੀਆਂ, ਜਦ ਝੱਖੜ ਚੁੱਲੂ ਵੇਖਾਂਗੇ, ਅਜੇ ਕੜਾਕਲ ਦਾ ਹੋਣਾ ਹੈ, ਜਦ ਭਰ ਕੇ ਡੁੱਲੂ ਵੇਖਾਂਗੇ। ਬਸ ਜਿੰਨਾ ਵੀ ਸਫ਼ਰ ਗੁਜ਼ਰਿਆ ਬਹੁਤ ਹਸੀਨ ਸੀ, ਔਰ ਮੇਰੀ ਫਿਤਰਤ 'ਚ ਆ ਕਿ ਮੈਂ ਮੰਗਣ ਨਾਲੋਂ ਸ਼ੁਕਰਾਨਾ ਵੱਧ ਕਰਨ ਦੀ ਕੋਸ਼ਿਸ਼ ਕਰਦਾ। ਅੱਜ ਹੀ ਮੈਂ ਦੋਸਤਾਂ ਨੂੰ ਦੱਸਦਾ ਸੀਗਾ ਕਿ ਜਦੋਂ ਤੁਸੀਂ ਸਾਈਂ ਲਿਖਿਆ ਹੈ ਨਾ, ਉਹਦੇ ਨਾਲ ਹੀ ਮੌਲਾ ਜੀ ਲਿਖਿਆ, ਉਹ ਦੋਨੋਂ ਇਕੱਠੇ ਇਕੱਠੇ ਹੀ ਪੰਨੇ ਨੇ। ਹਾਂਜੀ, ਸੋ ਇਸ ਕਰਕੇ ਕਦੀ ਤੁਸੀਂ ਇਹ ਵੀ ਕਹਿੰਦੇ ਆ, ਸਾਈਂ ਵੀ ਔਖੇ ਸੌਖੇ ਰਾਹਾਂ 'ਚੋਂ ਲੰਘਾਈ, ਅਤੇ ਉਹਦੇ 'ਚ ਇਹ ਵੀ ਲਾਈਨ ਹੈ ਕਿ ਪਾਕ ਸਾਈਂ ਵੀ ਪਾਕ ਸਾਫ਼ ਰੂਹਾਂ ਨੂੰ ਮਿਲਾਈ। ਪਿਛਲੇ ਸੈਚਰਡੇ ਸੰਡੇ ਸੀਗੇ, ਔਰ ਮੈਂ ਪਹਿਲੀ ਵਾਰੀ ਮੋਂਟਰੀਅਲ ਲੈਂਡ ਹੋਇਆ ਸੀ। ਇੰਗਲੈਂਡ ਵਾਇਆ ਦਿੱਲੀ ਤੋਂ ਇੰਗਲੈਂਡ ਸੀਗੇ, ਉੱਥੇ ਇੱਕ ਫੰਕਸ਼ਨ ਸੀ 2 ਦਿਨ ਦਾ ਮਹਾਰਾਜਾ ਦੀਪ ਸਿੰਘ ਹੋਣਾ ਦਾ, ਉੱਥੋਂ ਮੋਂਟਰੀਅਲ। ਅਤੇ ਪਹਿਲੀ ਵਾਰੀ ਪਤਾ ਲੱਗਾ ਕਿ ਏਡਾ ਵੱਡਾ ਸ਼ਹਿਰ ਹੈ, ਏਡਾ ਵੱਡਾ ਏਅਰਪੋਰਟ ਹੈ, ਬੜਾ ਕਰਾਊਡਡ, ਬੜਾ ਹੈਪਨਿੰਗ ਸ਼ਹਿਰ ਸੀਗਾ, ਅਤੇ ਉਹੋ ਜਿਹੇ ਲੋਕ ਹੈ ਉੱਥੇ ਐਂਥੂਸੀਆਸਟਿਕ, ਅਤੇ ਬਹੁਤ ਭਰਮੇ ਹੁੰਗਾਰੇ ਦਿੱਤੇ ਉਹਨਾਂ ਨੇ। ਨੌਜਵਾਨ ਵੀ ਕਾਫੀ ਸੀ, ਹੁਣ ਮਹਿਫਲ 'ਚ ਤੁਹਾਨੂੰ ਪਤਾ ਹੀ ਹੈ ਹਰ ਰੰਗ ਹੁੰਦਾ ਹੈ ਸਾਡੀ ਮਹਿਫਲ ਦਾ। ਅਸੀਂ ਵਡਭਾਗੀ ਹਾਂ ਕਿ ਮੇਰੀ ਆਡੀਅੰਸ ਦਾ ਦਾਇਰਾ 4 ਤੋਂ 94 ਸਾਲ ਦਾ ਹੈਗਾ ਜੀ। ਸੋ ਸਭ ਨੂੰ ਇੰਟਰਟੇਨ ਕਰਨਾ ਵੀ ਤੁਹਾਡਾ ਫਰਜ਼ ਬਣਦਾ, ਅਤੇ ਕੁਛ ਜ਼ਾਹਿਰ ਜੀ ਗੱਲ ਹੈ ਕਿ ਤੁਸੀਂ ਆਪਣੇ ਵਿਰਸੇ ਵਿਰਾਸਤ ਜ਼ੁਬਾਨ ਦੀ ਵੀ ਗੱਲ ਕਰਨੀ। ਸੋ ਇਟ ਵਾਜ਼ ਅਮੇਜ਼ਿੰਗ। ਤੇ ਅਸੀਂ ਹੁਣ ਉਡੀਕ ਰਹੇ ਹਾਂ ਜੀ ਇੱਥੇ ਵੈਨਕੂਵਰ ਦੇ ਵਿੱਚ ਸ਼ੋਅ ਜਿਹੜਾ ਤੁਹਾਡਾ 21 ਨੂੰ ਹੋਣਾ। ਹਾਂਜੀ ਹਾਂਜੀ। ਤੇ ਕੁਈਨ ਐਲਿਜ਼ਾਬੈਥ ਥੀਏਟਰ ਦੇ ਵਿੱਚ ਅਸੀਂ, ਮੈਂ 2-3 ਵਾਰੀ ਪਰਫਾਰਮ ਕਰ ਚੁੱਕਾ ਜੀ ਉੱਥੇ, ਬਹੁਤ ਹੀ ਖੂਬਸੂਰਤ ਥੀਏਟਰ। ਸਾਊਂਡ ਇਕਿਊਪਮੈਂਟਸ ਆਬਵੀਅਸਲੀ ਅਸੀਂ ਸਾਊਂਡ ਇੰਜੀਨੀਅਰ ਨਾਲ ਆਏ ਆ, ਮਿਊਜ਼ੀਸ਼ੀਅਨਸ ਨਾਲ ਹੁੰਦੇ ਆ। ਸੋ ਪਿਛਲੇ 4 ਸਾਲ ਤੋਂ ਮੈਂ ਇਸ ਪਾਸੇ ਬਹੁਤ ਜ਼ਿਆਦਾ ਤਵੱਜੋ ਦੇਣ ਦੀ ਕੋਸ਼ਿਸ਼ ਕੀਤੀ, ਕਿਉਂਕਿ 2 ਵਰ੍ਹਿਆਂ ਬਾਅਦ 3 ਘੰਟੇ ਹੁੰਦੇ ਆ ਸਾਡੇ ਕੋਲ, ਜਿਹਦੇ 'ਚ ਤੁਸੀਂ ਲੋਕਾਂ ਦੇ ਦੀਦਾਰ ਕਰਨੇ ਹੁੰਦੇ, ਤਾਂ ਉਹਨੂੰ ਰਿਝਾਉਣਾ ਹੁੰਦਾ। ਸੋ ਜੇਕਰ ਉਹ 3 ਘੰਟੇ ਵੀ ਤੁਸੀਂ ਮਤਲਬ ਇਸ ਤਰ੍ਹਾਂ ਦੇ ਲੰਘ ਜਾਣ ਕਿ ਲੋਕਾਂ ਨੂੰ ਪਤਾ ਨਾ ਲੱਗੇ ਕੀ ਹੋਇਆ ਕੀ ਨਹੀਂ ਹੋਇਆ, ਸੋ ਮੈਨੂੰ ਲੱਗਦਾ ਦੈਟਸ ਦਾ ਵਰਸਟ ਥਿੰਗ ਫਾਰ ਸ਼ੋਅ ਇੰਡਸਟਰੀ। ਸੋ ਅਸੀਂ ਸੇਮ ਡੇ, ਇੱਕ ਤਾਂ ਓਬਵੀਅਸਲੀ ਇੰਜੀਨੀਅਰਸ ਨਾਲ ਹੈ, ਇਕਿਊਪਮੈਂਟਸ ਦੀ ਪਹਿਲਾਂ ਲਿਸਟ ਦਿੰਦੇ ਹਾਂ, ਟੈਕ ਰਾਈਡਰਸ ਜਾਂਦੇ ਆ ਟੈਕਨੀਕਲੀ ਜੇ ਤੁਸੀਂ ਦੇਖੋ, ਫਿਰ ਅਸੀਂ ਕੱਲ ਨੂੰ ਖੁਦ ਜਾ ਕੇ 2-3 ਘੰਟੇ ਉਹਦਾ ਸਾਊਂਡ ਚੈੱਕ ਹੁੰਦਾ, ਪ੍ਰੋਫੈਸ਼ਨਲਿਜ਼ਮ ਹੁੰਦਾ ਪੂਰਾ ਪ੍ਰੋਪਰ A to Z। ਹਾਂਜੀ, ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਸਾਊਂਡ ਇਜ਼ ਐਵਰੀਥਿੰਗ। ਜੇਕਰ ਤੁਸੀਂ ਲਾਈਵ ਕੌਂਸਰਟ ਕਰਨਾ, ਜੇ ਤੁਹਾਡਾ ਸਾਊਂਡ ਇਕਿਊਪਮੈਂਟ ਅਪਰੋਪਰੀਏਟ ਨਹੀਂ ਹੈਗਾ, ਫਿਰ ਕੋਈ ਫਾਇਦਾ ਨਹੀਂ ਹੈ। ਫਿਰ ਤਾਂ ਲੋਕਾਂ ਨੂੰ ਤੁਸੀਂ ਇਹਦਾ ਮਤਲਬ ਕਿ ਉਹਨਾਂ ਨਾਲ ਧੱਕਾ ਕਰ ਰਹੇ ਹੋ ਤੇ ਧੋਖਾ ਕਰ ਰਹੇ ਹੋ। ਨਹੀਂ, ਫਿਰ ਵੀ ਆਉਣਾ ਹੁੰਦਾ, ਦੁਬਾਰਾ ਵੀ ਆਉਣਾ ਹੁੰਦਾ। ਨਹੀਂ, ਉਹ ਵੀ ਗੱਲ ਹੈ, ਜ਼ਾਹਿਰ ਜੀ ਗੱਲ ਹੈ, ਪਰ ਜਦੋਂ ਇੱਕ ਕੋਈ ਬੰਦਾ ਆ ਅੱਜ, ਜੇਕਰ ਉਹ ਸਰਟਨ ਅਮਾਊਂਟ ਆਫ ਡਾਲਰਸ ਦੀ ਟਿਕਟ ਖਰੀਦ ਕੇ ਜਾਂਦਾ ਤੇ ਪਰਿਵਾਰ ਨੂੰ ਨਾਲ ਲੈ ਕੇ ਜਾਂਦਾ, ਜੇਕਰ ਅਗਲੇ ਨੂੰ ਲੱਗੇ ਯਾਰ ਅੱਛਾ ਪਤਾ ਨਹੀਂ ਲੱਗਿਆ ਕੀ ਕਿਹਾ, ਇਹ ਹੋ ਗਿਆ, ਸੋ ਉਹ ਸਾਡੇ ਲਈ ਵੀ ਬਹੁਤ ਮਾੜੀ ਗੱਲ ਆ। ਮਤਲਬ ਕਿ ਅਸੀਂ ਇਹਦਾ ਮਤਲਬ ਕਿ ਤੁਸੀਂ ਇਨਸਾਫ ਨਹੀਂ ਕਰ ਰਹੇ ਆਪਣੇ ਕਿੱਤੇ ਦੇ ਨਾਲ। ਅੱਛਾ, ਕੁਛ ਬਰੇ ਪਹਿਲਾਂ ਦੀ ਗੱਲ ਹੈ, ਜਦੋਂ ਸਟਾਰਟਿੰਗ ਹੋਈ ਹੈ ਨਾ ਤੁਹਾਡੀ ਜੀ ਸਤਿੰਦਰ, ਉਦੋਂ ਵੀਡੀਓ ਤੁਹਾਡੀ ਆਉਣੀ ਕੋਈ ਕੋਈ ਹੈ ਨਾ, ਤੇ ਮਹਿਫਲ ਦੇ ਵਿੱਚ ਥੋੜੇ ਬੰਦੇ 100-150-200 ਬੰਦਾ ਬੈਠਾ, ਤੇ ਲੋਕਾਂ ਨੇ ਚਰਚਾ ਕਰਨੀ ਸ਼ੁਰੂ ਕਰਤੀ ਉਹ ਜਦੋਂ ਵੀ ਵੀਡੀਓ ਦੇਖਣੀ ਨਾ, ਤੇ ਕਹਿਣਾ ਇੱਕ ਮੁੰਡਾ ਆਉਂਦਾ ਉਹਦਾ ਗੀਤ ਗਾਉਂਦਾ ਤੇ ਲੋਕ ਦੇਖਦੇ ਰਹਿ ਜਾਂਦੇ ਆ, ਬਸ ਹੈ ਉਹ ਕੌਣ ਹੈ ਕੌਣ ਹੈ, ਉਹ ਇੱਦਾਂ ਕਰਦੇ ਕਰਦੇ ਪਤਾ ਲੱਗਿਆ ਵੀ ਸਤਿੰਦਰ ਸਰਤਾਜ ਹੈ। ਇਹਦੇ ਵਿੱਚ ਮੈਨੂੰ ਦੱਸੋ ਵੀ ਕਿਵੇਂ ਕਿਵੇਂ ਇਹ ਸਫ਼ਰ ਹੈ ਜਿਹੜਾ ਤੁਹਾਡਾ, ਉਹਨਾਂ ਮਹਿਫਲਾਂ ਤੋਂ ਉੱਠ ਕੇ ਹੁਣ ਐਡੇ ਵੱਡੇ ਇਕੱਠਾਂ ਦੇ ਵਿੱਚ ਜਾਣਾ ਜੀ? ਮੈਂ ਪੈਦਾਇਸ਼, ਮੇਰੀ ਬੀਇੰਗ ਐਨ ਆਰਟਿਸਟ, ਜਿਵੇਂ ਮੇਰੀ ਪੈਦਾਇਸ਼ ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਦੀ ਹੈ ਜੀ,
ਤੇ ਮੈਂ ਇਸ ਸਾਰੇ ਦਾ ਸਾਰਾ ਸੇਰਾ ਉਸ ਕੈਂਪਸ ਨੂੰ ਦਿੰਦਾ। ਉੱਥੇ ਹੀ ਵੱਡਿਆਂ ਲੋਕਾਂ ਨੂੰ ਮਿਲੇ, ਉੱਥੇ ਹੀ ਪੜ੍ਹੇ, ਉੱਥੇ ਹੀ ਪੜ੍ਹਾਇਆ ਵੀ। ਅਤੇ ਉਹ ਯੂਨੀਵਰਸਿਟੀ ਕੈਂਪਸ ਦੁਨੀਆ ਦਾ ਕੋਈ ਵੀ ਹੋਵੇ, ਉੱਥੇ ਐਜੂਕੇਟਡ ਲੋਕ ਹੁੰਦੇ ਆ ਜੀ, ਅਤੇ ਉਹ ਪੜ੍ਹ ਲਿਖ ਕੇ ਕਿਤੇ ਨਾ ਕਿਤੇ ਅਫਸਰ ਲੱਗਦੇ ਨੇ। ਜਿਵੇਂ ਸਾਡੀ ਯੂਨੀਵਰਸਿਟੀ ਦਾ ਏਸੀ ਜੋਸ਼ੀ ਲਾਇਬ੍ਰੇਰੀ ਦਾ ਜਿਹੜਾ ਥੱਲੇ ਗਰਾਊਂਡ ਫਲੋਰ ਹੈ, ਰਾਤ ਨੂੰ ਵੀ ਖੁੱਲ੍ਹਾ ਹੁੰਦਾ, ਅਤੇ ਮੈਂ ਕਈ ਮੁੰਡੇ ਹੋ ਜਿਹੇ ਦੇਖਦਾ ਜਿਹੜੇ 18-18 ਘੰਟੇ ਜਿਨ੍ਹਾਂ ਦੀ ਸਟੱਡੀ ਹੁੰਦੀ ਸੀ, ਉਹ ਬਾਅਦ 'ਚ PCS ਬਣਦੇ, IAS ਬਣਦੇ ਆ, ਠੀਕ ਹੈ ਜੀ, ਆਫਿਸ ਕੋਈ ਡਿਪਟੀ ਕਮਿਸ਼ਨਰ ਲੱਗਦਾ, ਕੋਈ ਕੁਛ ਲੱਗਦਾ, ਉਹ ਤੁਹਾਡੇ ਨਾਲ ਦੇ ਹੀ ਬੰਦੇ ਹੁੰਦੇ ਆ, ਬੱਚੇ ਹੁੰਦੇ। ਬਿਲਕੁਲ। ਸੋ ਜਿੱਦਾਂ ਜਿੱਦਾਂ ਉਹ ਪੜ੍ਹੀ ਗਏ, ਕਿਸੇ ਦਾ PCS ਕਲੀਅਰ ਹੋ ਗਿਆ, ਕਿਸੇ ਦਾ IAS ਕਲੀਅਰ ਹੋ ਗਿਆ, ਉਹਨਾਂ ਨੂੰ ਪੋਸਟਿੰਗ ਹੋ ਗਈਆਂ, ਫਿਰ ਉਹ ਹੁੰਦਾ ਕਿ ਯਾਰ ਹੁਣ ਖੁਸ਼ੀ ਦਾ ਮੌਕਾ ਆ, ਅਤੇ ਚਲੋ ਆਪਣਾ ਇੱਕ ਮੁੰਡਾ ਹੁੰਦਾ ਸੀ ਗਾਉਂਦਾ, ਚਲੋ ਉਹਨੂੰ ਸੱਦੀਏ। ਇੱਦਾਂ ਹੌਲੀ ਹੌਲੀ ਸ਼ੁਰੂ ਹੋਇਆ। ਮੈਂ ਯੂਨੀਵਰਸਿਟੀ ਪੜ੍ਹਾਉਣਾ ਸ਼ੁਰੂ ਕਰਤਾ ਸੀ MPhil ਤੋਂ ਬਾਅਦ, ਜਿੱਦਾਂ ਮੈਂ ਡਾਕਟਰੇਟ ਸ਼ੁਰੂ ਕੀਤੀ, ਨਾਲ ਦੀ ਨਾਲ PA ਪੜ੍ਹਾਉਣਾ ਵੀ ਸ਼ੁਰੂ ਕਰਤਾ। ਅਤੇ ਜਿਹੜੇ ਮੇਰੇ ਸਟੂਡੈਂਟ ਹੁੰਦੇ ਸੀ, ਓਬਵੀਅਸਲੀ ਤੁਸੀਂ ਹਾਣੀ ਹੁੰਦੇ ਆ, ਮੈਂ MA ਕਰਕੇ ਹਟਿਆ, ਉਹ MA ਕਰ ਰਹੇ ਨੇ, ਠੀਕ ਹੈ। ਸੋ ਮੈਂ ਉਹਨੂੰ ਕਹਿਣਾ ਯਾਰ 3-4 ਜਾਣੇ ਚਲੋ ਚਲੀਏ, ਤੂੰ ਹਾਰਮੋਨੀਅਮ ਵਜਾ ਲਈ, ਤੂੰ ਢੋਲਕ ਵਜਾ ਲਈ, ਸਰ ਆਪਾਂ ਅੱਜ ਉੱਥੇ ਗੁਰਜੀਤ ਦੇ ਜਾਣਾ, ਜਾਂ ਆਪਾਂ ਅੱਜ ਉੱਥੇ ਜਾਣਾ, ਮਾਨਸੇ ਜਾਣਾ, ਜਾਂ ਬਠਿੰਡੇ ਜਾਣਾ, ਅੱਜ ਪੋਸਟਿੰਗ ਹੋਈ ਹੈ ਜਾਂ ਕੁਛ ਹੋਈ ਹੈ, ਇੱਦਾਂ ਹੌਲੀ ਹੌਲੀ। ਮਤਲਬ ਕਿ ਮੈਂ ਇੱਕ ਗਾਣਾ ਸੀਗਾ ਸਾਡਾ, ਲੈ ਕੇ ਚਿਮਟਾ ਚੁਬਾਰੇ ਵਿੱਚ ਗੀਤ ਗਾਉਂਦੇ ਨੇ ਜੀ, ਲੈ ਕੇ ਚਿਮਟਾ ਉਹ ਮੱਲੋ ਜ਼ੋਰੀ ਕਹਿੰਦੇ ਪੈਗ ਲਾ ਸਤਿੰਦਰਾ, ਨਹੀਂ ਤੇ ਸਾਰੀ ਰਾਤ ਗਾਈ ਜਾ ਸਤਿੰਦਰਾ, ਉਹ ਚੱਲ ਸ਼ੇਰ ਹੀ ਸੁਣਾਈ ਜਾ ਸਤਿੰਦਰਾ, ਹੁਣ ਜਿੱਥੇ ਜਾਂਦੇ ਜਾ ਕੇ ਸਿਫਤਾਂ ਸੁਣਾਉਂਦੇ ਨੇ ਜੀ, ਹੁਣ ਦੂਰੋਂ 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 ਮਹਿਫਲਾਂ ਦੇ ਸੱਦੇ ਆਉਂਦੇ ਨੇ ਜੀ, ਹੁਣ ਦੂਰੋਂ ਦੂਰੋਂ। ਸੋ ਉਸ ਛੋਟੀਆਂ ਛੋਟੀਆਂ ਮਹਿਫਲਾਂ ਤੋਂ ਉਹ ਵਸੀਹ ਹੁੰਦਾ ਗਿਆ, ਉਹਨਾਂ ਦਾ ਦਾਇਰਾ 20 ਤੋਂ 50 ਹੋ ਗਿਆ, 50 ਤੋਂ 200 ਹੋ ਗਿਆ, 200 ਤੋਂ 1000 ਹੋ ਗਿਆ। ਫਿਰ ਕਿਸੇ ਨੇ ਇੱਥੇ ਸਾਡਾ ਵੀਡੀਓ ਦੇਖਿਆ, ਅਤੇ ਉਹਨਾਂ ਨੂੰ ਲੱਗਿਆ ਕਿ ਯਾਰ ਇਹ ਮੁੰਡਾ, ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਇੱਥੇ ਹੋਵੋਗੇ, ਉਹ ਜ਼ਾਹਿਰ ਜੀ ਗੱਲ ਹੈ 2009 'ਚ ਵੀ, ਅਤੇ ਉਹ ਕਹਿੰਦੇ ਕਿ ਅੱਛਾ ਅਸੀਂ ਤੁਹਾਡੇ ਸ਼ੋਅਜ਼ ਕਰਾਉਣੇ ਨੇ। ਅਤੇ ਮੈਂ ਕਿਹਾ, ਮੈਨੂੰ ਉਹ ਅੱਜ ਵੀ ਕਾਲ ਯਾਦ ਆ, ਮੈਂ ਯੂਨੀਵਰਸਿਟੀ ਸਾਡਾ ਸਟੂਡੈਂਟ ਸੈਂਟਰ ਆ, ਉੱਥੇ ਅਰਲੇ ਪਾਸੇ ਆਮ ਬਿਆ, ਉਹਦੇ ਥੱਲੇ ਖੜ੍ਹਾ ਸੀ ਮੈਂ, ਅਤੇ ਮੈਨੂੰ ਮਾਲ ਸਾਹਿਬ ਦੀ ਕਾਲ ਗਈ, ਅਤੇ ਅੱਛਾ ਯਾਰ ਅਸੀਂ ਤੁਹਾਡਾ ਗਾਣਾ ਸੁਣਿਆ, ਬਹੁਤ ਸੋਹਣਾ, ਤੁਹਾਡੇ ਸ਼ੋਅ ਕਰਾਉਣੇ ਆ ਅਸੀਂ। ਇਕਬਾਲ ਮਾਲ ਸਾਹਿਬ? ਹਾਂਜੀ ਹਾਂਜੀ। ਅਤੇ ਮੈਂ ਕਿਹਾ ਅੱਛਾ ਜੀ ਠੀਕ ਆ, ਜ਼ਰੂਰ ਬੰਦੇ ਨੂੰ ਹੁੰਦਾ ਹੀ ਆ ਕਿ ਅੱਛਾ ਯਾਰ ਤੁਹਾਡੇ ਸ਼ੋਅ ਹੋਣਗੇ ਕੈਨੇਡਾ 'ਚ, ਮੈਂ ਪਹਿਲੀ ਵਾਰੀ ਕਦੀ ਗਿਆ ਨਹੀਂ ਸੀ ਬਾਹਰ। ਅਤੇ ਉਸ ਤੋਂ ਬਾਅਦ ਜੋ ਫੋਨ ਰੱਖਿਆ, ਅਤੇ ਸ਼ਾਇਰ ਦੇ ਲੈ ਉਹਨੂੰ ਉਮਾਹ ਹੋਊਗਾ ਫਿਰ ਵੀ ਲਿਖੂਗਾ, ਪੇਨ ਹੋਊਗੀ ਤਾਂ ਵੀ ਲਿਖੂਗਾ। ਤੇ ਮੈਂ ਉਹ ਗਾਣਾ ਉਸ ਦਿਨ ਉੱਥੇ ਲਿਖਿਆ ਸੀਗਾ ਕਿ ਹੁਣ ਦੇਰ ਨਹੀਂ ਦੇਣਾ ਚ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ, ਕਿ ਲਾ ਲੈ ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਛੱਲੇ, ਸੱਤ ਸਾਗਰਾਂ ਤੋਂ ਪਾਰ ਸਰਤਾਜ ਤੇਰੀ ਪੁੱਜੀ ਫਨਕਾਰੀ, ਉਹ ਮੇਰਾ ਦਿਲੋਂ ਸਤਕਾਰ ਜਿਨਾ ਇਹੋ ਜਿਹੀ ਕਲਾ ਸਤਕਾਰੀ, ਜ਼ਰਾ ਸਾਂਭੇ ਉਹ ਪਿੱਛੋਂ ਕਿ ਹੁਣ ਯਾਰ ਤਾਂ ਉਡਾਰੀ ਮਾਰ ਚੱਲੇ। ਸੋ ਦੋਸਤਾਂ ਨੂੰ ਕਿਹਾ ਕਿ ਮੈਂ ਆਇਆ, ਤੁਸੀਂ ਜ਼ਰਾ ਸਾਂਭ ਕੇ ਰੱਖੋ। ਉਹ ਜਿਵੇਂ ਜਿਵੇਂ ਹੁੰਦਾ ਗਿਆ ਉਵੇਂ ਉਵੇਂ ਲਿਖਦੇ ਗਏ ਨਾਲ ਦੀ ਨਾਲ ਸਾਰਾ ਕੁਝ। ਮੈਨੂੰ ਯਾਦ ਹੈ ਮੈਂ ਪਹਿਲੀ ਵਾਰ ਤੁਹਾਡੀ ਵੀਡੀਓ ਦੇਖੀ ਨਾ, ਜਦੋਂ ਤੇ ਮੈਂ ਇੰਨੀ ਐਕਸਾਈਟਿਡ ਸੀ, ਮੈਂ ਵੇਟ ਨਹੀਂ ਕਰ ਸਕੀ ਆਪਣੇ ਜੀਵਨ ਸਾਥੀ ਦੇ ਘਰ ਆਉਣ ਦੀ, ਫੋਨ ਕੀਤਾ ਉਹਨਾਂ ਨੂੰ। ਇੱਕ ਕਲਾਕਾਰ ਮੁੰਡਾ, ਮੈਂ ਕਿਹਾ ਵੀ ਮਹਿਫਲਾਂ 'ਚ ਗਾਉਂਦਾ, ਬੜਾ ਸੋਹਣਾ ਗਾਉਂਦਾ, ਉਹ ਕਹਿੰਦੇ ਮੈਨੂੰ ਵੀਡੀਓ ਭੇਜੀ, ਤੇ ਉਹ ਕਹਿੰਦੇ ਅਸੀਂ ਸੁਣੀ ਆ ਕੰਮ ਤੇ ਮੁੰਡਿਆਂ ਨੇ ਇਕੱਠਿਆਂ ਨੇ। ਮੈਨੂੰ ਹੋਰ ਵੀ ਖੁਸ਼ੀ ਹੋਈ। ਮੈਨੂੰ ਇਹ ਲੱਗਦਾ ਕਿ ਕੈਨੇਡਾ ਉਹ ਪਹਿਲੀ ਵਾਹਿਦ ਕੰਟਰੀ ਸੀ ਜਿਹਨਾਂ ਨੇ ਸਤਿੰਦਰਪਾਲ ਸਿੰਘ ਨੂੰ ਸਰਤਾਜ ਬਣਾਇਆ। ਮੈਂ ਉਦੋਂ 2009 'ਚ, ਮੈਂ ਹੁਣ ਵੀ ਅਸੀਂ ਜਦ ਇਹਦਾ ਪ੍ਰੋਮੋ ਸ਼ੂਟ ਕਰਨਾ ਸੀ, ਅਤੇ ਮੈਨੂੰ ਕਹਿੰਦੇ ਤੁਸੀਂ ਕੁਛ ਬਣਾ ਕੇ ਭੇਜ ਦਿਓ ਕਿ ਤੁਹਾਡਾ ਕੈਨੇਡਾ ਟੂਰ ਆ, ਅਤੇ ਮੈਂ ਲਿਖਿਆ ਕਿ 9 ਸਾਲ ਹੋ ਗਏ ਮੈਨੂੰ, ਅੱਜ ਵੀ ਇਹ ਯਾਦ, ਜਦੋਂ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਟੋਰੋਂਟੋ 'ਚ ਮੈਂ ਲੈਂਡ ਹੋਇਆ ਸੀ, ਅਤੇ ਉੱਥੋਂ ਬਾਹਰ ਨਿਕਲੇ, ਅਤੇ ਅਪ੍ਰੈਲ ਦਾ ਮਹੀਨਾ ਸੀ, ਅਤੇ ਮਾੜੀ ਮਾੜੀ ਠੰਡ ਸੀ, ਧੁੱਪ ਵੀ ਹਾਲੇ ਡਿੱਗੀ ਨਹੀਂ ਸੀ ਸਾਰੀ, ਮੈਨੂੰ ਉਹ ਕਾਰ ਦਾ ਨਜ਼ਾਰਾ ਅੱਜ ਵੀ ਯਾਦ ਆ, ਅਤੇ ਮੈਂ ਲਿਖਿਆ ਕਿ 9 ਸਾਲ ਹੋ ਗਏ ਮੈਨੂੰ, ਅੱਜ ਵੀ ਇਹ ਯਾਦ, ਜਦੋਂ ਰੱਖਿਆ ਸੀ ਪਹਿਲੀ ਵਾਰੀ ਪੈਰ ਮੈਂ ਦੁਨੀਆ ਦੇ ਵਿੱਚ, ਜਿਹਨੂੰ ਦੂਸਰਾ ਪੰਜਾਬ ਕਹਿੰਦੇ ਵੇਖੇ, ਉਹਦੇ ਸਾਰੇ ਸੋਹਣੇ ਸ਼ਹਿਰ ਮੈਂ ਸਰੀ, ਕੈਲਗਰੀ, ਐਡਮਿੰਟਨ, ਟੋਰੋਂਟੋ, ਵਿਨੀਪੈਗ ਅਤੇ ਮੌਂਟਰੀਆਲ ਨੂੰ ਮੇਰੇ ਵੱਲੋਂ ਕਰਿਓ ਕਬੂਲ ਇਹੋ ਨਿੱਘੀ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਨੂੰ, ਗੀਤਾਂ ਮੇਰਿਆਂ ਨੂੰ ਤੁਸੀਂ ਨਾਲ ਨਾਲ ਗਾਇਆ, ਸਦਾ ਨਾਜ਼ ਨਾਲ ਦੱਸੀ ਦਾ ਜਹਾਨ ਨੂੰ, ਇਸ ਵਾਰੇ ਫਿਰ ਮੈਂ ਜੁਲਾਈ ਵਿੱਚ ਆਉਣਾ, ਥੋੜਾ ਸਮਾਂ ਦੇਣਾ ਫਿਰ ਮਹਿਮਾਨ ਨੂੰ। ਸੋ ਜੁਲਾਈ ਦੇ ਵਿੱਚ ਅਸੀਂ ਫਿਰ ਆ ਗਏ, 21 ਜੁਲਾਈ ਨੂੰ ਗੱਲ ਸ਼ਾਇਰੀ ਚ ਕਰਦੇ ਹੋ। ਹਾਂਜੀ, 21 ਜੁਲਾਈ ਕਿੱਡਾ ਖੂਬਸੂਰਤ ਦਿਨ ਹੈ ਜੀ। ਦੇਖੋ ਮੈਂ ਕਹਿੰਦਾ ਕਿ 21 ਜੁਲਾਈ 2017 ਨੂੰ, 21 ਜੁਲਾਈ 2017 ਨੂੰ ਦ ਬਲੈਕ ਪ੍ਰਿੰਸ ਦਾ ਥੀਏਟਰ ਰਿਲੀਜ਼ ਹੋਇਆ ਸੀ, ਗਲੋਬਲੀ ਫਿਲਮ ਰਿਲੀਜ਼ ਹੋਈ ਸੀ, ਅਤੇ ਹੁਣ ਅਗਲੀ 21 ਜੁਲਾਈ, ਮਤਲਬ 1 ਸਾਲ ਬਾਅਦ, ਅਸੀਂ ਕੁਈਨ ਐਲਿਜ਼ਾਬੈਥ ਥੀਏਟਰ ਦੇ ਵਿੱਚ ਪਰਫੋਰਮ ਕਰ ਰਹੇ ਹਾਂ। ਇਹ ਉਹੀ ਡਾਊਨਟਾਊਨ ਆ ਜਿੱਥੇ ਅਸੀਂ ਉਹਦਾ ਪ੍ਰੀਮੀਅਰ ਕੀਤਾ ਸੀ ਬਲੈਕ ਪ੍ਰਿੰਸ ਦੇ ਲਈ। ਸੋ ਤੁਹਾਨੂੰ ਸਾਰਿਆਂ ਨੂੰ ਅਸੀਂ ਸੱਦਾ ਦੇਣ ਵੀ ਆਏ ਹਾਂ,
जी बिल्कुल। अच्छा फिल्म की गल भी आप करेंगे अगे चल के थोड़ी बहुती, मैं जरूर थोड़ा तजर्बा किदां दा रहा। जी तुसीं फुल्लां दी गल बहुत करदे हो, पंछियां दी, दरख्तां दी, कुछ जी इहो जिहे लफ़्ज़ जिहड़े गुआच गए सीगे एक किस्म दे नाल, जी तुसीं उह गायकी दे विच फिर लिया के उह परोते एक जी किस्म नाल, लोकां नूं तां वी चंगी लगी तुहाडी शायरी है जिहड़ी, बहुत कुछ नवां तुसीं उहदे विच। हाँ जी अच्छा इहदे बारे मैनूं दस्सो वी नेचर दे नाल तुहाडा बहुत ज़्यादा लगाव है, एक तां मैनूं ऐं झलकदा हाँ जी हाँ तुहाडी, जी है ना? बिल्कुल। मेरा पिछोकड़ खेतीबाड़ी है जी, हाँ और साडा डिस्ट्रिक्ट हुशियारपुर होण करके नीम पहाड़ी इलाका है। शिवालिक दी पहाड़ियां दी रेंज खत्म हुंदी है ते साडे पिंड शुरू हुंदे है। ਉਹ ਐਸਾ ਪਿੰਡ ਹੈ ਜਿੱਥੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਕਦੀ ਆਪਣੇ ਦੋਸਤ ਜੋਗਿੰਦਰ ਬਾਹਰਲਾ ਨੂੰ ਮਿਲਣ ਆਉਂਦੇ ਹੁੰਦੇ ਸੀ ਅਤੇ ਚੋ ਥੱਲੇ ਬੈਠ ਕੇ ਉਹ ਸ਼ਰਾਬ ਪੀਂਦੇ ਹੁੰਦੇ ਸੀ, ਅਤੇ ਉਹਨਾਂ ਨੇ ਉਹਨੂੰ ਕਹਿਣਾ ਕਿ ਜਿੱਥੇ ਇਸ ਤਰ੍ਹਾਂ ਦੇ ਵਗਦੇ ਨੇ ਚੋ ਨਹੀਂ ਉੱਥੇ ਮੇਰਾ ਯਾਰ ਵੱਸਦਾ, ਜਿੱਥੇ ਲੰਘਦੀ ਹੈ ਪੌਣ ਵੀ ਖਲੋ ਨਹੀਂ ਉੱਥੇ ਮੇਰਾ ਯਾਰ ਵੱਸਦਾ। ਉਹ ਚੋ ਜਿਹੜਾ ਹੈ ਚੱਬੇਵਾਲ ਅਤੇ ਬਜਰੌਰ ਦੇ ਵਿਚਲਾ ਚੋ ਹੈ ਜੀ ਉਹ। ਸੋ ਮੇਰੇ 'ਤੇ ਇਲਾਕੇ ਦੀ ਫਿਤਰਤ ਦਾ ਅਸਰ ਹੈ, ਜ਼ਾਹਿਰ ਜੀ ਗੱਲ ਆ, ਮੇਰੇ ਪਿਛੋਕੜ ਦਾ, ਮੇਰੀ ਖੇਤੀਬਾੜੀ ਦਾ, ਪਰਿਵਾਰ ਦਾ ਅਸਰ ਆ, ਕਿਉਂਕਿ ਮੈਂ ਖੁਦ ਹੱਥੀਂ ਖੇਤੀਬਾੜੀ ਕੀਤੀ ਆ, ਕਣਕਾਂ ਵੱਢੀਆਂ, ਤੂੜੀਆਂ ਲਿਆਂਦੀਆਂ, ਸਾਰਾ ਕੁਝ ਕੀਤਾ। ਮੈਨੂੰ ਬੜਾ ਫਖਰ ਨਾਲ, ਮੈਂ ਕਿਤੇ ਵੀ ਇੰਟਰਨੈਸ਼ਨਲੀ ਤੁਸੀਂ ਰਿਪ੍ਰਜੈਂਟ ਕਰਦੇ ਆ ਆਪਣੇ ਆਪ ਨੂੰ, ਅਤੇ ਮੈਂ ਫਖਰ ਨਾਲ ਦੱਸਦਾ ਇਹ ਚੀਜ਼ਾਂ। ਇਸੇ ਕਰਕੇ ਪਹਿਆਂ ਬੰਨਿਆਂ ਫਸਲਾਂ ਰੁੱਤਾਂ ਗੀਤਾਂ ਦੀ ਚਰਚਾ ਮੇਰੀਆਂ ਮਿਲਦੀ ਹੈ, ਆਮ 'ਚ ਮੇਰੀ 'ਚ ਮਿਲ ਜਾਂਦੀ ਹੈ, ਕਿਉਂਕਿ ਤੁਸੀਂ ਹੰਢਾਇਆ ਹੁੰਦਾ ਆਪ। ਮੋਤੀਆ ਚਮੇਲੀ ਬੇਲਾ ਕੇਤਕੀ ਧਰੇਕ ਫੁੱਲ ਤਾਰਾ ਮੀਰਾ ਸਰੋਂ 'ਤੇ ਫਲਾਈ ਦੇ ਕੇਸੂ ਪਚਨਾਰ ਨੀ ਸ਼ਰੀਂ ਅਤੇ ਅਮਲਦਾਸ ਤੇਰੇ ਦੇ ਹੀ ਖੇਤਾਂ 'ਚ ਉਗਾਈ ਦੇ। ਉਹ ਚੀਜ਼ਾਂ ਮੇਰੇ ਜ਼ਹਿਨ 'ਚ ਆ, ਮੇਰੀ ਸਾਈਕ ਮਤਲਬ ਸਭ ਕੌਨਸ਼ੀਅਸ 'ਚ ਵੀ ਬੈਠੀਆਂ ਹੋਣਗੀਆਂ ਕਿਤੇ ਨਾ ਕਿਤੇ। ਜੇ ਮੈਂ ਬਿਜੜੇ ਦੀ ਗੱਲ ਕਰ ਰਿਹਾ ਕਿ ਮੈਂ ਬਿਜੜੇ ਬਾਰੇ ਸੁਣਿਆ, ਉਸ ਤੀਲਾ ਤੀਲਾ ਚੁਣਿਆ, ਉਹ ਕਾਰੀਗਰ ਮਤਵਾਲਾ ਜਿਸ ਅਜਬ ਆਲਣਾ ਬੁਣਿਆ, ਰੱਬ ਵੀ ਉਸਦੀ ਕਲਾ ਵੇਖਦਾ, ਬਹਿ ਬਿਰਖਾਂ ਦੇ ਓਹਲੇ, ਕੂੰਜ ਬਬੀਹੇ ਤਿਲੀਅਰ ਮੈਨਾ, ਕੋਇਲ ਅਤੇ ਮਬੋਲੇ, ਇਹ ਜਦ ਬੋਲਣ ਇੰਝ ਲੱਗਦਾ ਏ ਖੁਦ ਕੁਦਰਤ ਹੀ ਬੋਲੇ। ਸੋ ਕਿਉਂਕਿ ਅੰਬਾਂ ਦਾ ਇਲਾਕਾ ਹੈ ਦੁਆਬਾ, ਅਸੀਂ ਅੰਬਾਂ ਦੀ ਰਾਖੀ ਕਰਨ ਜਾਣਾ ਅਤੇ ਕੋਇਲਾਂ ਬੋਲਣੀਆਂ, ਬਾਰਿਸ਼ ਹੋਣੀ ਅਤੇ ਕਿਤੇ ਲੁਕ ਜਾਣਾ, ਸੋ ਉਹ ਸਾਰੀਆਂ ਜਿਹੜੀ ਚੀਜ਼ਾਂ ਆ ਉਹ ਮੇਰੇ ਗੀਤਾਂ 'ਚ ਵੱਸ ਗਈਆਂ ਮੇਰੇ ਖਿਆਲ। ਅੱਛਾ ਇੱਕ ਗਾਇਕ ਦਾ, ਇੱਕ ਗੀਤਕਾਰ ਦਾ ਅਤੇ ਇੱਕ ਸਰੋਤੇ ਦਾ ਹਾਂਜੀ ਕੀ ਫਰਜ਼ ਹੈ? ਫਰਜ਼, ਹਾਂ ਮੈਂ ਫਰਜ਼ ਪੁੱਛਣਾ ਚਾਹੁੰਦੀ ਹਾਂ ਤੁਹਾਨੂੰ। ਇਹ ਤਾਂ ਬੜਾ ਸਟਰੋਂਗ ਕੁਐਸਚਨ ਹੈ। ਫਰਜ਼ ਦੇਖੋ, ਕਿਉਂਕਿ ਅਸੀਂ ਆਪਣੇ ਆਪ ਨੂੰ ਬਰੀ ਕਰਦੇ ਰਹਿੰਦੇ ਹਾਂ, ਸੁਣਨ ਵਾਲਾ ਕਹਿੰਦਾ ਵੀ ਭਾਈ ਜੇ ਗਾਉਣ ਵਾਲਾ ਨਾ ਗਾਵੇ ਤੇ ਅੱਛਾ ਲਿਖਣ ਵਾਲਾ ਨਾ ਲਿਖੇ ਤੇ ਅਸੀਂ ਨਾ ਸੁਣੀਏ, ਠੀਕ ਹੈ ਨਾ? ਓਕੇ, ਅੱਛਾ ਉਸ ਨਜ਼ਰੀਏ ਨਾਲ ਪੁੱਛ ਰਹੇ ਹੋ? ਹਾਂ ਮੈਂ ਉਸੇ ਹਿਸਾਬ ਨਾਲ ਚੰਗੀ ਮਾੜੀ ਗਾਇਕੀ ਦੀ ਗੱਲ ਕਰ ਰਹੇ। ਹਾਂ ਬਿਲਕੁਲ, ਅੱਛਾ ਇੱਕ ਗੀਤਕਾਰ ਦਾ, ਇੱਕ ਗਾਇਕ ਦਾ ਤੇ ਇੱਕ ਸਰੋਤੇ ਦਾ। ਦੇਖੋ ਮੈਨੂੰ ਲੱਗਦਾ ਕਿ ਇਕੁਅਲੀ ਸਾਰੇ ਹੀ ਜ਼ਿੰਮੇਦਾਰ ਨੇ। ਅੱਛਾ, ਜੇ ਤੁਸੀਂ ਸਿਰਫ ਰਾਈਟਰ ਸਿੰਗਰ ਨੂੰ ਕਹੋਗੇ ਤਾਂ ਵੀ ਗਲਤ ਆ, ਜੇ ਤੁਸੀਂ ਸਿਰਫ ਸਰੋਤੇ ਨੂੰ ਕਹੋਗੇ ਉਹ ਤਾਂ ਓਬਵੀਅਸਲੀ ਗਲਤ ਆ। ਕਿਸੇ ਵੀ ਚੀਜ਼ ਦੀ ਜਦੋਂ ਖਰੀਦਦਾਰੀ ਹੁੰਦੀ ਨਾ ਜੀ, ਉਹਦੀ ਪ੍ਰੋਡਕਸ਼ਨ ਉਦੋਂ ਹੀ ਹੁੰਦੀ ਹੈ। ਬਿਲਕੁਲ, ਜਦੋਂ ਤੁਸੀਂ ਕਿਸੇ ਸ਼ਾਇਰ ਨੂੰ, ਕਿਸੇ ਗਵੱਈਏ ਨੂੰ ਪੁੱਛੋਗੇ, ਉਹ ਕਹੂਗਾ ਯਾਰ ਇਹ ਸੁਣਦੇ ਹੀ ਇਹ ਆ ਤਾਂ ਹੀ ਬਣਦਾ। ਉਹ ਜੇ ਇੰਨੀ ਜ਼ਿਆਦਾ ਉਹਦੀ ਤਾਰੀਫ ਕਹਿ ਲਓ ਜਾਂ ਉਹਨੂੰ ਵਿਊਜ਼ ਕਹਿ ਲਓ ਇਨ ਯੂਟਿਊਬ ਸੈਂਸ, ਜੇ ਤੁਸੀਂ ਕਹੋਗੇ ਕਿ ਯਾਰ ਜੇਕਰ ਉਹਨੂੰ ਇੰਨਾ ਜ਼ਿਆਦਾ ਦੇਖਿਆ ਜਾਂਦਾ ਤਾਂ ਅਸੀਂ ਜ਼ਾਹਰ ਜੀ ਗੱਲ ਇਹੋ ਜਿਹੇ ਗੀਤ ਬਣਾਵਾਂਗੇ। ਹੁਣ ਤੁਸੀਂ ਸਤਿੰਦਰ ਸਰਤਾਜ ਦੇ ਗੀਤ ਆ, ਉਹ ਤਾਂ ਵਿਚਾਰੇ ਕਿਸੇ ਦੇਖੇ ਨਹੀਂ ਜਾਂਦੇ ਕਿਸੇ ਨੇ ਨਾ, ਇੰਨੇ ਜ਼ਿਆਦਾ ਦੇਖਦੇ ਨਹੀਂ, ਤਾਂ ਅਸੀਂ ਉਹਦੇ ਵਰਗਾ ਕਿਉਂ ਗਾਈਏ? ਕਿਉਂਕਿ ਉਹ ਇੰਨੇ ਜ਼ਿਆਦਾ ਹਿੱਟ ਨਹੀਂ ਹੈਗੇ ਔਨਲਾਈਨ, ਹੈ ਨਾ? ਪਰ ਦੂਜੀ ਗੱਲ ਆ ਜਾਂਦੀ ਪ੍ਰਾਇਓਰਿਟੀ ਦੀ। ਇੱਕ ਸਰਟਨ ਅਮਾਊਂਟ ਆਫ ਏਜ ਤੋਂ ਬਾਅਦ ਤੁਹਾਡੀ ਜ਼ਿੰਦਗੀ ਦੀਆਂ ਪ੍ਰਾਇਓਰਿਟੀਜ਼ ਚੇਂਜ ਹੁੰਦੀਆਂ ਨੇ। ਜਿੱਦਾਂ ਮੈਂ ਕਹਿ ਸਕਿਆ ਕਿ ਕਿਸੇ ਕਲਾ ਦੀ ਦਾਤ ਅਸਲ ਵਿੱਚ ਰੱਬੀ ਹੁੰਦੀ ਹੈ, ਅਕਲ ਆਉਣ ਦੀ ਉਮਰ ਆਖਰੀ 26 ਹੁੰਦੀ ਹੈ, ਠੀਕ ਹੈ? ਸੋ ਕਈਆਂ ਨੂੰ ਆਸ ਛੱਡ ਦੇਣੀ ਚਾਹੀਦੀ ਹੈ। ਨਹੀਂ ਚਲੋ, ਇੱਕ ਨਿਵੇਂ ਮੁਹਾਵਰੇ ਨਹੀਂ ਬਣੇ ਹੁੰਦੇ, ਤੋ ਇਹ ਉਦਾਂ ਦੀ ਗੱਲ ਆ। ਵੈਸੇ ਇਹ ਨਹੀਂ ਗੱਲ, ਐਕਸੈਪਸ਼ਨਲਸ ਆਰ ਆਲਵੇਜ਼ ਦੇਅਰ, ਹੁੰਦਾ ਹੀ ਆ ਉਸ ਤੋਂ ਬਾਅਦ ਵੀ। ਪਰ ਇੱਕ ਹੁੰਦਾ ਕਿ ਜੇ ਤੁਹਾਨੂੰ 26 ਸਾਲਾਂ ਤੱਕ ਇਕੱਲੀਆਂ ਹੀ ਫਿਰ ਲੱਗਦਾ ਕਿ ਨਹੀਂ ਇਹੋ ਜਿਹਾ ਹੀ ਰਹਿਣਾ, ਠੀਕ ਹੈ ਨਾ? ਵੱਧ ਤੋਂ ਵੱਧ ਤੁਸੀਂ ਸਾਲ ਦੋ ਸਾਲ ਹੋਰ ਜੋੜ ਦਿਓ ਨਾਲ। ਬਟ ਉਹਨੂੰ ਮੈਂ ਅਕਲਮੰਦੀ ਇਸ ਕਰਕੇ ਨਹੀਂ ਕਹਿ ਰਿਹਾ ਕਿ ਅੱਛਾ ਚੰਗੇ ਗੀਤ ਸੁਣਦਾ ਮਾੜੇ ਸੁਣਦਾ। ਕਿਸੇ ਵੀ ਚੀਜ਼ ਦੀ ਇੱਕ ਉਹਦੀ ਫਿਕਸ ਧਾਰਨਾ ਬਣ ਜਾਂਦੀ ਕਿ ਯਾਰ ਇਹ ਚੀਜ਼ ਇਸ ਤਰ੍ਹਾਂ ਦੀ, ਇਹ ਇਸ ਤਰ੍ਹਾਂ ਦੀ, ਇਸ ਤਰ੍ਹਾਂ ਦੀ। ਸੋ ਸਾਡੀ ਜਿਹੜੀ ਆਡੀਅੰਸ ਹੈ 35 ਤੋਂ ਪਲੱਸ ਸ਼ੁਰੂ ਹੁੰਦੀ ਹੈ। ਤੁਸੀਂ ਕਦੀ, ਅਸੀਂ ਡਾਟਾ ਜਿੱਦਾਂ ਤੁਹਾਨੂੰ ਮੁੰਡਾ ਦੱਸ ਰਿਹਾ ਸੀਗਾ ਕਿ ਡਿਟੇਲਡ ਤੁਹਾਡੇ ਕੋਲ ਸਰਵੇ ਹੁੰਦੇ ਆ ਕਿ ਤੁਹਾਡੀ ਆਡੀਅੰਸ ਕਿਹੋ ਜਿਹੀ ਆ, ਔਨਲਾਈਨ ਟਿਕਟ ਕੌਣ ਖਰੀਦਦਾ, ਫਰੰਟ ਰੋਜ਼ ਜ਼ਿਆਦਾ ਵਿਕਦੀਆਂ ਨੇ ਕਿ ਬਾਲਕੋਨੀ ਜ਼ਿਆਦਾ ਵਿਕਦੀ। ਹੁਣ ਸਾਡੇ ਸ਼ੋਜ਼ ਦੇ ਵਿੱਚ ਸਭ ਤੋਂ ਜ਼ਿਆਦਾ ਫਰੰਟ ਰੋਜ਼ ਸਭ ਤੋਂ ਪਹਿਲਾਂ ਸੋਲਡ ਆਊਟ ਹੁੰਦੀ ਹੈ, ਫਿਰ ਹੌਲੀ ਹੌਲੀ ਪਿੱਛੇ ਨੂੰ ਜਾਂਦੀ ਹੈ। ਕਿ ਇਹੋ ਜਿਹੇ ਸ਼ੋਜ਼ ਹੁੰਦੇ ਹੋਣੇ ਜਿਹਨਾਂ ਦੀ ਪਹਿਲਾਂ ਬਾਲਕੋਨੀ ਜਾਂ ਜਿਹਨੂੰ ਤੁਸੀਂ ਕਹਿ ਲਓ ਕਿ ਉਹ ਟਿਕਟ ਆ, ਉਹ ਪਹਿਲਾਂ ਸੈਲ ਹੁੰਦੀ ਹੈ, ਫਿਰ ਸੋਲੀ ਸੋਲੀ ਉਹ ਆਪ ਪਾਉਂਦੇ ਆ। ਸੋ ਇਹ ਨੇਚਰ 'ਚ ਹੀ ਆ ਹਿਊਮਨ 'ਚ ਜੀ। ਜੇਕਰ ਅਸੀਂ, ਮੈਂ ਜ਼ਾਹਿਰ ਜੀ ਗੱਲ ਕਹੂੰਗਾ ਕਿ ਚਲੋ ਓਬਵੀਅਸਲੀ ਜੇ ਪ੍ਰੋਡਕਸ਼ਨ ਹੀ ਨਾ ਹੋਵੇ ਤਾਂ ਬਹੁਤ ਹੀ ਵਧੀਆ ਗੱਲ ਹੈ, ਮਸਲਾ ਹੀ ਸੋਲਵ ਆ। ਪਰ ਤੁਸੀਂ ਇਹ ਦੇਖੋ ਕਿ ਜੇਕਰ ਪ੍ਰੋਡਕਸ਼ਨ ਵਾਲੇ ਨੂੰ ਇੰਨੇ ਜ਼ਿਆਦਾ ਬੈਨੀਫਿਟਸ ਹੋ ਰਹੇ ਨੇ,
ਉਹੋ ਜਿਹਾ ਪ੍ਰੋਡਕਸ਼ਨ ਕਰਕੇ ਜਿਹਦੀ ਕਿ ਮਿਲੀਅਨ ਬਿਲੀਅਨਸ ਦੇ ਵਿੱਚ ਰੀਚ ਹੁੰਦੀ ਆ, ਜ਼ਾਹਿਰ ਜੀ ਗੱਲ ਆ ਕਿ ਉਹ ਚੀਜ਼ ਲੋਕਾਂ ਵੱਲੋਂ ਤਵੱਜੋ ਦੇ ਕੇ ਸੁਣੀ ਜਾਂ ਦੇਖੀ ਜਾ ਰਹੀ ਹੈ। ਅਤੇ ਜੇਕਰ ਆਡੀਅੰਸ ਪ੍ਰੋਪਰ ਹੀ ਇਗਨੋਰ ਕਰੇਗੀ, ਯਾਰ ਦਿਸ ਨੋ ਵੀ ਆਰ ਨੋਟ, ਅਸੀਂ ਨਹੀਂ ਇਹਨੂੰ ਸਰਾਉਣਾ, ਅਸੀਂ ਨਹੀਂ ਇਹਨੂੰ ਵੇਖਣਾ, ਕਿ ਅਸੀਂ ਬਾਈਕਆਊਟ ਕਰਦੇ ਹਾਂ, ਤਾਂ 120% ਇਸ ਗੱਲ ਦੇ ਚਾਂਸਸ ਨੇ ਕਿ ਉਸੇ ਗੀਤ ਜਾਂ ਪੋਇਟਰੀ ਲਿਖਣ ਵਾਲਾ ਅਗਲੀ ਵਾਰੀ ਜਦੋਂ ਗੀਤ ਲਿਆਏਗਾ ਤਾਂ ਉਹ ਸੁਚੱਜਾ ਜਾਂ ਉਸ ਤਰ੍ਹਾਂ ਦਾ ਹੋਊਗਾ ਜਿਹੜਾ ਆਡੀਅੰਸ ਭਾਲਦੀ ਆ, ਕਿਉਂਕਿ ਅਲਟੀਮੇਟਲੀ ਉਹਨਾਂ ਨੇ ਆਪਣੀ ਚੀਜ਼ ਵੇਚਣੀ ਵੀ ਤਾਂ ਹੈ ਨਾ, ਵੇਚਣੀ ਇਹਨਾਂ ਕੋਲ ਹੈ ਜਿਹੜੀ ਇਹ ਦੇਖ ਰਹੇ ਨੇ ਕੈਮਰਿਆਂ ਦੇ ਵਿੱਚ, ਜੋ ਇਹਨਾਂ ਨੂੰ ਚੰਗਾ ਲੱਗਦਾ ਉਹ ਬਣਨਾ ਅਲਟੀਮੇਟਲੀ ਬੇਸਿਕਲੀ। ਬੰਦਾ ਕੋਸ਼ਿਸ਼ ਤਾਂ ਕਰੂਗਾ ਨਾ ਫਿਰ, ਜ਼ਾਹਿਰ ਜੀ ਗੱਲ ਆ, ਜੇ ਇਹ ਕਹਿਣਗੇ ਕਿ ਯਾਰ ਇਹੋ ਜਿਹਾ ਗੀਤ ਹੋਊਗਾ ਤਾਂ ਅਸੀਂ ਉਹਨੂੰ ਸਰਾਵਾਂਗੇ ਵੀ, ਅਸੀਂ ਉਹਦੇ ਸ਼ੋਅ ਦੀ ਟਿਕਟ ਵੀ ਲਵਾਂਗੇ, ਅਸੀਂ ਜਾਵਾਂਗੇ ਵੀ ਜਾਂ ਕੁਛ ਵੀ, ਮੈਂ ਆਪਣੇ ਆਪ ਨੂੰ ਵਡਭਾਗੀ ਇਸ ਕਰਕੇ ਸਮਝਦਾ ਕਿ ਮੇਰੇ ਜ਼ਹਿਨ ਦੇ ਵਿੱਚ ਸਾਈਕੋਲੋਜੀ 'ਚ ਔਨਲਾਈਨ ਦੀ ਜਿਹੜੀ ਪ੍ਰਮੋਸ਼ਨਲ ਸਟ੍ਰੈਟਜੀ ਆ ਉਹਦਾ ਜ਼ਿਆਦਾ ਇੰਨਾ ਇੰਪੈਕਟ ਨਹੀਂ ਹੈਗਾ। ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਇੋਰਿਟੀ ਮੇਰੀ ਸਟੇਜ ਹੈ, ਮੇਰੇ ਸਾਰੇ ਦੇ ਸਾਰੇ ਐਕਸ਼ਨ ਉਸ ਪਾਸੇ ਨੂੰ ਹੀ ਜਾਂਦੇ ਆ ਕਿ ਮੈਂ ਅੱਛਾ ਗਾਣਾ ਜੇ ਲਿਖਿਆ, ਮੈਂ ਨਾਲ ਦੀ ਨਾਲ ਰਿਦਮਿਸ ਨੂੰ ਸੱਦੂਗਾ, ਅੱਛਾ ਯਾਰ ਸਟੇਜ 'ਤੇ ਗਾਣਾ ਹੋਵੇ ਤਾਂ ਕਿਹੜਾ ਪੈਟਰਨ ਚੱਲੇਗਾ, ਬੇਸ ਗਿਟਾਰ ਦਾ ਬੇਸ ਕਿਵੇਂ ਚੱਲੇਗਾ, ਕੀਬੋਰਡ ਵਾਲੇ ਨੂੰ ਕਹੂੰਗਾ ਤੂੰ ਪੀਸ ਬਣਾ, ਬੈਂਚ ਵਾਲੇ ਨੂੰ ਕਹੂੰਗਾ ਅੱਛਾ ਤੂੰ, ਉਹ ਸਾਡਾ ਇੱਕ ਵਰਿੰਦਾਵਨ ਦਾ ਬੱਚਾ ਆ ਉਹਨੂੰ ਪੰਜਾਬੀ ਨਹੀਂ ਆਉਂਦੀ ਪਰ ਹੀ ਇਜ਼ ਅ ਫਾਈਨੈਸਟ ਪਲੇਅਰ, ਜਾਣੀ ਕਿ ਉਹਨੂੰ ਕਹੂੰਗਾ, ਫਲੂਟ ਵਾਲੇ ਨੂੰ ਕਹੂੰਗਾ ਕਿ ਅੱਛਾ ਤੁਸੀਂ ਕੁਛ ਬਣਾਓ। ਸੋ ਮੈਨੂੰ ਚਾਅ ਹੈ ਨਾ ਚੀਜ਼ਾਂ ਦਾ, ਤੁਸੀਂ ਦੇਖੋ ਮੈਂ ਫੋਨ ਦੇ ਵਿੱਚ ਮੇਰੀ ਸਾਰੀ ਦੀ ਸਾਰੀ ਪੋਇਟਰੀ PDF ਫਾਈਲ ਕਰਕੇ ਗੁਰਮੁਖੀ ਦੇ ਵਿੱਚ ਟਾਈਪ ਕਰਕੇ ਰੱਖੀ ਹੋਈ ਆ, ਜੇ ਕੋਈ ਮੈਨੂੰ ਪੁੱਛੂਗਾ ਕਿ ਹਾਂ ਤੁਸੀਂ ਕਦੋਂ ਗੀਤ ਲਿਖਿਆ ਸੀਗਾ, ਮੈਂ ਇਮੀਡੀਏਟ ਤੁਹਾਨੂੰ ਕੱਢ ਕੇ ਦੱਸੂਗਾ। ਇਹ ਚੀਜ਼ ਚਾਵਾਂ ਨਾਲ ਹੁੰਦੀ ਹੈ, ਪ੍ਰਾਇੋਰਿਟੀ ਨਾਲ ਹੁੰਦੀ ਹੈ, ਮੇਰੀ ਪ੍ਰਾਇੋਰਿਟੀ ਮੇਰੀਆਂ ਸਟੇਜਸ ਨੇ, ਡਜ਼ਨਟ ਮੈਟਰ ਕਿ ਮੇਰਾ ਗਾਣਾ ਦੀ ਵੀਡੀਓ ਕਿੱਥੇ ਸ਼ੂਟ ਹੋਈ, ਕਿਹੜੀ ਕੰਪਨੀ ਨੇ ਰਿਲੀਜ਼ ਕੀਤਾ, ਆਨਲਾਈਨ ਰਿਲੀਜ਼ ਹੋ ਗਿਆ ਜਾਂ ਟੈਲੀਵਿਜ਼ਨ 'ਤੇ ਆ ਗਿਆ, ਨਹੀਂ ਆ ਗਿਆ, ਕਿੰਨੇ ਵਿਊ ਹੋ ਗਏ, ਡਜ਼ਨਟ ਮੈਟਰ, ਮੇਰੇ ਸ਼ੋਜ਼ ਕਿਵੇਂ ਆ, ਮੇਰੀ ਸਾਊਂਡ ਕਿਵੇਂ ਆ, ਆਡੀਅੰਸ ਕਿੱਥੇ ਬੈਠੀ ਹੈ, ਕਿਵੇਂ ਆ, ਲਾਈਟਸ ਚੱਲ ਰਹੀਆਂ ਠੀਕ ਕਿ ਨਹੀਂ, ਉਹਨਾਂ ਨੂੰ ਆਉਣ 'ਚ ਕੋਈ ਦਿੱਕਤ ਤਾਂ ਨਹੀਂ ਹੋਈ, ਸ਼ੋਅ 3 ਘੰਟੇ ਤੋਂ ਘੱਟ ਤਾਂ ਨਹੀਂ ਚੱਲਿਆ। ਸੋ ਇਹ ਮੇਰੀਆਂ ਪ੍ਰਾਇੋਰਿਟੀ ਨੇ, ਸੋ ਇਸ ਕਰਕੇ ਮੇਰੀ ਦੇ ਸਾਰੇ ਸਾਰੇ ਐਕਸ਼ਨ ਉਸ ਪਾਸੇ ਨੂੰ ਜਾਂਦੇ ਆ, ਇਸ ਕਰਕੇ ਸਾਡੇ ਗੀਤ ਲੋਕ ਖੁਦ ਆ ਕੇ ਟਿਕਟ ਲੈ ਕੇ ਪਰਿਵਾਰ ਸਮੇਤ ਵੇਖਣ ਆਉਂਦੇ ਆ, ਸੋ ਸਾਡੇ ਗੀਤਾਂ ਦੀ ਤਾਸੀਰ ਉਹੋ ਜਿਹੀ ਜੀ। ਅੱਛਾ, ਕਦੇ ਐਂ ਤਾਂ ਨਹੀਂ ਹੋਇਆ ਵੀ ਤੁਹਾਡੇ ਸ਼ੋਅਜ਼ ਦੇ ਵਿੱਚ ਕੋਈ ਤੁਹਾਨੂੰ ਵੀ ਐਂ ਕਹਿ ਦੇ ਵੀ ਚੱਕ ਦੇ ਬਈ? ਜ਼ਾਹਿਰ ਜੀ ਗੱਲ ਆ, ਚੱਕ ਉਹਨਾਂ ਨੂੰ ਪਤਾ ਜਿੰਨਾ ਕੁ ਮੈਂ ਚੱਕਣ ਜੋਗਾ ਉਹ ਚੁਕਵਾ ਲੈਂਦੇ ਆ। ਜਿਵੇਂ ਸਾਡੇ ਕਾਫੀ ਗੀਤ ਨੇ, ਯਾਮੇ ਦੀ ਸਭ ਤੋਂ ਜ਼ਿਆਦਾ ਫਰਮਾਇਸ਼ ਹੁੰਦੀ ਆ ਕਿ ਇੱਕ ਤਾਂ ਸਟਾਰਟ ਮੇਰਾ ਯਾਮਾ ਨਹੀਂ ਬੋਲਦਾ ਸਕੀਪ ਕਰਦੀ, ਫਿਰ ਭਰਜਾਈਆਂ ਆਉਣਗੀਆਂ ਜਿਹੜੀਆਂ ਕਹਿਣਗੀਆਂ ਬਿੱਲੋ ਜੀ ਗਾ ਦਿਓ, ਠੀਕ ਹੈ ਜੀ, ਕੋਈ ਹੋਰ ਥੋੜ੍ਹਾ ਜਿਹਾ ਖੜਵੇਂ ਦਿਮਾਗ ਵਾਲੇ ਆਉਣਗੇ ਉਹ ਕਹਿਣਗੇ ਜਿੱਤ ਦੇ ਨਿਸ਼ਾਨ ਗਾ ਦਿਓ, ਫਿਰ ਕਹੂਗਾ ਵਾਰ ਹਰੀ ਸਿੰਘ ਨਲੂਆ ਗਾ ਦਿਓ। ਸਾਡੇ ਕੋਲ ਓਬਵੀਅਸਲੀ ਆ ਕਿ ਤੁਸੀਂ ਯੰਗਸਟਰਸ, ਬੀਇੰਗ ਏ ਪਰਫੋਰਮਰ ਤੁਹਾਡਾ ਇਹ ਫਰਜ਼ ਆ ਬੇਸਿਕਲੀ, ਇਹ ਤੁਹਾਡਾ ਰਿਲੀਜਨ ਆ, ਟੂ ਐਂਟਰਟੇਨ ਪੀਪਲ। ਫੋਰਚੂਨੇਟਲੀ ਜੇ ਤੁਹਾਡੀ ਆਡੀਅੰਸ ਦੀ ਰੇਂਜ ਇੰਨੀ ਜ਼ਿਆਦਾ ਆ ਜਿਹਦੇ ਵਿੱਚ ਬੱਚੇ ਵੀ ਆ, ਲੇਡੀਜ਼ ਵੀ ਨੇ, ਯੰਗਸਟਰਸ ਵੀ ਨੇ ਅਤੇ ਬਜ਼ੁਰਗ ਵੀ ਨੇ, ਇਹ ਤੁਹਾਡੇ ਤੁਹਾਡੇ ਲਈ ਖੁਸ਼ੀ ਦੀ ਵੀ ਗੱਲ ਹੈ ਅਤੇ ਬਰਡਨ ਦੀ ਵੀ ਗੱਲ ਹੈ, ਬਰਡਨ ਤਾਂ ਹੈ, ਦੋਨੋਂ ਹੈਗੇ। ਜੇ ਤਾਂ ਸਿਰਫ ਯੰਗਸਟਰਸ ਹੋਣ ਕਰਕੇ ਭੇਜਣਾ, ਸਿਰਫ ਯੰਗਸਟਰਸ ਹੋਣ ਤਾਂ ਮੈਨੂੰ ਪਤਾ ਹੀ ਆ ਕਿ ਮੈਂ ਬਸ ਚੱਕ ਲਓ ਵਾਲੇ ਗੀਤ ਗਾਉਣੇ ਆ ਅਤੇ 2 ਘੰਟੇ ਗਾ ਕੇ ਦੈਟਸ ਇਟ। ਸਿਰਫ ਬਜ਼ੁਰਗ ਹੋਣ ਤਾਂ ਵੀ ਠੀਕ ਹੈ, ਮੈਨੂੰ ਪਤਾ ਕਿ ਮੈਂ ਪਰਸੋਂ ਅੰਬ 'ਤੇ 2 ਚਿੜੀਆਂ ਵਰਗੇ ਸਾਰੇ ਗੀਤ ਗਾਉਣੇ ਆ, ਸੋਲੀ ਸੋਲੀ ਭਾਵੇਂ 4 ਘੰਟੇ ਗਾਈ ਜਾਓ ਅਤੇ ਚੱਲ ਜਾਣਾ ਜੀ, ਪਰ ਉਹ ਬੱਚੇ ਵੀ ਨੇ, ਬਜ਼ੁਰਗ ਵੀ ਨੇ, ਲੇਡੀਜ਼ ਵੀ ਹੈ ਅਤੇ ਨੌਜਵਾਨ ਵੀ ਹੈ। ਸੋ ਮੈਨੂੰ ਮੈਨੇਜ ਕਰਨਾ ਪੈਂਦਾ ਅਕੋਰਡਿੰਗਲੀ ਕਿ ਅੱਛਾ ਪਹਿਲੇ ਇਹੋ ਜਿਹੇ ਗਾਣੇ ਗਾ ਲਾਂ ਜਿਹੜੀਆਂ ਫਰੰਟ ਰੋਜ਼ 'ਚ ਬੈਠੇ ਆ ਸਫਿਸਟੀਕੇਟਡ ਲੋਕ, ਜਿਹਨਾਂ ਨੇ ਤਾੜੀ ਵੀ ਬੜੀ ਔਖੇ ਹੋ ਕੇ ਮਾਰਨੀ ਹੈ ਪਰ ਉਹਨਾਂ ਨੂੰ ਚੰਗਾ ਲੱਗ ਰਿਹਾ, ਹੈ ਨਾ, ਜ਼ਾਹਿਰ ਜੀ ਗੱਲ ਹੈ। ਆਹ ਗੱਲ ਤੁਸੀਂ ਇੰਨੀ ਵਧੀਆ ਕੀਤੀ ਹੈ ਨਾ ਮੇਰੇ ਦਿਲ ਦੀ, ਉਹ ਤਾੜੀ ਮਾਰਨ ਤੋਂ ਵੀ ਸੰਗਣ ਕੇ ਇੰਜੋਏ ਪੂਰਾ ਕਰ ਰਹੇ ਹੁੰਦੇ ਆ, ਹਾਂ ਉਹਨਾਂ ਨੂੰ ਚੰਗਾ ਲੱਗਦਾ। ਮੈਂ ਕਹਿਣਾ ਹੁੰਦਾ, ਮੈਂ ਕਿਹਾ ਤੁਸੀਂ PhD ਤਾਂ ਨਹੀਂ ਕੀਤੀ, ਸਾਡੇ ਯੂਨੀਵਰਸਿਟੀ 'ਚ ਇੱਕ ਕੋਟ ਹੁੰਦਾ, ਅੱਛਾ ਯਾਰ ਇਹਦੀ ਤਾਂ PhD ਕੀਤੀ ਲੱਗਦੀ ਆ, ਜਦੋਂ ਬੰਦਾ ਬਿਲਕੁਲ ਨਹੀਂ ਦੁਨੀਆ ਤੋਂ ਉਹ ਹੋ ਜਾਂਦਾ, ਰੁੱਸ ਜਾਂਦਾ ਜਾਂ ਕਹਿ ਲਓ ਉਪਰਾਮ ਹੋ ਜਾਂਦਾ, ਅੱਛਾ ਯਾਰ ਕਿ ਬਸ ਸਾਰਾ ਕੁਝ। ਸੋ ਕਈ ਵਾਰੀ ਵੱਡੇ ਬਿਜ਼ਨਸਮੈਨ ਇਸ ਤਰ੍ਹਾਂ ਹੋ ਜਾਂਦੇ ਆ, ਉਹ ਜ਼ਿੰਦਗੀ ਨੂੰ ਮੰਨਣਾ ਛੱਡ ਦਿੰਦੇ ਆ, ਕਈ ਵਾਰੀ ਹੱਸਣਾ ਭੁੱਲ ਜਾਂਦੇ ਲੋਕ, ਇੰਜੋਏ ਕਰਨਾ ਭੁੱਲ ਜਾਂਦੇ। ਹਾਂ ਸਹੀ ਮਾਨੇ, ਸੋ ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰਦਾ ਹੁੰਦਾ ਕਿ ਕੁਝ ਨਹੀਂ ਘਟਦਾ, ਸਭ ਨੂੰ ਹੱਸ ਕੇ ਮਿਲ ਮਿੱਤਰਾ, ਇਸ ਦੁਨੀਆਂ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ, ਦੇਖੀ ਤੂੰ ਜਜ਼ਬਾਤ ਕਿਸੇ ਦੇ ਨੋਚੀ ਨਾ, ਲੋੜ ਜਿੰਨਾ ਹੀ ਮੰਗ ਲਈ ਵਾਧੂ ਲੋਚੀ ਨਾ, ਛੱਡ ਮਾਲਕ ਤੇ ਡੋਰਾਂ ਬਹੁਤਾ ਸੋਚੀ ਨਾ। ਕੀ ਬਾਤ ਹੈ। ਅੱਛਾ, ਤੁਸੀਂ ਬੈਠ ਕੇ ਨੱਚਦੇ ਸੀ, ਬੈਠ ਕੇ ਨਚਾਉਂਦੇ ਸੀ, ਹਾਂਜੀ, ਸਾਰਿਆਂ ਨੂੰ, ਤੇ ਹੁਣ ਤੁਸੀਂ ਕਈ ਤੁਹਾਡੀਆਂ ਵੀਡੀਓਜ਼ ਆਈਆਂ ਜਿਹਦੇ ਵਿੱਚ ਤੁਸੀਂ ਭੰਗੜਾ ਬਹੁਤ ਸੋਹਣਾ ਪਾਇਆ, ਬਹੁਤ ਸੋਹਣਾ ਡਾਂਸ ਕਰਦੇ ਹੋ, ਥੈਂਕ ਯੂ, ਹਾਂਜੀ, ਤੇ ਇਹ ਵੀ ਫਿਰ ਪ੍ਰੋਪਰ ਟ੍ਰੇਨਿੰਗ ਵਗੈਰਾ ਲਈ ਕਿ ਤਾਂ? ਮੈਂ ਬੇਸਿਕਲੀ ਭੰਗੜਾ ਪਲੇਅਰ ਹੀ ਸੀਗਾ ਜੀ ਪਹਿਲਾਂ। ਅੱਛਾ, ਮੈਂ
ਪ੍ਰੋਫੈਸ਼ਨਲੀ ਪਲੱਸ 1 ਪਲੱਸ 2 ਤੋਂ ਬਾਅਦ ਆਫਟਰ 10th ਸਾਡਾ ਗਰੁੱਪ ਹੁੰਦਾ ਸੀ ਪਿੰਡ 'ਚ, ਮੈਂ ਸੱਪ ਖੁੰਡੇ ਆਪਣੇ ਰੱਖੇ ਹੁੰਦੇ ਸੀ, ਕਿਸੇ ਨੇ ਵਿਆਹ 'ਚ ਸੱਦਣਾ ਸੀ ਚਾਅ ਨਾਲ ਜਾਣਾ। ਅੱਛਾ। ਫਿਰ ਪੰਜਾਬ ਗਵਰਨਮੈਂਟ ਕਾਲਜ ਹੁਸ਼ਿਆਰਪੁਰ 'ਚ ਮੈਂ ਗਿਆ ਅਤੇ ਉੱਥੇ ਮੈਂ ਟੀਮ 'ਚ ਹੁੰਦਾ ਸੀਗਾ ਜੀ, ਉਹਨਾਂ ਨੇ ਘੰਟਾ ਘੰਟਾ ਸਾਨੂੰ ਮੋਢੇ ਹਿਲਾਏ ਜਾਣੇ ਪਿੱਛੇ ਦੁਪਹਿਰੇ ਗਰਾਊਂਡ 'ਚ ਲਿਜਾ ਕੇ। ਫਿਰ ਮੈਂ ਯੂਨੀਵਰਸਿਟੀ ਆਇਆ ਤਾਂ ਮੈਂ ਯੂਨੀਵਰਸਿਟੀ ਦੀ ਟੀਮ 'ਚ ਸੀਗਾ, ਉਸ ਤੋਂ ਬਾਅਦ ਮੈਂ ਸਟੇਟ ਦੀ ਟੀਮ ਬਣਦੀ ਹੈ, ਫਿਰ ਉਸ ਤੋਂ ਉਹ ਕੰਟਰੀ ਨੂੰ ਰਿਪ੍ਰੈਜੈਂਟ ਕਰਦੀ ਹੈ ਬੀਇੰਗ ਅ ਕਲਚਰਲ ਆਰਟਿਸਟ। ਅਸੀਂ ਦੁਬਈ ਇੰਟਰਨੈਸ਼ਨਲ ਕਲਚਰਲ ਫੈਸਟੀਵਲ ਦੇ ਵਿੱਚ ਗਏ, ਮੈਂ ਬੀਇੰਗ ਭੰਗੜਾ ਪਲੇਅਰ ਗਿਆ ਸੀਗਾ ਉੱਥੇ, ਬੈਸਟ ਡਾਂਸਰ ਵੀ ਨਿਕਲਿਆ ਉੱਥੇ। ਫਿਰ ਉਹ ਕਹਿੰਦੇ ਕਿ ਯਾਰ ਇੱਥੇ ਇੱਕ ਕੰਪੀਟੀਸ਼ਨ ਵੀ ਹੈਗਾ ਆ, ਤੁਸੀਂ ਗਾ ਵੀ ਲਓ ਤਾਂ ਗਾ ਵੀ ਲੈਂਦੇ ਤੁਸੀਂ, ਕਿਉਂਕਿ ਡਿਪਾਰਟਮੈਂਟ ਤਾਂ ਮੇਰਾ ਮਿਊਜ਼ਿਕ ਹੀ ਸੀਗਾ ਪਰ ਮੇਰੀ ਪ੍ਰਾਇਓਰਿਟੀ ਭੰਗੜਾ ਹੁੰਦਾ ਸੀਗਾ। ਅੱਛਾ। ਹਾਂਜੀ। ਅਤੇ ਮੈਂ ਕਿਹਾ ਚਲੋ ਗਾ ਲੈਂਦੇ, ਮੈਂ ਉੱਥੇ ਗਾਇਆ, ਮੈਨੂੰ ਅਵਾਰਡ ਮਿਲ ਗਿਆ ਅਤੇ ਉਹ ਕਹਿੰਦੇ ਯਾਰ ਤੂੰ ਤਾਂ ਵਧੀਆ ਗਾ ਲੈਂਦਾ, ਤੂੰ ਉਹ ਵੀ ਰੱਖਿਆ ਕਰ ਥੋੜ੍ਹੀ। ਮੈਂ ਫਿਰ ਹੌਲੀ ਹੌਲੀ ਦਿਮਾਗ ਉੱਧਰ ਨੂੰ ਹੋਇਆ, ਫਿਰ ਮੈਂ ਕਿਹਾ ਕਿ ਅੱਜ ਨੱਚੀਏ ਨਾਚ ਅਨੋਖਾ ਜੀ, ਲੈ ਤਾਲ ਨੂੰ ਦੇਈਏ ਧੋਖਾ ਜੀ, ਆ ਦੇਖ ਢੋਲਕੀ ਵੱਜਦੀ ਏ, ਤੂੰ ਕੱਲ ਪਰਸੋਂ ਨੂੰ ਛੋੜ ਪਰੇ, ਸੋਚਾਂ ਦੀ ਧੌਣ ਮਰੋੜ ਪਰੇ, ਲੈ ਲੁੱਤਫ ਘੜੀ ਜੋ ਵੱਜਦੀ ਏ। ਸੋ ਉਹਦਾ ਇੱਕ ਸ਼ੇਅਰ ਸੀਗਾ ਕਿ ਅੱਜ ਦਿਲ ਸਭਨਾ ਦੇ ਸ਼ਾਦ ਹੋਏ, ਘਰ ਸੁਨੇ ਵੀ ਆਬਾਦ ਹੋਏ, ਤੇਰੇ ਗੀਤ ਸਭਾ ਨੂੰ ਯਾਦ ਹੋਏ, ਸਰਤਾਜ ਤਿਆਰੀ ਕਰ ਲੈ ਵੇ, ਤੇਰੇ ਇਸ਼ਕ ਦੀ ਬਦਲੀ ਮਰ ਜਾਣੀ ਹੀ, ਉਹ ਤੇਰੇ ਇਸ਼ਕ ਦੀ ਬਦਲੀ ਮਰ ਜਾਣੀ ਏ, ਹੋਰ ਕਿਤੇ ਹੀ ਵਰ ਜਾਣੀ, ਬਣ ਲਾੜਾ ਇਹਨੂੰ ਵਰ ਲੈ ਵੇ, ਅੱਜ ਨੱਚੀਏ ਨਾਚ ਅਨੋਖਾ, ਅੱਜ ਨੱਚੀਏ ਨਾਚ ਅਨੋਖਾ ਜੀ, ਲੈ ਤਾਲ ਨੂੰ ਦੇਈਏ ਧੋਖਾ ਜੀ, ਆ ਦੇਖ ਢੋਲਕੀ ਵੱਜਦੀ ਏ, ਤੂੰ ਕੱਲ ਪਰਸੋਂ ਨੂੰ ਛੋੜ ਪਰੇ, ਸੋਚਾਂ ਦੀ ਧੌਣ ਮਰੋੜ ਪਰੇ, ਲੈ ਲੁਤਫ ਘੜੀ ਜੋ ਵੱਜਦੀ ਏ। ਸੋ ਇਸ ਕਰਕੇ ਉਹ ਜਿਹੜਾ ਰੂਹਾਨੀ ਅੰਦਰੂਨੀ ਨਾਚ ਸੀਗਾ ਉਹ ਸ਼ੁਰੂ ਹੋਇਆ, ਤਸਵਫ ਸੂਫੀਜ਼ਮ ਦੇ ਨਾਲ ਇੰਟਰੋਡਕਸ਼ਨ ਹੋਈ, ਡਾਕਟਰੇਟ ਸ਼ੁਰੂ ਹੋਈ, ਫਿਰ ਉਹਨਾਂ ਲੋਕਾਂ ਦੇ ਨਾਲ ਸੋਭਤ ਹੋਣੀ ਸ਼ੁਰੂ ਹੋ ਗਈ, ਫਿਰ ਤੁਹਾਡੇ 'ਚ ਠਰਮਾ ਆ ਗਿਆ, ਤੁਹਾਡੀ ਤਬੀਅਤ ਸ਼ਾਇਰਾਨਾ ਹੋ ਗਈ। ਸੋ ਉਹ ਤਬਦੀਲੀ ਸੀ ਕਾਫੀ ਵੱਡੀ। ਅੱਛਾ, ਸੁਭਾਅ ਤੁਹਾਡਾ ਪਹਿਲਾਂ ਤੋਂ ਹੀ ਇੱਦਾਂ ਦਾ, ਮਤਲਬ ਠੰਡਾ, ਆਰਾਮ ਨਾਲ ਗੱਲਬਾਤ ਕਰਨੀ, ਹਾਸੇ ਵਾਲੀ ਗੱਲ ਨੂੰ ਹਾਸੇ 'ਚ ਲੈਣਾ, ਮਤਲਬ ਵਧੀਆ ਢੰਗ ਨਾਲ ਗੱਲ ਨੂੰ ਟਾਲਣਾ, ਵਧੀਆ ਢੰਗ ਨਾਲ ਗੱਲ ਨੂੰ ਨਿਭਾਉਣਾ। ਲੋਕਾਂ ਨੇ ਤੁਹਾਡੀਆਂ ਸਹੀ ਇੰਟਰਵਿਊਜ਼ ਦੇਖੀਆਂ ਹੋਣਗੀਆਂ ਮੇਰੇ ਵਾਂਗ, ਹੈ ਜੀ। ਥੈਂਕ ਯੂ ਵੈਰੀ ਮੱਚ, ਇਹ ਕੰਪਲੀਮੈਂਟ ਹੈ, ਬਹੁਤ ਸੋਹਣਾ। ਪਰ ਮੈਨੂੰ ਲੱਗਦਾ ਕਿ ਜਦੋਂ ਕਿਸੇ ਚੀਜ਼ ਨੂੰ ਤੁਸੀਂ ਸਿਵਲਾਈਜੇਸ਼ਨ ਕਹਿੰਦੇ ਆ ਨਾ, ਚਾਹੇ ਕਿਸੇ ਵੀ ਹੜੱਪਾ ਦੀ ਸਿਵਲਾਈਜੇਸ਼ਨ ਲਾ ਲਓ, ਕਿਤੇ ਵੀ ਲਾ ਲਓ, ਉਹ ਸਿਵਲਾਈਜੇਸ਼ਨ ਦਾ ਮਤਲਬ ਹੈ ਕਿ ਤੁਸੀਂ ਕਿਸੇ ਅਣਗੌਲੀ ਚੀਜ਼ ਤੋਂ, ਹਨੇਰੇ ਤੋਂ ਸੂਰਜ ਵੱਲ ਨੂੰ ਰੋਸ਼ਨੀ ਚਾਹੇ, ਸਿਵਿਲਾਈਜ਼ਡ ਹੋਏ। ਸਿਵਿਲਾਈਜ਼ਡ ਬੰਦੇ ਦਾ ਮਤਲਬ ਕੀ ਹੈ ਕਿ ਤੁਹਾਨੂੰ ਐਟੀਕੇਟਸ, ਢੰਗ ਤਰੀਕੇ, ਤਹਿਜ਼ੀਬੋ ਲਿਆਕਤ ਆਉਣੀ ਚਾਹੀਦੀ ਆ, ਵਕਤ ਦੀ ਨਜ਼ਾਕਤ ਨੂੰ ਦੇਖਦੇ ਹੋਏ ਉਹਨੂੰ ਨਿਭਾਉਣਾ ਆਉਣਾ ਚਾਹੀਦਾ ਬੇਸਿਕਲੀ। ਇਸੇ ਕਰਕੇ ਸਾਨੂੰ ਐਜੂਕੇਟਡ ਜਾਂ ਹਿਊਮਨ ਕਿਹਾ ਜਾਂਦਾ ਕਿ ਤੁਹਾਨੂੰ ਦੁਨੀਆ ਦੀ ਸਮਝ ਆ ਬੇਸਿਕਲੀ, ਕਿਹੜੀ ਗੱਲ ਕਿੱਥੇ ਕਰਨੀ ਹੈ, ਕਦੋਂ ਕਰਨੀ ਹੈ, ਨਹੀਂ ਕਰਨੀ, ਬਹੁਤ ਵੱਡੀ ਗੱਲ ਹੁੰਦੀ ਹੈ ਜੀ। ਇਹ ਬਹੁਤ ਵੱਡੀ ਗੱਲ ਹੁੰਦੀ ਹੈ ਅਤੇ ਯੂਨੀਵਰਸਿਟੀਆਂ ਸਿਰਫ ਤੁਹਾਨੂੰ ਡਾਕਟਰ ਨਹੀਂ ਬਣਾਉਂਦੀਆਂ, ਯੂਨੀਵਰਸਿਟੀਆਂ ਤੁਹਾਨੂੰ ਇਹ ਚੀਜ਼ਾਂ ਵੀ ਸਿਖਾਉਂਦੀਆਂ ਨੇ, ਪੈਣ ਪਚਰਨਾ, ਤੁਰਨਾ ਫਿਰਨਾ, ਗੱਲ ਕਰਨੀ ਕਿਸੇ ਨਾਲ। ਸੋ ਮੈਨੂੰ ਇਹ ਲੱਗਦਾ ਸਾਰੇ ਪੜ੍ਹੇ ਲਿਖੇ ਬੰਦਿਆਂ ਨੂੰ ਤਾਂ ਅਜੀਬ ਨਹੀਂ ਹੁੰਦੀ ਸਰਤਾਜ, ਇਹ ਮੰਨਣੀ ਪੈਗੀ ਤੁਹਾਨੂੰ ਮੇਰੀ ਗੱਲ, ਕਿਉਂਕਿ ਬਹੁਤ ਲੋਕਾਂ ਨਾਲ ਵਾਹ ਪੈਂਦਾ ਰਹਿੰਦਾ ਸਾਡਾ ਵੀ, ਤੇ ਉਹ ਐਵੇਂ ਹੀ ਕਹਿਣ ਨੂੰ ਹੀ ਹੁੰਦਾ ਵੀ ਚਲੋ ਵਧੀਆ ਟੌਰ ਸ਼ੌਰ ਹੈ ਨਾ, ਦੋ ਦੋ ਫੁੱਟ ਉੱਚੇ ਚੱਲਦੇ ਜ਼ਮੀਨ ਤੋਂ ਉਤਰਦੇ ਨੀ ਥੱਲੇ ਕਿ ਹੁਣ ਦੇਰ ਨੀ ਦਿਨਾਂ ਚ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ, ਜਿੱਦਾਂ ਮੈਂ ਤੁਹਾਨੂੰ ਦੱਸਿਆ। ਪਰ ਮੈਂ ਆਪਣੇ ਆਪ ਨੂੰ ਵਡਭਾਗੀ ਤੇ ਖੁਸ਼ਕਿਸਮਤ ਸਮਝਦਾ ਕਿ ਜਿਹੜੀ ਨਿਮਰਤਾ ਹੈ ਨਾ ਜੀ, ਇਹ ਗਹਿਣਾ ਆ ਅਤੇ ਇਹ ਦੁਆ ਵਾਂਗੂ ਲੱਗਦਾ, ਜ਼ਬਰਦਸਤੀ ਤੁਸੀਂ ਨਿਮਰਤਾ ਨਹੀਂ ਰੱਖ ਸਕਦੇ ਕੰਟੀਨਿਊਸਲੀ। ਜੇ ਤੁਸੀਂ ਕਹੋ ਮੈਂ ਇੱਕ ਇੰਟਰਵਿਊ 1 ਘੰਟੇ ਲਈ ਤਾਂ ਨਿਮਰ ਹੋ ਸਕਦਾ, ਮੈਂ ਹੁਣੇ ਬਾਹਰ ਨਿਕਲਿਆ ਅਤੇ ਮੈਨੂੰ ਕੋਈ ਫੈਨ ਬਣਿਆ ਮਗਰ ਹੋਏ ਮੈਂ ਨਹੀਂ ਫੋਟੋ ਕਰਾਉਂਦਾ, ਫਿਰ ਉਹ ਕਿਤੇ ਨਾ ਕਿਤੇ ਗੱਲ ਟਰੈਵਲ ਹੋਏ ਜਾਣੀ ਆ। ਇਹ ਤਾਂ ਤੁਹਾਡੇ ਅੰਦਰ ਤੁਹਾਡੀ ਤਬੀਅਤ 'ਚ ਹੋਣੀ ਚਾਹੀਦੀ ਆ। ਪਰ ਮੈਂ ਇਹ ਕਹਿੰਦਾ ਕਿ ਜਿਹੜੇ ਨਿਮਰ ਤਾਂ ਨਹੀਂ ਹੁੰਦੀ, ਜਿਹਨਾਂ 'ਚ ਗਲਤੀ ਉਹਨਾਂ ਦੀ ਵੀ ਨਹੀਂ ਹੁੰਦੀ ਬੇਸਿਕਲੀ। ਹਾਂ ਬਿਲਕੁਲ, ਕੁਦਰਤ ਨੂੰ ਵੀ ਹੁੰਦਾ ਕਈ ਵਾਰੀ, ਉਹ ਅੰਸ਼ ਘੱਟ ਹੁੰਦਾ ਉਹਨਾਂ 'ਚ, ਹੈ ਨਾ। ਹਾਂ, ਦੇਖਿਆ ਜਾਵੇ ਤਾਂ। ਅੱਛਾ, ਤੁਹਾਡੇ ਗੀਤਾਂ ਦੀਆਂ ਤਰਜਾਂ ਨੇ ਜਿਹੜੀਆਂ ਸਾਰੀਆਂ ਜੀ, ਉਹ ਬੜੀਆਂ ਦਿਲ ਨੂੰ ਟੁੰਬਣ ਵਾਲੀਆਂ ਹੁੰਦੀਆਂ। ਹੁਣ ਹਰ ਬੰਦਾ, ਜਿਹਨਾਂ ਨੂੰ ਗਾਇਕੀ ਦਾ ਊੜਾ ਏੜਾ ਵੀ ਨਹੀਂ ਪਤਾ, ਉਹ ਵੀ ਬੰਦਾ ਸੋਚਦਾ ਵੀ ਆਹ ਤਾਂ ਮੈਂ ਵੀ ਗਾ ਲੂੰ, ਔਰ ਉਹ ਨਾਲ ਗਾਉਂਦੇ ਨੇ ਬਕਾਇਦਾ ਤੌਰ 'ਤੇ। ਜਦੋਂ ਗੀਤ ਲੱਗਿਆ ਹੁੰਦਾ ਨਾ ਤੁਹਾਡਾ ਗੱਡੀ ਦੇ ਵਿੱਚ, ਮੈਂ ਆਪਣੇ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ, ਅਤੇ ਉਹ ਐਂ ਲੱਗਦਾ ਹੁੰਦਾ ਵੀ ਆਹ ਗੀਤ ਇੱਦਾਂ ਗਾਇਆ ਜਾ ਸਕਦਾ। ਬਹੁਤ ਸੋਹਣੀਆਂ ਤਰਜ਼ਾਂ ਤੁਸੀਂ ਸਾਰੇ ਗੀਤਾਂ ਦੀਆਂ ਬਣਾਉਂਦੇ ਹੋ, ਇਹ ਇਹਦੇ ਤੁਹਾਡਾ ਕੋਈ ਹੋਰ ਵੀ ਸਹਿਯੋਗ ਤੁਹਾਨੂੰ ਦਿੰਦਾ ਕਿ ਸਾਰਾ ਆਪਣਾ ਹੀ ਕਮਾਲ ਹੈ? ਪਹਿਲੀ ਗੱਲ ਤਾਂ ਇਹ ਮੈਂ ਤੁਹਾਨੂੰ ਇਸ ਗੱਲ ਦਾ ਸਿਹਰਾ ਦਿੰਦਾ ਕਿ ਇਹ ਮੈਨੂੰ ਲੱਗਦਾ ਮੇਰੀ ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਨੇ ਇਹ ਸਵਾਲ ਉਠਾਇਆ, ਔਰ ਇਹ ਬਹੁਤ ਹੀ ਜ਼ਿਆਦਾ ਕੀਮਤੀ ਸਵਾਲ ਆ। ਤਰਜ਼ ਇੰਨੀ ਜ਼ਿਆਦਾ ਅਹਿਮੀਅਤ ਰੱਖਦੀ ਹੈ ਕਿਸੇ ਗੀਤ 'ਚ, ਸਹੀ ਹੈ,
मतलब तुसी मैं तुहानू कहना कि किन्ना सोहना तैनू रब ने बनाया जी करे वेखदा रवां। हुण तुसी इस लाइन नू कागज़ ते लिख लो, किन्ना सोहना तैनू रब ने बनाया जी करे वेखदा रवां, तुसी कहोगे आह कोई गाना है? ਇਹ ਤਾਂ ਵੈਸੇ ਤੁਸੀਂ ਜੋੜੀ ਹੋਈ ਲਾਈਨ ਆ, ਮਤਲਬ ਇਹ ਕਵਿਤਾ ਨਹੀਂ ਲੱਗਦੀ ਬੇਸਿਕਲੀ। ਬਿਲਕੁਲ ਬਿਲਕੁਲ, ਤਰਜ ਨੇ ਕਮਾਲ ਕੀਤੀ ਪਈ ਆ। ਪਰ ਜਦੋਂ ਖਾਨ ਸਾਹਿਬ ਨੁਸਰਤ ਅਲੀ ਖਾਨ ਸਾਹਿਬ ਨੇ ਇਸ ਨੂੰ ਇੰਨੀ ਸਾਦੀ ਤਰਜ ਵਿੱਚ, ਆਸ਼ਾ ਭੋਂਸਲੇ ਜੀ ਦੀ ਇੱਕ ਇੰਟਰਵਿਊ 'ਚ ਉਹਨਾਂ ਨੇ ਕਿਹਾ ਸੀਗਾ ਕਿ ਆਸਾਨ ਤਰਜ ਬਣਾਉਣਾ ਮੁਸ਼ਕਿਲ ਬਾਤ ਹੈ, ਮੁਸ਼ਕਿਲ ਤਰਜ ਬਣਾਉਣਾ ਆਸਾਨ ਬਾਤ ਹੈ। ਮੈਂ ਨਹੀਂ ਕਹਿੰਦਾ ਵੱਡੇ ਕਵਈਆਂ, ਉਹ ਇੱਕ ਆਪਣੀ ਆਰਟ ਆ, ਪਰ ਕਿਸੇ ਤਰਜ਼ ਨੂੰ ਇੰਨਾ ਸਾਦਾ ਕਰ ਦੇਣਾ ਕਿ ਆਵਾਮ ਨੂੰ ਆਪਣੀ ਲੱਗੇ ਅਤੇ ਉਹ ਗਾ ਸਕਦੇ ਹੋਣ। ਜਦੋਂ ਮੈਂ 5 ਸਾਲ ਦਾ ਇੰਡੀਅਨ ਨੌਰਥ ਇੰਡੀਅਨ ਕਲਾਸੀਕਲ ਦਾ ਜਲੰਧਰ ਤੋਂ ਡਿਪਲੋਮਾ ਕੀਤਾ ਜੀ, ਸੰਗੀਤ ਵਿਸ਼ਾਰਦ, ਬੈਚਲਰ ਵਿਦ ਮਿਊਜ਼ਿਕ ਆਰਟਸ ਕੀਤੀ, ਐੱਮ ਏ ਇਨ ਮਿਊਜ਼ਿਕ ਵੋਕਲਸ ਕੀਤੀ, ਐੱਮ ਫਿਲ ਇਨ ਪੰਜਾਬੀ ਸੂਫੀ ਪੋਇਟਰੀ ਐਂਡ ਮਿਊਜ਼ਿਕ ਕੀਤੀ, ਪੀ ਐੱਚ ਡੀ ਇਨ ਸੂਫੀਇਜ਼ਮ ਦਾ ਸਾਰਾ ਇੰਟਾਇਰ ਡਾਇਲਮਾ ਨਾਲ ਕੀਤੀ, ਪੜ੍ਹਾਇਆ 6 ਸਾਲ। ਇਹਦਾ ਮਤਲਬ ਕਿ ਤੁਸੀਂ ਕਲਾਸੀਕਲ ਮੌਸੀਕੀ ਸਿੱਖੀ, ਰਾਗਦਾਰੀਆਂ ਸਿੱਖੀਆਂ, ਮੁਰਕੀਆਂ ਸਿੱਖੀਆਂ, ਪਰ ਉਸ ਤੋਂ ਬਾਅਦ ਮੈਂ ਸਾਰਾ ਕੁਛ ਵਿਸਾਰਿਆ ਆਪਣੇ ਆਪ 'ਚੋਂ, ਉਹ ਸਾਰੀ ਫਨਕਾਰੀ ਕੱਢੀ ਤਾਂ ਕਿ ਤੁਸੀਂ ਸਾਦਾ ਹੋ ਸਕੋ ਦੁਨੀਆਂ ਵਰਗੇ, ਦੁਨੀਆਂ ਨੂੰ ਆਪਣੇ ਵਰਗੇ ਲੱਗੋ, ਤਾਂ ਹੀ ਬਣਿਆ। ਪਾਣੀ 5 ਦਰਿਆਵਾਂ ਬੜਾ ਨਹਿਰੀ ਹੋ ਗਿਆ, ਜਾਂ ਉਹ ਸਾਦਾ ਪਾਣੀ 5 ਦਰਿਆਵਾਂ ਵਾਲਾ ਨਹਿਰੀ ਹੋ ਗਿਆ। ਉਹ ਸਿਰਫ ਤੁਸੀਂ ਹੀ ਗਾਉਣਾ ਸੀ, ਇਹ ਕਿਹਨੇ ਗਾਉਣਾ ਸੀ ਨਾ? ਬਿਲਕੁਲ ਬਿਲਕੁਲ। ਸੋ ਮੈਂ ਕਹਿੰਦਾ ਤਰਜ਼ ਉਹੋ ਜਿਹੀ ਹੋਣੀ ਚਾਹੀਦੀ ਹੈ ਜਿਹੜੀ ਸਾਰੀ ਆਵਾਮ ਤੁਹਾਡੇ ਨਾਲ ਗਾ ਸਕੇ, ਇੰਨੀ ਸਾਦੀ। ਇਸ ਗੱਲ ਦੀ ਮੈਂ ਅੱਜ ਵੀ ਮਤਲਬ ਸਜਦਾ ਕਰਦਾ ਨੁਸਰਤ ਫਤਿਹ ਖਾਨ ਸਾਹਿਬ ਵਰਗੀ ਸ਼ਖਸੀਅਤ ਨੂੰ, ਲੋਕ ਉਹਨਾਂ ਨੂੰ ਗਵੱਈਆ ਕਹਿੰਦੇ ਆ, ਪਰ ਉਹ ਗਵੱਈਏ ਨਾਲੋਂ ਫਾਈਨੈਸਟ ਕੰਪੋਜ਼ਰ ਸੀ। ਤੁਸੀਂ ਉਹਨਾਂ ਦੀਆਂ ਤਰਜ਼ਾਂ ਦੇਖੋ, ਇੰਜ ਵਿਛੜੇ ਮੁੜ ਨਹੀਂ ਆਏ ਜਾਨੀ ਦੂਰ ਗਏ ਵਿਛੜੇ, ਕਮਾਲ ਦੀਆਂ ਤਰਜਮਾ। ਤੁਸੀਂ ਇਹ ਦੇਖੋ, ਉਸ ਗਾਣੇ ਨੂੰ ਕਾਗਜ਼ ਤੇ ਲਿਖੋਗੇ ਤਾਂ ਲੱਗੂਗਾ ਕਿ ਯਾਰ ਅੱਛਾ ਹੈ, ਮੈਂ ਗਾਵਾਂ ਕਿ ਨਾ ਗਾਵਾਂ। ਤੁਸੀਂ ਉਹ ਗਾਣੇ ਨੂੰ ਸੁਣੋ ਤਰਜ਼ ਦੇ ਨਾਲ। ਸੋ ਤਰਜ਼ ਤਾਂ ਮੈਨੂੰ ਲੱਗਦਾ, ਮੈਨੂੰ ਕੋਈ ਅਪਰੋਪਰੀਏਟ ਵਰਡ ਨਹੀਂ ਆ ਰਿਹਾ, ਗੀਤ ਦੀ ਰੂਹ ਹੁੰਦੀ ਹੈ ਬੇਸਿਕਲੀ, ਮਤਲਬ ਜਿਹਦੇ ਨਾਲ ਉਹ ਲੋਕਾਈ ਤੱਕ ਪਹੁੰਚਣੀ ਹੁੰਦੀ ਆ। ਅਸੀਂ ਗਏ ਘੁੰਮਣ ਤੇ ਕੋਲ ਜੀਪ ਸੀ, ਯਾਰਾਂ ਜਿਹੇ ਯਾਰ ਮਿਲੇ ਲੱਗੀ ਸੀਪ ਸੀ। ਇਹ ਗਾਣਾ ਲੈ ਲਓ, ਕਿੰਨੀ ਦੇਖੋ ਸਿੱਧੀ ਸਰਲ ਜੀਤ, ਬੰਦਾ ਨਾਲ ਨਾਲ ਤੁਰਿਆ ਜਾਂਦਾ, ਨਾਲ ਨਾਲ ਤੁਰਿਆ ਜਾਂਦਾ। ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ, ਸੋਹਣੇ ਤਾਂ ਉਂਝ ਲੋਕ ਬਥੇਰੇ। ਮਤਲਬ ਉਹ ਤੁਸੀਂ ਆਰਟਿਸਟ ਦਾ ਚਿਹਰਾ ਵੀ ਨਾ ਦੇਖੋ ਤੇ ਉਹ ਕੰਪੋਜੀਸ਼ਨ ਉਹਦੇ ਐਕਸਪ੍ਰੈਸ਼ਨ ਬਿਆਨ ਕਰਦੀ ਹੋਵੇ, ਇਹ ਉਸਦੀ ਕਾਬਲੀਅਤ ਹੋਣੀ ਚਾਹੀਦੀ ਕਿਸੇ ਤਰ੍ਹਾਂ ਦੀ। ਕਈ ਵਾਰੀ ਤੁਹਾਡੇ ਤਰਜ਼ ਦੀ ਵਿਧਾਨ ਜਿਹੜਾ ਹੁੰਦਾ ਨਾ ਜੀ, ਉਹ ਗੀਤ ਨੂੰ ਤੋੜ ਦਿੰਦਾ। ਮੈਂ ਰੈਫਰੈਂਸ ਨਹੀਂ ਦਊਂਗਾ, ਇੱਥੇ ਕਾਫੀ ਇਹੋ ਜਿਹੇ ਗੀਤ ਹੁੰਦੇ ਆ ਜਿਹੜੇ ਕਿ ਕੰਪੋਜੀਸ਼ਨ ਦੀ ਵਜ੍ਹਾ ਕਰਕੇ ਉਹਦੇ ਮਾਇਨੇ ਚੇਂਜ ਹੋ ਜਾਂਦੇ ਆ। ਮੈਂ ਸਹਿਮਤ ਹਾਂ ਤੁਹਾਡੇ, ਹਾਂਜੀ ਬਿਲਕੁਲ ਸਹਿਮਤ ਹਾਂ। ਹੁਣ ਸਾਈਂ ਤੁਹਾਡਾ ਗੀਤ ਲੋਕਾਂ ਨੂੰ ਜ਼ੁਬਾਨੀ ਯਾਦ ਆ, ਤੁਸੀਂ ਦੇਖੋ ਉਹਦੀ ਤਰ੍ਹਾਂ, ਇਸੇ ਕਰਕੇ ਯਾਦ ਆ, ਇਸੇ ਕਰਕੇ ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ, ਸਾਈਂ ਵੇ ਬਾਹੋਂ ਫੜ ਮੇੜਾ ਮੰਨੇ ਲਾਈ, ਫਿਰ ਕਹਿੰਦੇ ਸਾਈਂ ਵੇ ਔਖੇ ਸੌਖੇ ਰਾਹਾਂ ਚੋਂ ਲੰਘਾਈ ਸਾਈਂ। ਤੁਸੀਂ ਏਦਾਂ ਲੱਗਦਾ ਪਰਮਾਤਮਾ ਦੇ ਨਜ਼ਦੀਕ ਜਾਈ ਜਾ ਰਹੇ। ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਇਹ ਇੰਨੇ ਕਮਾਲ ਦੀ ਗੱਲ ਹੈ ਨਾ ਵੈਸੇ ਤੁਹਾਡੀਆਂ ਤਰਜ਼ਾਂ। ਹੁਣ ਕਿਹੜੇ ਦੀ ਮੈਂ ਆ ਇੱਕ ਨਵਾਂ ਗੀਤ ਜਿਹੜਾ ਤੁਹਾਡਾ ਸੱਚ ਆਇਆ, ਹਾਂਜੀ ਬੋਲਦਾ ਪਿਆਰ ਨਾਲ ਫਾਰਸੀ, ਹਾਂਜੀ 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 ਹਾਂਜੀ, ਉਹ ਵੀ ਕਮਾਲ ਕਰਤੀ ਇੱਕ ਵਾਰੀ ਫੇਰ ਤੁਸੀਂ। ਇਹ ਗਾਣਾ ਅਸੀਂ ਰਿਕਾਰਡ ਕਰਨ ਦੇ ਉਦੋਂ ਫੈਸਲਾ ਲਿਆ, ਮੈਂ ਸਿਡਨੀ ਸੀ ਹੁਣੇ, ਅਸੀਂ ਪਿਛਲੇ ਸਾਲ ਨਵੰਬਰ 'ਚ ਟੂਰ ਕੀਤਾ ਆਸਟ੍ਰੇਲੀਆ ਦਾ, ਤੇ ਮੈਂ ਉਹ ਗਾਣਾ ਗਾਇਆ, ਉਹ ਰਿਕਾਰਡਡ ਨਹੀਂ ਸੀਗਾ ਹਾਲੇ, ਤੇ ਮੈਂ ਬੈਕ ਸਟੇਜ ਆ ਕੇ ਸ਼ੋਅ ਖਤਮ ਹੋ ਗਿਆ, 3.5 ਘੰਟੇ ਪਰਫਾਰਮ ਕੀਤਾ, ਸੰਡੇ ਦਾ ਦਿਨ ਸੀ, 3 ਦਿਨ ਲਗਾਤਾਰ ਗਾ ਕੇ ਆਏ ਹੋ ਤੁਸੀਂ, 6-18 ਘੰਟੇ ਲਗਾਤਾਰ ਗਾ ਕੇ ਆਏ ਹੋ ਲੋਕਾਂ, ਮੈਨੂੰ ਲੱਗਦਾ ਵਿਦ ਫਲਾਈਟਸ। ਮੈਂ ਬੈਕ ਸਟੇਜ 'ਤੇ ਆ ਕੇ ਫਿਰ ਇਹੀ ਗਾ ਰਿਹਾ, ਆਰ ਸੀ ਨੀ ਮਾਏ ਬੋਲਦਾ ਪਿਆਰ ਨਾਲ, ਆ ਬੋਲਦਾ ਪਿਆਰ ਨਾਲ ਫਾਰਸੀ, ਬਹੁਤ ਵਧੀਆ ਬਹੁਤ ਵਧੀਆ ਬੋਲਦਾ ਪਿਆਰ। ਮੈਨੂੰ ਲੱਗਿਆ ਕਿ ਯਾਰ ਇਹ ਮੇਰੀ ਰੂਹ ਦੇ ਬੜੀ ਨਜ਼ਦੀਕ ਆ ਤਰਜ਼ ਇਹ, ਅਤੇ ਮੈਂ ਸ਼ਾਹ ਜੀ ਜਤਿੰਦਰ ਸ਼ਾਹ ਜੀ ਸਾਡੇ ਮਿਊਜ਼ਿਕ ਡਾਇਰੈਕਟਰ ਆ, ਮੈਂ ਕਿਹਾ ਸ਼ਾਹ ਜੀ ਤੁਸੀਂ ਗਾਣੇ 'ਚੋਂ ਬਾਕੀ ਆਪਣੀ ਮਰਜ਼ੀ ਕਰ ਲਓ, ਇੱਕ ਮੇਰਾ ਵੀ ਕਰ ਲਓ, ਜ਼ਿਆਦਾਤਰ ਸਿਲੈਕਸ਼ਨ ਆਫ ਸੌਂਗ ਉਹੀ ਕਰਦੇ ਹੁੰਦੇ, ਕਹਿੰਦੇ ਤੁਹਾਡੀ ਸਿਲੈਕਸ਼ਨ ਸਾਨੂੰ ਪਤਾ, ਤੁਸੀਂ ਪੇਚੀਦਾ ਜਿਹੇ ਗਾਣੇ ਗਾਉਣੇ ਆ, ਹਮਜ਼ਾ ਵਰਗੇ ਜਾਂ ਆਦਮੀ ਵਰਗੇ, ਇਹ ਕਮਰਸ਼ੀਅਲ ਵਰਲਡ ਆ, ਸਾਨੂੰ ਗਾਣੇ ਤੁਹਾਡੇ ਹੀ ਆ, ਤਰਜ਼ਾਂ ਤੁਹਾਡੀਆਂ ਸਿਲੈਕਟ ਅਸੀਂ ਕਰਾਂਗੇ, ਤੁਸੀਂ ਸਾਰੀਆਂ ਡਾਇਰੀਆਂ ਇੱਥੇ ਰੱਖ ਦਿਓ। ਮੈਂ ਕਿਹਾ ਜੀ ਠੀਕ ਆ। ਇਹ ਮੈਂ ਜ਼ਬਰਦਸਤੀ ਗਾਣਾ ਪਾਇਆ ਸੀ ਕਿਉਂਕਿ ਮੇਰੀ ਮੈਨੂੰ ਬਹੁਤ ਚੰਗਾ ਲੱਗਦਾ ਸੀ, ਉਹ ਜਦੋਂ ਬਣ ਕੇ ਵੀ ਆਇਆ, ਹੁਣ ਵੀ ਉਹਦਾ ਵੀਡੀਓ ਬਣਿਆ ਸੰਦੀਪ ਸ਼ਰਮਾ ਹੁਣੀ, ਉਹ ਆਲਮ
ਇੱਦਾਂ ਲੱਗਦਾ ਕਿ 1950s ਜਾਂ 40s ਦਾ ਪੰਜਾਬ ਆ ਤੇ ਉਹੀ ਪਿੱਛੇ ਰੇੜੇ ਚੱਲ ਰਹੇ ਨੇ ਸਾਰਾ ਕੁਝ ਆ ਹਾਂ, ਸੋ ਇੱਕ ਤੁਹਾਡੀਆਂ ਹੈ ਵੀ ਯੂਨੀਕ ਨੇ ਸਾਰੀਆਂ ਤਰਜ਼ਾਂ, ਮੈਨੂੰ ਇਹ ਵੀ ਬੜੀ ਬੜੀ ਖੁਸ਼ੀ ਹੁੰਦੀ ਹੈ ਜਦ ਵੀ ਗੀਤ ਸੁਣੀਦਾ ਨਾ ਹਾਂਜੀ ਨਵਾਂ ਤੁਹਾਡਾ ਗੀਤ, ਤੇ ਲੱਗਦਾ ਵੀ ਕੁਝ ਨਵਾਂ ਆਇਆ। ਹੁਣ ਕਈ ਵਾਰੀ ਗੀਤ ਆਉਂਦੇ ਨੇ ਉਹ ਰਲਗੱਡ ਜਿਹੇ ਹੁੰਦੇ ਨੇ ਸਾਰੇ, ਨਿਲਾਮੀ ਉਹ ਬੜੀ ਗੀਤ ਜੇ ਤੁਸੀਂ ਸੁਣਿਆ ਹੋਵੇ ਸ਼ਾਇਦ, ਹੁਣੇ ਸਾਡਾ ਸੁਣਿਆ ਜੀ ਰੀਸੈਂਟਲੀ ਰਿਲੀਜ਼ ਹੋਇਆ, ਉਹਦੀ ਉਹ ਗਾਣੇ ਦੀ ਖੂਬੀ ਉਹਦੀ ਤਰਜ਼ ਆ। ਨਿਲਾਮੀ ਕੀਤੀ ਇਸ਼ਕੇ ਦੀ ਮਹਿਰਮਾ ਵੇ ਕਹਿ ਕੇ ਬਿਸਮਿਲਾ, ਸਿੰਗਲ ਕਹਿਰਵਾ। ਨਿਲਾਮੀ ਕੀਤੀ ਇਸ਼ਕੇ ਦੀ ਮਹਿਰਮਾ ਵੇ ਕਹਿ ਕੇ ਬਿਸਮਿਲਾ, ਵਫਾਵਾਂ ਦੀਆਂ ਮੁੰਦਰਾਂ ਗਵਾਚੀਆਂ ਝੂਠਾ ਪਿਆ ਟਿੱਲਾ, ਨਿਲਾਮੀ ਕੀਤੀ ਕਹਿ ਸਤਾਈ ਆ ਅੰਤਰਾ ਉਹਦਾ, ਤੇਰੇ ਨੈਣਾ ਕੀਤਾ ਜਦ ਜਾਦੂ ਟੋਣਾ, ਮੇਰੇ ਬੋਲ ਗਵਾਚੇ ਦਿਲ ਗਾਵਣ ਲੱਗਾ, ਇੱਕ ਨਸ਼ਾ ਅਨੋਖਾ ਇੱਕ ਤਲਬ ਅਵਲੀ, ਮੇਰਾ ਪੋਟਾ ਪੋਟਾ ਮੁਸਕ, ਇਹ ਝੂਮਰ ਹੋ ਗਿਆ ਜੀ ਜੀ ਜੀ। ਹਾਂ ਪਰ ਹੋਏ ਪਰਾਏ ਇਕਦਮ ਪਰਛਾਵੇਂ, ਸ਼ਰਮਿੰਦੇ ਹੋ ਗਏ ਕੁੱਲ ਦੁਨੀਆ ਜਾਵੇਂ, ਹਾਏ ਗਵਾਹੀ ਜਦੋਂ ਮੰਗੀ ਮੈਂ ਵੇ ਪਿਆਰਿਆ ਹੰਗਾਰਾ ਦਿੱਤਾ ਢਿੱਲਾ। ਹੁਣ ਇਹਦੇ ਵਿੱਚ ਤਿੰਨ ਰਫਤਾਰਾਂ ਨੇ ਰਿਦਮ ਦੀਆਂ, ਸੋ ਇਹ ਇਹ ਕੰਪੋਜੀਸ਼ਨ ਦੀ ਖੂਬੀ ਹੁੰਦੀ ਹੈ। ਅੱਛਾ, ਇਸ ਤੋਂ ਬਿਨਾਂ ਤੁਹਾਡੇ ਕੀ ਸ਼ੌਕ ਨੇ ਹੋਰ, ਜਦੋਂ ਕਦੇ ਟਾਈਮ ਮਿਲਦਾ, ਹੁਣ ਤਾਂ ਟਾਈਮ ਹੀ ਨਹੀਂ ਮਿਲਦਾ ਹੁਣ ਮੇਰੇ ਖਿਆਲ, ਇੰਨੇ ਬਿਜ਼ੀ ਮਿਲਦਾ। ਹਾਂਜੀ, ਪਰ ਮੇਰਾ ਸਭ ਤੋਂ ਵੱਡਾ ਸ਼ੌਕ ਹੈਗਾ ਜੀ ਹਿਸਟੋਰੀਕਲ ਬਿਲਡਿੰਗਸ ਟਰੈਵਲ ਕਰਨਾ। ਅੱਛਾ, ਬ੍ਰਿਟੇਨ ਉਸ ਚੀਜ਼ ਦਾ ਪੈਰਾਡਾਈਜ਼ ਆ, ਇੰਗਲੈਂਡ ਦੇ ਵਿੱਚ ਬਹੁਤ ਸਾਰੀਆਂ ਪ੍ਰਿਜ਼ਰਵਡ ਇਹੋ ਜਿਹੀਆਂ ਚੀਜ਼ਾਂ ਹੈਗੀਆਂ। ਰੀਸੈਂਟਲੀ ਮੈਨੂੰ ਸੁਭਾਗ ਹੋਇਆ, ਕੁਛ ਚੁਨਿੰਦਾ ਸਿੱਖਾਂ ਪੰਜਾਬੀਆਂ 'ਚ ਮੈਂ ਹੋਊਂਗਾ ਜਿਨ੍ਹਾਂ ਨੇ ਮਹਾਰਾਜਾ ਦਲੀਪ ਸਿੰਘ ਦਾ ਘਰ ਅੰਦਰੋਂ ਵੇਖਿਆ। ਮੈਂ ਹੁਣੇ ਉੱਥੋਂ ਇੱਕ ਹਫ਼ਤਾ ਪਹਿਲਾਂ ਆਇਆ, ਗਿਨੀਜ਼ ਫੈਮਿਲੀ ਓਨ ਕਰਦੀ ਹੈ ਉਹਨੂੰ, 1899 ਦੇ ਵਿੱਚ ਮਹਾਰਾਜ ਸਾਹਿਬ ਦੇ ਬੇਟੇ ਨੇ ਜਾਂ ਸਰਕਾਰ ਨੇ ਲੈ ਲਿਆ ਸੀ ਉਹ, ਅਤੇ ਉਹਨਾਂ ਨੇ ਵੇਚ ਦਿੱਤਾ ਸੀ ਇਸ ਫੈਮਿਲੀ ਨੂੰ। ਉਦੋਂ ਤੋਂ ਇਹਨਾਂ ਕੋਲ ਹੀ ਆ, ਮਹਾਰਾਜਾ ਸਾਹਿਬ ਤੋਂ ਬਾਅਦ ਇੱਕੋ ਹੀ ਫੈਮਿਲੀ ਕੋਲ ਆ ਉਹ ਘਰ। ਉਹ ਹੁਣ ਉਹਦੀ ਰੈਨੋਵੇਸ਼ਨ ਕਰ ਰਿਹਾ, ਆਲਮੋਸਟ 20 million UK pound ਦੀ ਉਹਦੀ ਰੈਨੋਵੇਸ਼ਨ ਹੋਣੀ ਹੈ। ਤੁਸੀਂ ਹਿਸਾਬ ਲਾ ਸਕਦੇ ਹੋ ਕਿ ਉਸ ਘਰ ਦੀ ਵਰਤ ਕਿੰਨੀ ਹੋਊਗੀ। ਸੋ ਉਹਨੂੰ ਮੈਂ ਅੰਦਰੋਂ ਦੇਖਿਆ, ਦਰਬਾਰ ਹਾਊਸ ਉਹਨਾਂ ਨੇ ਮਾਰਬਲ ਇੰਡੀਆ ਤੋਂ ਉਦੋਂ ਮੰਗਵਾਇਆ ਸੀ 1866 ਦੇ ਵਿੱਚ, 1886 ਦੇ ਵਿੱਚ ਉੱਥੋਂ ਕਾਰੀਗਰ ਆਏ ਉਹ ਬਣੇ, ਅਤੇ ਉਹ ਮੈਨੂੰ ਜਿਵੇਂ ਨਾ ਕਹਾਣੀ ਬਿਆਨ ਕਰਦੀਆਂ ਕੰਧਾਂ, ਜਿਵੇਂ ਜੇ ਮੈਂ ਕਿਸੇ ਇਮਾਰਤ 'ਚ ਵੜਾਂ ਜਿਹੜੀ 16th century ਦੀ ਜਾਂ 7th century ਦੀ ਆ, ਅਤੇ ਉਹ ਮੇਰੇ ਲਈ ਸਿਰਫ ਇਮਾਰਤ ਨਹੀਂ ਹੈਗੀ, ਮੈਨੂੰ ਉਹ ਸਾਰਾ ਕੁਛ ਦਿਖਣ ਲੱਗ ਜਾਂਦਾ ਕਿ ਅੱਛਾ ਕਿੰਨੇ ਕਾਰੀਗਰ ਆਏ ਹੋਣਗੇ, ਇਹ ਰੰਗ ਕਿੱਥੋਂ ਆਇਆ ਹੋਏਗਾ, ਇਹ ਪੱਥਰ ਕਿੱਥੋਂ ਆਇਆ ਹੋਏਗਾ, ਇਹ ਦਰਵਾਜ਼ੇ ਦੀ ਕਾਰੀਗਰੀ ਕਿਹਨੇ ਕੀਤੀ ਹੋਏਗੀ। ਉਹ ਚੀਜ਼ਾਂ ਮੈਨੂੰ ਬਹੁਤ ਹੀ ਜ਼ਿਆਦਾ ਅਲੋਰਿੰਗ ਫੈਸੀਨੇਟਿਵ ਲੱਗਦੀਆਂ ਨੇ। ਅਤੇ ਅੱਛਾ, ਮੈਂ ਤੁਹਾਨੂੰ 2-4 ਸਵਾਲ ਹੋਰ ਹਾਲੇ ਪੁੱਛਣੇ ਨੇ ਪਲੀਜ਼, ਅਤੇ ਪਰ ਉਸ ਤੋਂ ਪਹਿਲਾਂ ਆਪਾਂ ਵੇਖਣ ਸੁਣਨ ਵਾਲਿਆਂ ਨੂੰ ਇੱਕ ਵਾਰੀ ਦੱਸ ਦਈਏ ਜਿਹੜਾ ਸ਼ੋਅ ਆਪਣਾ ਹਾਂਜੀ ਹਾਂਜੀ 21 ਜੁਲਾਈ ਨੂੰ, ਹਾਂਜੀ ਯਾ 21 ਜੁਲਾਈ ਕੁਈਨ ਐਲਿਜ਼ਾਬੈਥ ਥੀਏਟਰ। ਹਾਂ, ਕੁਈਨ ਐਲਿਜ਼ਾਬੈਥ ਥੀਏਟਰ ਦੇ ਵਿੱਚ ਤੁਸੀਂ, ਕੋਈ ਵੀ ਜਾਣਕਾਰੀ ਤੁਹਾਨੂੰ ਅਗਰ ਚਾਹੀਦੀ ਹੈ ਟਿਕਟਾਂ ਵਾਸਤੇ ਜਾਂ ਵੈਸੇ ਕੋਈ ਸਵਾਲ ਜਵਾਬ ਤੁਹਾਡਾ ਹੈ, ਤੇ ਤੁਸੀਂ ਗੁਰਜੀਤ ਬੱਲ ਹੋਰਾਂ ਨਾਲ ਐਨੀ ਟਾਈਮ ਟੈਲੀਫੋਨ ਤੇ ਗੱਲ ਕਰ ਸਕਦੇ ਹੋ ਜੀ, 7786820001 ਤੇ ਟੈਲੀਫੋਨ ਕੀਤਾ ਜਾ ਸਕਦਾ ਹੈ। ਅੱਛਾ, ਤੁਸੀਂ ਕਿਹੜੇ ਕਿਹੜੇ ਗਾਇਕਾਂ ਤੋਂ ਜਾਂ ਗੀਤਕਾਰਾਂ ਤੋਂ ਪ੍ਰਭਾਵਿਤ ਹੋ? ਮੈਂ ਖਾਸ ਸਾਹਿਬ ਨੁਸਰਤ ਸਾਹਿਬ ਨੂੰ ਸੁਣ ਕੇ ਮੈਨੂੰ ਲੱਗਦਾ ਸੀ ਗਾਣਾ ਸ਼ੁਰੂ ਕੀਤਾ ਹੋਣਾ, ਅਤੇ ਮੋਸਟ ਇਨਫਲੂਐਂਸ ਮੇਰੇ 'ਤੇ ਉਹਨਾਂ ਦਾ ਹੈ ਜਦੋਂ ਮੈਂ, ਕਿਉਂਕਿ ਉਸ ਤੋਂ ਪਹਿਲਾਂ ਰੇਡੀਓ 'ਤੇ ਗੀਤ ਆਉਂਦੇ ਹੁੰਦੇ ਸੀਗੇ ਅਤੇ ਸਾਡੇ ਫੋਕ ਹੁੰਦੇ ਸੀ ਸਾਡੇ। ਪਹਿਲੀ ਵਾਰੀ ਜਦੋਂ ਮੈਂ ਆਪਣੇ ਨਾਨਕੇ ਪਿੰਡ ਗਿਆ 10ਵੀਂ ਦੀਆਂ ਛੁੱਟੀਆਂ ਤੋਂ ਬਾਅਦ, ਜਲੰਧਰ ਜ਼ਿਲ੍ਹੇ 'ਚ ਪਿੰਡ ਹੈ ਜੀ ਲੁਟੇਰਾ ਕਲਾਂ ਨੂੰ ਕਹਿੰਦੇ, ਛੋਟਾ ਜਿਹਾ ਪਿੰਡ ਹੈ, ਅਤੇ ਉੱਥੇ ਇੱਕ ਰਾਗੀ ਸਿੰਘ ਹੁੰਦਾ ਸੀ ਸਾਡੀ, ਮਤਲਬ ਲਾ ਲਓ ਸ਼ਰੀਕਿਆਂ 'ਚ ਹੋਣੇ ਆ, ਅਤੇ ਅਸੀਂ ਬਾਹਰ ਬੱਚਿਆਂ ਨੇ ਖੇਡਦੇ ਹੋਣਾ ਅਤੇ ਅੰਦਰ ਉਹਨਾਂ ਨੇ ਵਾਜੇ ਵਜਾ ਕੇ ਰਿਆਜ਼ ਕਰਦੇ ਹੋਣਾ, ਅਤੇ ਮੈਨੂੰ ਸੁਣਨਾ, ਮੈਂ ਕਿਹਾ ਯਾਰ ਹਾਰਮੋਨੀਅਮ ਮੈਨੂੰ ਬੜੀ ਸੋਹਣੀ ਆਵਾਜ਼ ਲੱਗਣੀ ਉਹਦੀ। ਹਾਲਾਂਕਿ ਉਸ ਤੋਂ ਪਹਿਲਾਂ ਮੈਂ ਗਾਉਂਦਾ ਹੁੰਦਾ ਸੀਗਾ ਪਰ ਮੈਨੂੰ ਮਿਊਜ਼ਿਕ ਦੀ ਤਾਲੀਮ ਦੇ ਨਾਲ ਕੋਈ ਤਾਲੁਕ ਨਹੀਂ ਸੀਗਾ, ਅਤੇ ਮੈਨੂੰ ਲੱਗਣਾ ਕਿ ਮੈਂ ਇਹਦੇ ਕੋਲ ਜਾਵਾਂ, ਆਵਾਜ਼ਾਂ ਦੇਖਾਂ ਕਿੱਦਾਂ ਸਾਰ ਰੱਖੀਦਾ ਕੀ ਕਰੀਦਾ, ਕਾਲੇ ਚਿੱਟੇ ਸੁਰ ਅਟਰੈਕਟ ਕਰਦੇ ਸੀ। ਉਹਨਾਂ ਦੇ ਕਮਰੇ 'ਚ ਮੈਂ ਗਿਆ ਅਤੇ ਉਹਨਾਂ ਨੇ ਨੁਸਰਤ ਸਾਹਿਬ ਦੀਆਂ ਐਂਟੀ ਕਲੈਕਸ਼ਨ ਰੱਖੀ ਹੋਈ, ਅਤੇ ਉਹਨਾਂ 24 ਘੰਟੇ ਉਹਨਾਂ ਨੇ ਉਹੀ ਸੁਣਨਾ, ਕਿਉਂਕਿ ਜਿਹੜੇ ਗਵੱਈਏ ਟਾਈਪ ਦੇ ਲੋਕ ਹੁੰਦੇ ਆ ਉਹਨਾਂ ਨੂੰ ਕਲਾਸੀਕਲ ਮਸੀਕੀ ਜ਼ਿਆਦਾ ਐਡਮਾਇਰ ਕਰਦੀ ਹੈ। ਅਤੇ ਮੈਂ ਸੁਣਿਆ ਖਾਨ ਸਾਹਿਬ ਦੇ ਗੀਤ, ਸਾਨੂੰ ਇੱਕ ਪਲ ਚੈਨ ਨਾ ਆਵੇ ਜਾਂ ਜੋ ਜਿੰਨੇ ਵੀ ਲਾ ਲਓ, ਉਹ ਤਾਂ ਹਜ਼ਾਰਾਂ ਗੀਤ ਨੇ ਉਹਨਾਂ ਦੇ, ਅਤੇ ਮੈਨੂੰ ਲੱਗਾ ਯਾਰ ਇੱਦਾਂ ਵੀ ਗਾਉਂਦੇ ਆ ਲੋਕ, ਅੱਛਾ ਇਹ ਵੀ ਤਰੀਕਾ ਹੈ ਕੋਈ, ਕਿਉਂਕਿ ਉਸ ਤੋਂ ਪਹਿਲਾਂ ਤਾਂ ਸਾਦੇ ਸਿੱਧੇ ਫੋਕ ਗਾਣੇ ਗਾਉਂਦੇ ਹੁੰਦੇ ਸੀ। ਜੀ ਜੀ। ਫਿਰ ਮੈਨੂੰ ਤਲਬ ਲੱਗੀ ਵੀ ਮੈਂ ਸਿੱਖਣਾ ਆ, ਅੱਛਾ ਰਾਗ ਕੀ ਹੁੰਦੇ ਆ, ਭੋਪਾਲੀ ਕੀ ਆ, ਤੋੜੀ ਕੀ ਆ, ਗੁਜਰੀ ਕੀ ਆ, ਬੈਰਵੀ ਕੀ ਆ, ਅਤੇ ਫਿਰ ਉਹ ਕਿਹਾ ਇਹ ਲੰਬਾ ਕੰਮ ਹੈ ਥੋੜ੍ਹਾ ਜਿਹਾ, ਮੈਂ ਕਿਹਾ ਨਹੀਂ ਮੈਂ ਸਿੱਖਣਾ ਆ। ਫਿਰ ਉਹਨਾਂ ਨੇ ਮੈਨੂੰ ਸਿਖਾਉਣਾ ਸ਼ੁਰੂ ਕਰਤਾ, ਫਿਰ ਹੌਲੀ ਹੌਲੀ ਉਹਨਾਂ ਨੇ ਉੱਥੋਂ ਜਲੰਧਰ ਕੈਂਟ ਜਾਂਦੇ ਹੁੰਦੇ ਸੀ ਬਾਏ ਸਾਈਕਲ,
25 ਕਿਲੋਮੀਟਰ ਉਹ ਸਾਡੇ ਨਾਨਕੇ ਪਿੰਡ ਤੋਂ ਜਲੰਧਰ ਕੈਂਟ ਹੁੰਦਾ ਸੀ, ਅਸੀਂ ਦੋਨਾਂ ਜਣਿਆਂ ਨੇ ਸਾਈਕਲ ਤੇ ਜਾਣਾ ਆਉਣਾ ਤਾਲੀਮ ਲੈ ਕੇ। ਉਦੋਂ ਮੇਰੀ ਪਹਿਲੀ ਤਾਲੀਮ ਸ਼ੁਰੂ ਹੋਈ ਇਹ 뮤직 ਦੀ। ਸੋ ਉਹਨਾਂ ਤੋਂ ਮੈਂ ਐਡਮਾਇਰ ਇਨਸਪਾਇਰ ਕਹਿ ਸਕਦੇ ਹਾਂ। ਤੇ ਉਸ ਤੋਂ ਬਾਅਦ ਹੌਲੀ ਹੌਲੀ ਗਵਈਏ ਜਗਜੀਤ ਜੀ ਮੈਨੂੰ ਬਹੁਤ ਹੀ ਚੰਗੇ ਲੱਗਦੇ ਸੀ ਉਹਨਾਂ ਨੇ। ਮੈਂ ਵਡਭਾਗੀ ਹਾਂ ਕਿ ਇਸ ਵਾਰੀ ਟੋਰੋਂਟੋ ਦਾ ਜਿਹੜਾ ਕੌਂਸਰਟ ਆ ਸਾਡਾ ਰੋਇ ਥੋਮਸਨ ਹਾਲ 'ਚ ਹੋ ਰਿਹਾ ਡਾਊਨਟਾਊਨ ਟੋਰੋਂਟੋ, ਉਹ ਹਾਲ ਆ ਜਿੱਥੇ 11 April 2009 ਨੂੰ ਜਗਜੀਤ ਸਿੰਘ ਹੋਣਾ ਦੇ ਕੌਂਸਰਟ ਦੇ ਵਿੱਚ ਮੇਰੀ ਪਹਿਲੀ ਐਲਬਮ ਉਹਨਾਂ ਦੇ ਹੱਥੋਂ ਰਿਲੀਜ਼ ਹੋਈ ਸੀ। ਸੋ ਮੇਰੇ ਲਈ ਇੱਕ ਬਹੁਤ ਵਡਭਾਗਾ ਇਹ ਸਮਾਂ ਹੈ। ਜਗਜੀਤ ਜੀ ਇੱਕ ਇਹੋ ਜਿਹੀ ਹਸਤੀ ਸੀਗੇ, ਮੈਨੂੰ ਲੱਗਦਾ ਸਾਡੇ ਪੰਜਾਬ ਦੀ ਇੱਕ ਇਹੋ ਜਿਹੀ ਪੁਰਖਲੂਸ ਆਵਾਜ਼ ਸੀ ਜਿਹਦੇ ਅਸਰ ਤੋਂ ਤੁਸੀਂ ਵਾਂਝੇ ਨਹੀਂ ਰਹਿ ਸਕਦੇ। ਨੋ ਮੈਟਰ ਵਟ ਇਫ ਯੂ ਲਾਈਕ ਹਿਮ ਔਰ ਨੋਟ, ਤੁਹਾਨੂੰ ਪਤਾ ਹੈ ਜਗਜੀਤ ਸਿੰਘ ਕੌਣ ਹੈ ਕਿ ਨਹੀਂ। ਜਦੋਂ ਵੀ ਉਹ ਕਹਿਣਗੇ ਮਿੱਟੀ ਦਾ ਬਾਵਾ ਮੈਂ ਬਣਾਉਣੀਆਂ ਵੇ ਚੱਗਾ ਪਾਉਣੀਆਂ ਵੇ ਉੱਤੇ ਦੇਨੀਆਂ ਖੇਸੀ ਨਾਰੋ ਮਿੱਟੀ, ਕਿੱਡੀ ਬੇਸ ਦੇ ਵਿੱਚ ਆਵਾਜ਼ ਗਾਉਂਦੇ ਸੀ, ਕਿੱਡਾ ਸੋਜ ਸੀ, ਕਿੱਡੀ ਲੱਜ਼ਤ ਸੀ। ਉਹ ਮੈਨੂੰ ਬਹੁਤ ਚੰਗੇ ਲੱਗਦੇ। ਕਿੱਦਾਂ ਨਾ ਪਸੰਦ ਕਰੋਗੇ ਤੁਸੀਂ? ਹਾਂਜੀ ਹਾਂਜੀ, ਅਸਰ ਬਹੁਤ ਹੁੰਦਾ ਹੈ ਬਿਲਕੁਲ। ਅੱਛਾ ਫਿਲਮ ਬਣਾਈ ਬਲੈਕ ਪ੍ਰਿੰਸ, ਕਿੱਦਾਂ ਦਾ ਤਜਰਬਾ ਰਿਹਾ ਤੁਹਾਡਾ? ਬਿਊਟੀਫੁਲ ਤਜਰਬਾ। ਹੋਰ ਵੀ ਬਣਾਉਂਗੇ ਆਉਣ ਵਾਲੇ ਸਮੇਂ 'ਚ? ਫਿਲਮ ਮੇਕਿੰਗ ਐਕਚੁਅਲੀ ਹੈਗਾ ਤੇ ਥੋੜਾ ਟਫ ਜੌਬ ਹੈ ਜੀ, ਬੀਇੰਗ ਅ ਸਟੇਜ ਟਾਈਮ ਬਹੁਤ ਜ਼ਿਆਦਾ ਲੱਗਦਾ, ਬਟ ਆਬਵੀਅਸ ਗੱਲ ਹੈ ਕਿ ਪਰ ਉਹ ਬਿਊਟੀਫੁਲ ਮੈਥਡ ਆ ਟੂ ਕਨਵੇ ਸਮਥਿੰਗ ਸਟਰੋਂਗਲੀ ਐਂਡ ਟੂ ਪ੍ਰੀਜ਼ਰਵ ਸਮਥਿੰਗ। ਤੇ ਦ ਬਲੈਕ ਪ੍ਰਿੰਸ ਲਈ ਤਾਂ ਸਾਡੀ ਜ਼ਿੰਦਗੀ ਦੇ 5 ਵਰੇ ਲੱਗੇ ਜੀ। 2012 'ਚ ਸ਼ੁਰੂ ਹੋਇਆ ਸੀ ਉਹ ਪ੍ਰੋਜੈਕਟ, ਮੈਂ ਉਹਦੀ ਰਿਸਰਚ 'ਚ ਵੀ ਸ਼ਾਮਿਲ ਰਿਹਾ, ਮੈਨੂੰ ਐਕਟਿੰਗ ਕਲਾਸਿਸ ਵੀ ਜੁਆਇਨ ਕਰਨੀਆਂ ਪਈਆਂ ਓਬਵੀਅਸਲੀ। ਅਤੇ ਇੰਗਲਿਸ਼, ਕਿਉਂਕਿ ਬ੍ਰਿਟਿਸ਼ ਸਟਰੋਂਗ ਕੁਈਨਸ ਇੰਗਲਿਸ਼ ਦਾ ਐਕਸੈਂਟ ਮੇਨਟੇਨ ਕਰਨਾ ਸੀ ਤੁਸੀਂ ਔਨਸੈਟ, ਕਿਉਂਕਿ ਬਣੀ ਫਿਲਮ ਇੰਗਲਿਸ਼ ਸੀਗੀ, ਬਾਅਦ 'ਚ ਅਸੀਂ ਡੱਬ ਕੀਤੀ ਜਾਂ ਹਿੰਦੀ ਉਹਦਾ ਡੱਬਿੰਗ ਕੀਤੀ। ਸੋ ਇੱਕ ਹਿਊਜ ਅਮਾਊਂਟ ਆਫ ਵਰਕ ਸੀਗਾ ਜੀ ਉਹ, ਤੁਹਾਨੂੰ ਯੂ ਹੈਵ ਟੂ ਮੇਨਟੇਨ ਯੂਰ ਫਿਜ਼ੀਕ ਐਜ਼, ਕਿਉਂਕਿ ਯੂ ਹੈਵ ਟੂ ਪੋਰਟ੍ਰੇ ਮਹਾਰਾਜਾ ਦੀਪ ਸਿੰਘ ਐਜ਼ ਅ 16 16 ਸਾਲ ਦੇ ਮਹਾਰਾਜਾ ਤੋਂ ਲੈ ਕੇ 55 ਸਾਲ ਦੇ ਮਹਾਰਾਜਾ ਸਾਹਿਬ ਤੱਕ ਦੀ ਕਿਰਦਾਰ ਮੈਂ ਕੀਤਾ। ਸੋ ਤੁਹਾਨੂੰ ਦੇਖੀ ਜੀ ਅਸੀਂ, ਹਾਂਜੀ ਹਾਂਜੀ। ਸੋ ਉਹਦੇ ਕਰਕੇ ਸਵੇਰੇ ਕਦੀ ਤੁਸੀਂ 16 ਸਾਲ ਦੇ ਹੁੰਦੇ ਸੀ, ਰਾਤ ਨੂੰ ਤੁਸੀਂ ਮਤਲਬ ਕਿ ਉਹਨਾਂ ਨੇ ਸੀਨ ਸ਼ਾਰਟ ਕਰਨਾ ਤੇ ਉਹ 55 ਸਾਲ ਦਾ ਹੋਣਾ। ਸੋ ਜਿਹੜਾ ਉਹਨਾਂ ਦਾ ਇਨਰ ਡਾਇਲਮਾ ਸੀਗਾ ਕਿ ਉਦੋਂ ਕੀ ਮੈਂਟਲ ਸਟੇਟਸ ਸੀ ਤੇ ਉਦੋਂ ਮੈਂਟਲ ਸਟੇਟਸ ਕੀ ਸੀਗਾ, ਉਹ ਸਾਰੀਆਂ ਚੀਜ਼ਾਂ ਥੋੜ੍ਹੀਆਂ ਜਿਹੀਆਂ ਮੇਨਟੇਨ ਕਰਨੀਆਂ ਹੁੰਦੀਆਂ ਸੀ। ਬੀਇੰਗ ਅ ਨੌਨ ਐਕਟਰ ਜਾਂ ਡੈਬਿਊ ਐਕਟਰ, ਇਟ ਵਾਜ਼ ਦੀ ਟਫੈਸਟ, ਪਰ ਮੇਰੇ ਦੁਆਲੇ ਥੰਮ ਬੜੇ ਵੱਡੇ ਵੱਡੇ ਸੀ, ਸ਼ਬਾਨਾ ਆਜ਼ਮੀ ਵਰਗੇ, ਜੈਸਨ ਫਲੇਮਿੰਗ ਵਰਗੇ, ਸੋ ਉਹਨਾਂ ਨੇ ਬਹੁਤ ਹਮਾਇਤ ਕੀਤੀ। ਤੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਆਸ ਰੱਖੀਏ ਅਸੀਂ, ਪਲੈਨਿੰਗ ਹੈ? ਹਾਂਜੀ ਹਾਂਜੀ, ਪ੍ਰਪੋਜ਼ਲ ਬਹੁਤ ਜ਼ਿਆਦਾ ਨੇ, ਕਿਉਂਕਿ ਤੁਹਾਡਾ ਡੈਬਿਊ ਐਡੀ ਵੱਡੀ ਇੰਡਸਟਰੀ ਤੋਂ ਹੋਇਆ ਤਾਂ ਜ਼ਾਹਿਰ ਜੀ ਗੱਲ ਹੈ ਲੋਕ ਤੁਹਾਡੇ ਤੋਂ ਤਵੱਕੋ ਵੀ ਕਰਦੇ ਇਸ ਚੀਜ਼ ਦੀ ਕਿ ਤੁਸੀਂ ਕੁਛ ਹੋਰ ਕਰੋ। ਮੈਂ ਕਾਫੀ ਸਕ੍ਰਿਪਟਸ, ਹੁਣ ਜੇ ਮੈਂ ਪੰਜਾਬ ਚੰਡੀਗੜ੍ਹ ਹੋਵਾਂ ਤਾਂ ਉਹ ਸੁਣਾਉਣ ਆ ਜਾਂਦੇ ਸਕ੍ਰਿਪਟ ਰਾਈਟਰ ਪ੍ਰੋਡਿਊਸਰ ਡਾਇਰੈਕਟਰ ਜਾਂ ਸਾਰੇ, ਅਤੇ ਅਸੀਂ ਸੁਣਦੇ ਵੀ ਹਾਂ। ਕੁਛ ਕੁ ਸਕ੍ਰਿਪਟਸ ਨੂੰ ਅਸੀਂ ਤਰਜੀਹ ਵੀ ਦਿੱਤੀ ਹੈ ਕਿ ਯਾਰ ਜੇ ਤੁਸੀਂ ਇਹਨੂੰ ਥੋੜ੍ਹਾ ਜਿਹਾ ਹੋਰ ਪੋਲਿਸ਼ ਕਰਕੇ ਕਰ ਲਓ ਤਾਂ ਵੀ ਵਿਲ ਡੈਫੀਨੇਟਲੀ ਕੰਸਿਡਰ ਇਟ, ਅਤੇ ਅਸੀਂ ਕਰਾਂਗੇ। ਸੋ ਕੁਛ ਸਕ੍ਰਿਪਟਸ 'ਤੇ ਕੰਮ ਚੱਲ ਰਿਹਾ, ਪਰ ਅਸੀਂ ਜਦੋਂ ਸਕ੍ਰਿਪਟਸ ਲੌਕ ਹੋ ਜਾਂਦੀਆਂ ਜੀ, ਕਿਉਂਕਿ ਸਭ ਤੋਂ ਮੇਨ ਹੁੰਦੀ ਹੈ ਰਾਈਟਿੰਗ ਫਿਲਮ ਦੀ। ਜੇਕਰ ਫਿਲਮ ਰਾਈਟਿੰਗ ਦੇ ਵਿੱਚ ਗੁੱਡ ਹੈ ਨਾ ਜੀ, ਬਲੈਕ ਐਂਡ ਵਾਈਟ ਤੁਹਾਡੇ ਕੋਲ ਪੇਪਰ ਮੈਟਰ ਬਿਲਕੁਲ ਸਹੀ ਹੈ, ਉਸ ਤੋਂ ਬਾਅਦ ਫਿਲਮ ਬਣਾਉਣੀ ਆਸਾਨ ਵੀ ਹੈ ਅਤੇ ਸ਼ੋਰ ਹੋ ਜਾਂਦਾ ਕਿ ਇਹ ਫਿਲਮ ਚੰਗੀ ਹੈ ਜਾਂ ਨਹੀਂ। ਜੇਕਰ ਤੁਹਾਡੀ ਸਕ੍ਰਿਪਟ ਦੇ ਉੱਤੇ ਵਰਕ ਨਹੀਂ ਤੁਸੀਂ ਕਰਦੇ, ਪ੍ਰੋਡਕਸ਼ਨ 'ਤੇ ਵਰਕ ਕਰੀ ਜਾਂਦੇ ਹੋ ਜਾਂ ਐਕਟਰਸ 'ਤੇ ਵਰਕ ਕਰੀ ਜਾਂਦੇ ਹੋ, ਫਿਰ ਉਹ ਮੇਰੇ ਖਿਆਲ 'ਚ ਮੈਟਰ ਨਹੀਂ ਕਰਦਾ। ਅੱਛਾ, ਇੱਕ ਸਵਾਲ, ਮੈਨੂੰ ਲੱਗਦਾ ਵੀ ਤੁਸੀਂ ਮੇਰੇ ਢੁੱਕਵੇਂ ਗੈਸਟ ਹੈਗੇ ਹੋ। ਅੱਛਾ ਜੀ, ਇਸ ਸਵਾਲ ਵਾਸਤੇ ਮੈਨੂੰ ਦੱਸੋ ਕਿ ਗਾਇਕੀ ਹੈ ਜਿਹੜੀ, ਸੰਗੀਤ ਹੈ ਜਾਂ ਮੌਸੀਕੀ ਮੈਂ ਕਹਿ ਲਵਾਂ, ਇਹ ਰੂਹ ਦਾ ਸਕੂਨ ਹੈ ਇੱਕ ਕਿਸਮ ਦੇ ਨਾਲ, ਹੈ ਜੀ, ਇੱਕ ਵਧੀਆ ਸੁਨੇਹਾ ਇਹਦੇ ਰਾਹੀਂ ਸਾਨੂੰ ਮਤਲਬ ਹੋਣਾ ਚਾਹੀਦਾ ਕਨਵੇ। ਪਰ ਹੁਣ ਅੱਜ ਕੱਲ੍ਹ ਇਹ ਵਾਦ ਵਿਵਾਦ ਦਾ ਵਿਸ਼ਾ ਬਣੀ ਹੋਈ ਹੈ ਜੀ, ਅਤੇ ਇਹਦੇ 'ਤੇ ਮੈਂ ਤੁਹਾਡੇ ਕਮੈਂਟਸ ਨੇ ਜਿਹੜੇ ਲੈਣਾ ਚਾਹੁੰਦੀ ਹਾਂ ਜ਼ਰੂਰ, ਤੁਸੀਂ ਦੱਸੋ, ਕਿਉਂਕਿ ਇਹਦੇ 'ਤੇ ਹੁਣ ਆਏ ਦਿਨ ਜੇ ਕਮਿਸ਼ਨ ਬਣਦਾ ਸਾਡੇ ਉੱਤੇ ਪੰਜਾਬ ਦੇ ਵਿੱਚ, ਹਾਂਜੀ ਹਾਂਜੀ, ਤੇ ਉਹਦੇ ਵਿੱਚ ਐਡੇ ਵੱਡੇ ਰਾਈਟਰ ਸਾਡੇ ਸੁਰਜੀਤ ਪਾਤਰ ਸਾਹਿਬ, ਹਾਂਜੀ, ਉਹ ਹੁਣ ਕੀ ਕਰਨਗੇ ਦੱਸੋ, ਕਿਵੇਂ ਇਹਨੂੰ ਹੈਂਡਲ ਕੀਤਾ ਜਾ ਸਕਦਾ, ਸਿਚੁਏਸ਼ਨ ਹੈ ਜਿਹੜੀ। ਪਾਤਰ ਸਾਹਿਬ ਦਾ ਤੁਸੀਂ ਨਾਮ ਲਿਆ, ਮੈਨੂੰ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਲਚਰਲ ਮਿਨਿਸਟਰ ਪੰਜਾਬ ਨੇ ਕਰੰਟ ਸਨੈਪਿਓ ਦੇ, ਉਹਨਾਂ ਦੀ ਮੈਨੂੰ ਵੀ ਲੈਟਰ ਆਈ ਸੀ, ਉਹਨਾਂ ਨੇ ਮੈਨੂੰ ਵੀ ਇਨਵਾਈਟ ਕੀਤਾ ਕਿ ਅਸੀਂ ਕੁਛ ਚੁਣਿੰਦਾ ਲੋਕ ਪੰਜਾਬ ਦੇ ਸੱਦੇ ਆ, ਪੰਜਾਬ ਦੀ ਕਲਚਰਲ ਪਾਲਿਸੀ ਰਿਵਾਈਵ ਕਰਨੀ ਹੈ, ਅਤੇ ਮੈਂ ਸਭ ਤੋਂ ਜੂਨੀਅਰ ਸੀ ਉਹਦੇ ਵਿੱਚ, ਜਿੱਦਾਂ ਤੁਸੀਂ ਲਿਆ ਪਾਤਰ ਸਾਹਿਬ ਦੀ ਲੈਵਲ ਦੇ ਸਾਰੇ ਲੋਕ ਸੀਗੇ ਉੱਥੇ, ਅਤੇ ਮੇਰੀ ਵੀ ਵਾਰੀ ਆਈ ਕਿ ਤੁਸੀਂ ਕੀ ਮਸ਼ਵਰਾ ਦਿੰਦੇ ਹੋ। ਸਭ ਨੇ ਕਿਹਾ ਕਿ ਚੰਗੀਆਂ ਫਿਲਮਾਂ ਬਣਨੀਆਂ ਚਾਹੀਦੀਆਂ, ਸੈਂਸਰ ਹੋਣਾ ਚਾਹੀਦਾ, ਗਾਣੇ ਚੰਗੇ ਹੋਣੇ ਚਾਹੀਦੇ, ਵੀਡੀਓ ਚੰਗੀ ਹੋਣੀ ਚਾਹੀਦੀ, ਟੈਲੀਵਿਜ਼ਨ ਨੂੰ ਸੈਂਸਰ ਕਰਨਾ ਚਾਹੀਦਾ, ਰੇਡੀਓ ਨੂੰ ਸੈਂਸਰ ਕਰਨਾ ਚਾਹੀਦਾ, ਵਟਐਵਰ ਜੋ ਵੀ ਕੁਛ ਕਹਿ ਸਕਦੇ ਹਾਂ। ਮੇਰਾ ਉੱਥੇ ਸੁਜੈਸ਼ਨ, ਬੀਇੰਗ ਅ ਕੰਟੈਂਪਰੇਰੀ ਯੂਨੀਵਰਸਿਟੀ ਸਟੂਡੈਂਟ, ਆਈ ਮੀਟ ਸੇ ਕਿ
ਮੈਂ ਕਿਹਾ ਜੀ ਸਾਨੂੰ, ਕਿਉਂਕਿ ਮੈਂ ਉਸ ਤੋਂ ਪਹਿਲਾਂ 2-3 ਸੈਮੀਨਾਰ ਕਰ ਚੁੱਕਾ ਸੀਗਾ SSP ਸਰਦਾਰ ਨੌਨਿਹਾਲ ਸਿੰਘ ਹੋਣਾ ਨਾਲ, ਇੱਕ IAS PCS IAS ਸੀਨੀਅਰ ਲੇਡੀ ਹੁੰਦੀ ਸੀ, ਇੱਕ ਪੋਲੀਟੀਸ਼ੀਅਨ ਹੁੰਦੇ ਸੀ, ਇੱਕ ਪੁਲਿਸ ਆਫਿਸਰ ਹੁੰਦਾ ਸੀ ਅਤੇ ਇੱਕ ਆਰਟਿਸਟ ਹੁੰਦਾ ਸੀ। ਅੱਛਾ। ਅਸੀਂ ਉੱਥੇ ਚੰਡੀਗੜ੍ਹ ਯੂਨੀਵਰਸਿਟੀ ਘੜੂ ਆਇਆ, ਉੱਥੇ ਇੱਕ ਸੈਮੀਨਾਰ ਕੀਤਾ ਸੀਗਾ ਇਸੇ ਚੀਜ਼ ਦੇ ਉੱਤੇ। ਓਕੇ। ਪਰ ਇਹ 4 ਜਾਂ 5 ਸਾਲ ਪਹਿਲਾਂ ਦੀ ਗੱਲ ਹੋਣੀ ਆ। ਸੋ ਮੈਨੂੰ ਉੱਥੋਂ ਇੱਕ ਆਈਡੀਆ ਸੀਗਾ ਕਿ ਸਿਰਫ ਯੂਥ ਨੂੰ ਸਾਈਕੋਲੋਜੀਕਲੀ ਤੁਸੀਂ ਚੇਂਜ ਕਰ ਸਕਦੇ ਹੋ, ਫੋਰਸਫੁਲੀ ਨਹੀਂ। ਕਿਉਂਕਿ ਸਾਡੇ ਪੰਜਾਬ ਦੀ ਕੌਮ ਜਿਹੜੀ ਜੁਝਾਰੂ ਆ, ਤੁਸੀਂ ਜ਼ਬਰਦਸਤੀ ਉਹਨਾਂ ਤੋਂ ਕੁਛ ਨਹੀਂ ਕਰਾ ਸਕਦੇ। ਸਹੀ, ਬਿਲਕੁਲ ਸਹੀ, ਹੈ ਨਾ। ਮੁਹੱਬਤ ਦੇ ਨਾਲ ਜਾਂ ਕਿਸੇ ਤਰੀਕੇ ਦੇ ਨਾਲ, ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਕਦਾ, ਸ਼ੌਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਸੋ ਡੰਡਾ ਲਕੀਰ 'ਚ ਆਉਣਾ ਚਾਹੀਦਾ, ਪਹਿਲਾਂ ਉਹਨਾਂ ਨੂੰ ਸ਼ੌਕ ਪਾਓ ਜੀ ਜੀ, ਫਿਰ ਪਿਆਰ ਕਰਾਓ, ਫਿਰ ਕੋਈ ਲਾਲਚ ਦਿਓ, ਫਿਰ ਡੰਡਾ ਯੂਜ਼ ਕਰ ਲਿਓ। ਜਿਹੜਾ ਤੁਸੀਂ ਕਮਿਸ਼ਨ ਦੀ ਗੱਲ ਕਰਦੇ ਹੋ, ਰੀਸੈਂਟਲੀ ਆਈ ਪਰਫਾਰਮਡ ਫਾਰ ਕਮਿਸ਼ਨਰੇਟ ਆਫ ਪੁਲਿਸ ਅੰਮ੍ਰਿਤਸਰ, ਸੁਧਾਂਸ਼ੂ ਸ਼੍ਰੀਵਾਸਤਵ ਜੀ ਉਹਦੇ ਕਮਿਸ਼ਨਰ ਪੁਲਿਸ ਨੇ ਅੰਮ੍ਰਿਤਸਰ ਦੀ ਡਿਵੀਜ਼ਨ ਦੇ, ਉਹਦੇ ਵਿੱਚ ਕਾਫੀ ਵੱਡਾ ਏਰੀਆ ਆਉਂਦਾ। ਉਹਨਾਂ ਨੇ ਨੋ ਡਰੱਗਸ ਦੇ ਉੱਤੇ ਸੇਵ ਯੂਥ ਸੇਵ ਕਲਚਰ ਦਾ ਇੱਕ ਨਾਰਾ ਲਾਇਆ ਅਤੇ ਮੇਰੀ ਮਹਿਫਿਲ ਕਰਵਾਈ। ਟਿਕਟਡ ਈਵੈਂਟ ਹੋਇਆ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਦੇ ਵਿੱਚ, ਹਿਊਜ ਸਕਸੈਸ ਉਹ ਸੀਗਾ, ਕਾਫੀ ਉਹਨਾਂ ਦਾ ਅਮਲਾ ਉਹਦੇ ਵਿੱਚ ਸ਼ਾਮਿਲ ਸੀ। ਅਤੇ ਉਸ ਤੋਂ ਬਾਅਦ ਇਹ ਰਾਏ CM ਸਾਹਿਬ ਤੱਕ ਗਈ ਜਾਂ ਸਾਰੇ ਪਾਸੇ ਗਈ ਕਿ ਅੱਛਾ ਜੀ ਕੋਈ ਚੰਗੀ ਗੱਲ ਹੋ ਰਹੀ ਹੈ, ਸਾਰੇ ਪਾਸੇ ਹੋਰ ਵੀ ਫਿਰ ਅਸੀਂ ਮਹਿਫਲਾਂ ਕੀਤੀਆਂ ਜਾਂ ਚੰਗਿਆਈ ਤੁਹਾਡੇ ਤੱਕ ਪਹੁੰਚੀ। ਮੇਰਾ ਮਸ਼ਵਰਾ ਇਹੀ ਹੈ, ਜਦੋਂ ਕਿਸੇ ਨੂੰ ਮਾੜੀ ਚੀਜ਼ ਤੋਂ ਹਟਾਉਣਾ ਹੋਵੇ ਤਾਂ ਉਹਨੂੰ ਇੱਦਾਂ ਨਹੀਂ ਕਹਿਣਾ ਚਾਹੀਦਾ ਇਹ ਮਾੜੀ ਹੈ ਛੱਡ ਦੇ, ਉਹਨੂੰ ਕਹਿਣਾ ਚਾਹੀਦਾ ਆਹ ਚੰਗੀ ਹੈ ਵੀ ਟਰਾਈ ਕਰ। ਬਿਲਕੁਲ, ਉਹਨੂੰ ਬਦਲ ਦਿਓ ਕੋਈ ਨਾ ਕੋਈ, ਦੈਟਸ ਦਾ ਓਨਲੀ ਸੋਲੂਸ਼ਨ। ਜਦੋਂ ਤੁਸੀਂ ਪੰਜਾਬ ਦੇ ਯੂਥ ਨੂੰ ਇਹ ਕਹੋਗੇ ਕਿ ਯਾਰ ਅੱਛਾ ਇਸ ਵਾਰੀ ਜੇ ਤੂੰ ਗ੍ਰੈਜੂਏਸ਼ਨ 'ਚੋਂ ਤੇਰੇ 90% ਨੰਬਰ ਹੈ, ਮੈਂ ਤੈਨੂੰ ਬੁਲਟ ਲੈ ਕੇ ਦਊਂਗਾ, ਹੈ ਨਾ। ਵੈਸੇ ਵੀ ਉਹਨੇ ਖਰਚਾ ਉੱਥੇ ਹੋ ਸਕਦਾ ਨਸ਼ਾ ਖਰਾਬ ਕਰਕੇ ਕਿਤੇ ਕਰ ਦੇਵੇ, ਉਹਨੂੰ ਲੱਗੂਗਾ ਕਿ ਯਾਰ ਅੱਛਾ ਠੀਕ ਹੈ। ਮੈਂ ਇਹ ਵੀ ਕਹਿੰਦਾ ਹੁੰਦਾ ਮੁੰਡਿਆਂ ਨੂੰ ਕਿ ਜਾਂ ਕੁੜੀਆਂ ਨੂੰ ਜਿਹਨਾਂ ਨੂੰ ਵੀ, ਵੀ ਯਾਰ ਹੋ ਸਕਦਾ ਜੇ ਤੁਸੀਂ ਵਧੀਆ ਐਕਸਰਸਾਈਜ਼ ਕਰੋ, ਕੋਈ ਪਲੇਅਰ ਬਣੋ, ਤੁਹਾਡੀ ਇੱਕ ਸੋਹਣੀ ਗਰਲਫ੍ਰੈਂਡ ਹੋ ਸਕਦੀ ਹੈ, ਠੀਕ ਹੈ, ਤੁਸੀਂ ਕਿਸੇ ਨੂੰ ਚੰਗੇ ਲੱਗ ਸਕਦੇ ਹੋ, ਹੋ ਸਕਦਾ ਤੁਹਾਡਾ ਉਹਨਾਂ ਵਿਆਹ, ਜੇ ਤੁਸੀਂ ਚੰਗੀ ਨੌਕਰੀ ਕਰੋਗੇ ਤੇ ਉਹਨਾਂ ਦੇ ਮਾਪੇ ਨੇ ਉਹਦਾ ਵਿਆਹ ਵੀ ਕਰ ਦੇਣਾ, ਹੋ ਸਕਦਾ ਭਾਵੇਂ ਇੰਟਰ ਕਾਸਟ ਹੀ ਹੋਵੇ। ਇਹ ਛੋਟੀਆਂ ਛੋਟੀਆਂ ਮਲੂਕ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਉਹਨਾਂ ਦੀ ਜ਼ੁਬਾਨ 'ਚ ਰਹਿ ਕੇ ਉਹਨਾਂ ਦੇ ਕੋਲ ਥੱਲੇ ਬੈਠ ਕੇ ਉਸੇ ਲੈਂਗੁਏਜ 'ਚ ਕਰਨੀਆਂ ਪੈਣਗੀਆਂ। ਇੱਦਾਂ ਨਹੀਂ ਕਿ ਅੱਛਾ ਡਰੱਗ ਬਹੁਤ ਮਾੜੀ ਚੀਜ਼ ਹੈ ਨਹੀਂ ਖਾਣੀ ਚਾਹੀਦੀ, ਇਹ ਸਿੱਧੀ ਸਿੱਧੀ ਗੱਲ ਕਿਸੇ ਨੂੰ ਸਮਝ ਨਹੀਂ ਆਉਂਦੀ। ਗੋਡ ਇਜ਼ ਵਨ ਲੈਵਲ ਤੇ ਖੜੇ ਹੋ ਕੇ ਗੱਲ ਕਰਨੀ, ਜੇ ਤੁਸੀਂ ਕਹੋਗੇ ਲਵ ਇਜ਼ ਗੋਡ, ਗੋਡ ਇਜ਼ ਵਨ, ਕਿੰਨੀ ਵਾਰੀ ਤੁਸੀਂ ਸੁਣਿਆ, ਲੱਖ ਵਾਰੀ ਸੁਣਿਆ ਨਾ, ਤੁਹਾਨੂੰ ਫੀਲ ਹੀ ਨਹੀਂ ਆਉਂਦੀ ਇਸ ਗੱਲ ਦੀ, ਹਾਲਾਂਕਿ ਹੈਗਾ ਗੋਡ ਇਜ਼ ਵਨ ਹੀ ਹੈ ਤੇ ਲਵ ਇਜ਼ ਗੋਡ ਹੀ ਹੈ, ਪਰ ਤੁਹਾਨੂੰ ਕਿਸੇ ਹੋਰ ਤਰੀਕੇ ਨਾਲ ਕਹਿਣਾ ਪੈ ਗਈ ਹੈ ਗੱਲ, ਲੋਕਾਂ ਲੱਗੇ ਕਿ ਅੱਛਾ ਯਾਰ ਇਹ ਕੁਛ ਕਿਹਾ ਨੇ, ਜਿੱਦਾਂ ਤੁਸੀਂ ਕਿਹਾ ਕਿ ਮੇਰੇ ਗੀਤਾਂ 'ਚ ਕੋਈ ਲਫ਼ਜ਼ ਨਵੇਂ ਸੀ, ਕੁਛ ਤਰਜ਼ਾਂ ਨਵੀਆਂ ਸੀ ਜਾਂ ਕੁਛ ਸੀਗਾ, ਹਾਲਾਂਕਿ ਤਸੱਵਫ ਉਹੀ ਹੈ, ਸੂਫੀਜ਼ਮ ਹੈ। ਮੈਂ ਕਹਿੰਦਾ ਕਿ ਬੜੇ ਬੜੇ ਫਨਕਾਰਾਂ ਨੂੰ ਮੈਂ ਸੁਣ ਕੇ ਆਪਾ ਭਰਦਾ ਹਾਂ, ਸਭ ਕੁਛ ਕਹਿ ਕੇ ਸ਼ਾਇਰ ਜੋ ਮੈਂ ਕਹਿਣ ਦੀ ਕੋਸ਼ਿਸ਼ ਕਰਦਾ, ਖਿਆਲ ਤਾਂ ਸਾਰੇ ਉਹੀ ਨੇ, ਬਸ ਵੱਖਰਾ ਜਿਹਾ ਤਰੀਕਾ ਏ। ਅਸੀਂ ਅਜ਼ਲ ਤੋਂ ਜਾਹਿਲ ਸੀ, ਉਹਨਾਂ ਤੋਂ ਲਿਆ ਸਲੀਕਾ ਏ, ਬਾਗ ਉਹਨਾਂ ਨੇ ਲਾਏ ਸੀ, ਮੈਂ ਤਾਂ ਜਾ ਕੇ ਬਸ ਚੜਦਾ ਹਾਂ, ਬੜੇ ਬੜੇ ਫਨਕਾਰਾਂ ਨੂੰ ਮੈਂ ਸੁਣ ਕੇ ਆਪਾਂ ਪੜਦਾ ਹਾਂ। ਸੋ ਮੈਂਟਲ ਸਟੇਟਸ ਮੇਕਸ ਅ ਬਿਗ ਡਿਫਰੈਂਸ, ਉਹਨਾਂ ਦੀ ਸਾਈਕੋਲੋਜੀ ਤੇ ਵਰਕ ਕਰਕੇ ਉਹਨਾਂ ਨੂੰ ਸਾਈਮਲਟੇਨੀਅਸਲੀ ਸਬਸਟੀਟਿਊਟਸ ਦਿਓ ਉਸ ਚੀਜ਼ ਦੇ, ਕਿ ਅੱਛਾ ਤੂੰ ਡਰੱਗ ਲੈਣਾ ਇਹਦਾ ਇਹ ਸਬਸਟੀਟਿਊਟ ਹੈ ਜਿਹੜਾ ਕਿ ਤੇਰੇ ਲਈ ਚੰਗਾ ਹੈ, ਅੱਛਾ ਤੂੰ ਲੜਾਈ ਕਰਦਾ ਇੱਕ ਇਹਦਾ ਸਬਸਟੀਟਿਊਟ ਹੈ ਕਿ ਜਿਹੜਾ ਕਿ ਤੇਰੇ ਲਈ ਚੰਗਾ ਹੈ, ਅੱਛਾ ਤੂੰ ਕਾਲਜ ਨਹੀਂ ਜਾਂਦਾ ਇਹਦਾ ਇੱਕ ਆਹ ਸਬਸਟੀਟਿਊਟ ਹੈ ਜਿਹੜਾ ਕਿ ਤੇਰੇ ਲਈ ਚੰਗਾ ਹੈ। ਸੋ ਉਹ ਸਬਸਟੀਟਿਊਟ ਕੱਢਣੇ ਸਾਡੇ ਸਾਈਕੋਲੋਜਿਸਟ ਦਾ ਕੰਮ ਹੈ, ਡਾਕਟਰਸ ਦਾ ਕੰਮ ਹੈ। ਸੋਲੂਸ਼ਨਸ ਆਪਣੇ ਕੋਲੇ ਸਹੀ ਢੰਗ ਦੇ ਹੈ ਨਹੀਂ ਮੇਰੇ ਹਿਸਾਬ ਨਾਲ। ਮੈਂ ਇਹ ਕਹਿੰਦਾ ਹੁੰਦਾ ਕਿ ਮੰਨਿਆ ਕਿ ਅਣਖੀਲਾ ਤੇ ਜੁਝਾਰ ਪੰਜਾਬੀ ਏ, ਦੁਸ਼ਮਣ ਸਹਿ ਨਾ ਸਕੇ ਮਾਰੂ ਵਾਰ ਪੰਜਾਬੀ ਏ, ਪਰ ਜੋ ਇਸ਼ਕ ਮੁਹੱਬਤ ਵਾਲੇ ਕਿੱਸੇ ਪੜ੍ਹਦੇ ਹੋ ਉਹ ਵੀ ਨੇ ਪੰਜਾਬੀ, ਜੋ ਸਿਰ ਸਿਹਰੇ ਮੜਦੇ ਹੋ। ਬਿਲਕੁਲ ਬਿਲਕੁਲ, ਨਾਨਕ ਵੀ ਤੇ ਪੰਜਾਬੀ ਹੈ, ਵਾਰਿਸ ਸ਼ਾਹ ਵੀ ਤੇ ਪੰਜਾਬੀ ਸੀ, ਸ਼ਿਵ ਬਟਾਲਵੀ ਤੇ ਪੰਜਾਬੀ, ਅਸੀਂ ਸਿਰਫ ਜੁਝਾਰੂ ਨਹੀਂ ਹੈਗੇ, ਅਸੀਂ ਸ਼ਾਇਰ ਵੀ ਹਾਂ, ਅਸੀਂ ਵਿਦਵਾਨ ਵੀ ਹਾਂ, ਅਸੀਂ ਡਾਕਟਰ ਵੀ ਹਾਂ, ਅਸੀਂ ਸਾਈਕੈਟ੍ਰਿਸਟ ਵੀ ਹਾਂ, ਅਸੀਂ ਸਾਈਕੋਲੋਜਿਸਟ ਵੀ ਹਾਂ, ਅਸੀਂ ਸਾਇੰਟਿਸਟ ਵੀ ਹਾਂ, ਸਾਰਾ ਕੁਝ ਹੋਣਾ ਚਾਹੀਦਾ। ਪਰ ਉਹ ਵੱਖਰੀ ਗੱਲ ਹੈ ਕਿ ਸਾਡੀ ਪਛਾਣ ਸਾਡੀ ਜੁਝਾਰੂ ਬਣੇ ਤੇ ਹੈ, ਕਿਉਂਕਿ ਅਸੀਂ ਬਾਰਡਰ ਤੇ ਰਹੇ ਹਾਂ, ਅਸੀਂ ਲੋਕ ਹਮਲਾਵਰਾਂ ਦੇ ਨਾਲ ਸਿੱਧੀਆਂ ਟੱਕਰਾਂ ਲਈਆਂ ਨੇ, ਸਾਡੇ 'ਚ ਉਹ ਜਜ਼ਬੇ, ਉਹ ਤਾਕਤ ਵੀ ਹੈਗੀ ਹੈ ਕਿ ਅਸੀਂ ਸੀਨਾ ਤਾਣ ਕੇ ਜਿਗਰਾ ਉਹ ਕਿੱਥੋਂ ਮਿਲਿਆ ਛੋਟੇ ਫਰਜ਼ੰਦਾਂ ਨੂੰ, ਹੈ ਨਾ, ਜੈਕਾਰੇ ਲਾਉਂਦੇ ਆਖਣ ਉਸਰਨ ਦਿਓ ਕੰਧਾਂ ਨੂੰ, ਕਿਉਂ ਨਹੀਂ ਸੀ ਨਿੱਕੀਆਂ ਉਮਰਾਂ ਦਹਿਸ਼ਤ ਵਿੱਚ ਦਹਿਲ ਦੀਆਂ ਨੀਹਾਂ ਮਜ਼ਬੂਤ ਕਰ ਗਏ ਮਜ਼ਹਬ ਦੇ ਮਹਿਲ ਦੀਆਂ, ਤਾਂ ਕਿ ਉਹ ਸਰਹੰਦ ਵਿੱਚ ਜਾ ਕੇ ਉਹੀ ਉਹ ਦੀਵਾਰ ਜੀ। ਇੱਕ ਦਿਨ ਮੈਨੂੰ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ ਸੁਣਿਆ ਇਸ ਕੌਮ 'ਚ ਕਾਫੀ ਹੋਏ ਦਿਲਦਾਰ ਜੀ, ਸਾਨੂੰ ਵੀ ਦੱਸੋ ਕਿਸੇ ਹਿੰਮਤ ਕੁਰਬਾਨੀ ਦੇ ਜਿਨ੍ਹਾਂ ਦੇਸ਼ ਹਕੀਕੀ ਉਸ ਦਿਨ ਜਾਨੀ ਦੇ ਢਿੱਲੀ ਨਾ ਪਈ ਮੈਦਾਨੀ। ਸੋ ਇਹ ਜੁਝਾਰੂਪਣਾ ਸਾਡੇ ਲਈ ਇੱਕ ਬਖਸ਼ਿਸ਼ ਹੈ, ਸਾਡੇ 'ਤੇ ਕਿਰਪਾ ਆ, ਸਾਡੇ ਲਈ ਬਲੈਸਿੰਗ ਆ,
ਪਰ ਇਹਨੂੰ ਅਸੀਂ ਯੂਜ਼ ਉੱਥੇ ਕਰੀਏ ਜਿੱਥੇ ਜ਼ਰੂਰਤ ਹੈ। ਇਹ ਨਹੀਂ ਕਿ ਜਣੇ ਖਣੇ ਨੂੰ ਬੇਸਬਾਲ ਕੱਢ ਕੇ ਕਾਰ ਚੋਂ ਕਹੀਏ ਅੱਛਾ ਕਿਵੇਂ ਦੇਖਦਾ ਕਿਵੇਂ ਝਾਕਦਾ, ਉੱਥੇ ਜ਼ਰੂਰਤ ਨਹੀਂ ਹੈਗੀ। ਬਿਲਕੁਲ ਖੂਨ ਉਹਦਾ ਵੀ ਸਿਰ ਪਾੜੋਗੇ, ਆਪ ਵੀ ਜੇਲ੍ਹ 'ਚ ਜਾਓਗੇ, ਤੁਹਾਡੀ ਵੀ ਸ਼ਾਇਦ ਜ਼ਿੰਦਗੀ ਦੇ 6 ਮਹੀਨੇ ਖਰਾਬ ਹੋਣਗੇ, ਉਹਦੀ ਤਾਂ ਹੋਸ ਹੋਣੇ ਹੀ ਹੋਣੇ ਆ ਕਿਸੇ ਡਾ। ਸੋ ਇਸ ਕਰਕੇ ਜਦੋਂ ਤੁਸੀਂ ਇਹਨਾਂ ਚੀਜ਼ਾਂ ਨੂੰ ਲੋਕਾਂ ਦੇ ਨੌਜਵਾਨਾਂ ਦੇ ਦਿਮਾਗ 'ਚ ਪਾਓਗੇ ਕਿ ਯਾਰ ਅੱਛਾ ਤੇਰੇ ਵੀ ਸੱਟ ਲੱਗ ਸਕਦੀ ਹੈ, ਜੇ ਤੂੰ ਪਰਮਾਨੈਂਟਲੀ ਤੇਰਾ ਕੁਝ ਡੈਮੇਜ ਹੋ ਗਿਆ, ਤੇਰੀ ਅੱਖ ਖਰਾਬ ਹੋ ਗਈ, ਤੇਰਾ ਹੱਥ ਖਰਾਬ ਹੋ ਗਿਆ, ਕੀ ਬਣੇਗਾ, ਕੀ ਹੋਏ। ਸੋ ਇਹ ਚੀਜ਼ਾਂ ਜਦੋਂ ਤੁਸੀਂ ਉਹਨਾਂ ਦੇ ਦਿਮਾਗ 'ਚ ਪਾਓਗੇ, ਫਿਰ ਉਹ ਦੂਸਰੇ ਪਾਸੇ ਤੋਂ ਸੋਚਣਾ ਸ਼ੁਰੂ ਕਰਦੇ। ਬਹੁਤ ਵਧੀਆ, ਬਹੁਤ ਵਧੀਆ ਵਿਸਤਾਰ 'ਚ ਤੁਸੀਂ ਦੱਸਿਆ, ਕਿਉਂਕਿ ਇਹਨਾਂ ਗੱਲਾਂ ਦੀ ਘਾਟ ਹੈ ਸਾਡੇ ਹੁਣ ਵਿਚਾਰਾਂ ਦਾ। ਸਮਾਂ ਅੱਜ ਕੱਲ੍ਹ ਸਮਾਂ ਬਦਲ ਗਿਆ ਜੀ, ਤਰਕ ਦੇ ਨਾਲ ਬੱਚਿਆਂ ਨੂੰ ਹੁਣ ਅਸੀਂ ਪੰਜਾਬ 'ਚ ਨਹੀਂ ਰਹਿੰਦੇ, ਹੁਣ ਅਸੀਂ ਇੰਡੀਆ 'ਚ ਨਹੀਂ ਰਹਿੰਦੇ, ਹੁਣ ਅਸੀਂ ਇੱਕ ਗਲੋਬਲ ਵਿਲੇਜ 'ਚ ਰਹਿੰਦੇ ਹਾਂ ਜਿੱਥੇ ਤੁਹਾਨੂੰ 3 ਮਿਨਟਸ ਨਿਊਯਾਰਕ ਟਾਈਮ ਸਕੁਅਰ ਤੇ ਕੀ ਹੋਇਆ ਤੇ ਆਕਲੈਂਡ ਨਿਊਜ਼ੀਲੈਂਡ 'ਚ ਕੀ ਹੋਇਆ ਪਤਾ ਲੱਗ ਜਾਂਦਾ। ਇਸ ਕਰਕੇ ਹੁਣ ਤੁਸੀਂ ਆਪਣੇ ਆਪ ਨੂੰ ਉਸ ਤਰ੍ਹਾਂ ਨਾ ਸਮਝੋ, ਕਲਚਰਲ ਇਵੋਲਵ ਕਰਨਾ ਪੈਣਾ ਤੁਹਾਨੂੰ, ਕੁਛ ਨਾ ਕੁਛ ਡਿਸਟੋਰਸ਼ਨ ਵੀ ਹੋਣਗੀਆਂ, ਕੁਛ ਨਾ ਕੁਛ ਉਹਦੇ ਵਿੱਚ ਆਲਟਰੇਸ਼ਨਸ ਹੋਣਗੀਆਂ। ਹੁਣ ਕਦੀ ਜ਼ਮਾਨਾ ਸੀ ਕੁੜੀਆਂ ਸਿਰ ਢੱਕ ਕੇ ਸਹੁਰੇ ਮੋਹਰੇ ਜਾਂਦੀਆਂ ਸੀ, ਅੱਜ ਉਹ ਜੀਨ ਪਾ ਕੇ ਜਾਂਦੀਆਂ ਨੇ ਕਿਉਂਕਿ ਜ਼ਮਾਨਾ ਉਹੋ ਜਿਹਾ ਹੈ। ਹੁਣ ਘੁੰਡ ਕੱਢਣ ਦਾ ਰਿਵਾਜ਼ ਨਹੀਂ ਰਿਹਾ, ਤੁਸੀਂ ਕਦੀ ਨੋਟ ਕੀਤਾ ਹੁਣ ਕੋਈ ਘੁੰਡ ਨਹੀਂ ਕੱਢਦਾ? ਵਾਏ, ਕਿਉਂਕਿ ਜ਼ਮਾਨਾ ਜਿਸ ਤਰ੍ਹਾਂ ਹੋਇਆ ਅਸੀਂ ਉਸ ਤਰ੍ਹਾਂ ਦੇ ਹੋ ਗਏ। ਇਹ ਤਬਦੀਲੀਆਂ ਜ਼ਾਹਿਰ ਜੀ ਕਰ ਲਿਆ ਹੋਣੀਆਂ ਚਾਹੀਦੀਆਂ। ਕੁਛ ਇਹੋ ਜਿਹੀਆਂ ਚੀਜ਼ਾਂ ਜ਼ਰੂਰ ਆ ਕਿ ਜਦੋਂ ਢੋਲ ਪੜ ਜਾਵੇ ਉਦੋਂ ਡੱਗਾ ਵੀ ਨਹੀਂ ਰਹਿੰਦਾ, ਜਿਹੜਾ ਪਿੱਛਾ ਭੁੱਲ ਜਾਵੇ ਉਹਦਾ ਅੱਗਾ ਵੀ ਨਹੀਂ ਰਹਿੰਦਾ। ਪਿਛੋਕੜ ਸਾਡਾ ਜੋ ਹੈਗਾ ਸਾਨੂੰ ਵਿਰਾਸਤ ਯਾਦ ਰਹਿਣੀ ਚਾਹੀਦੀ, ਉਹਦੀ ਤਹਿਜ਼ੀਬ ਲਿਆਕਤ ਦੇ ਕੁਛ ਨਾ ਕੁਛ ਲਿਮਿਟੇਸ਼ਨਸ ਕ੍ਰੋਸ ਨਹੀਂ ਕਰਨੀਆਂ ਚਾਹੀਦੀਆਂ, ਬਟ ਸਾਨੂੰ ਅਕੋਰਡਿੰਗ ਟੂ ਦ ਵਰਲਡ ਚੇਂਜ ਹੋਣਾ ਪੈਣਾ ਹੀ ਹੈ। ਬਿਲਕੁਲ ਬਿਲਕੁਲ ਸਹੀ ਗੱਲ। ਅੱਛਾ, ਫੇਮਸ ਹੋਣਾ ਜਿਹੜਾ, ਹਾਂਜੀ, ਕਿੰਨਾ ਕੁ ਲਾਹੇਵੰਦ ਹੈ? ਲਾਹੇਵੰਦ, ਵਾਹ, ਮੈਨੂੰ ਤਾਂ ਲੱਗਦਾ ਫਾਇਦੇ ਹੀ ਫਾਇਦੇ ਨੇ ਇਹਦੇ, ਕੋਈ ਨੁਕਸਾਨ ਵੀ ਹੈ? ਨਹੀਂ, ਦੇਖੋ ਓਬਵੀਅਸਲੀ ਫਾਇਦੇ ਤਾਂ ਚਲੋ ਹੈਗੇ ਹੀ ਹੈਗੇ ਆ, ਨੁਕਸਾਨ ਵੀ ਜ਼ਾਹਿਰ ਜੀ ਗੱਲ ਹੈਗੇ ਆ, ਪਰ ਇਹ ਮਾਈਂਡ ਸੈਟ ਹੈ ਤੁਸੀਂ ਕਿੱਦਾਂ ਲੈਂਦੇ ਹੋ, ਦਿਸ ਔਰ ਦੈਟ। ਮਤਲਬ ਕਿ ਇਟਸ ਆਲ ਅਬਾਊਟ ਯੂ, ਹਾਓ ਯੂ ਆਰ ਟੇਕਿੰਗ ਇਟ। ਫਾਇਦਾ ਇਹ ਹੈ ਕਿ ਲੋਕ ਤੁਹਾਨੂੰ ਕਿੰਨਾ ਪਿਆਰ ਕਰਦੇ ਆ, ਤਸਵੀਰ ਖਿਚਾਉਣਾ ਚਾਹੁੰਦੇ ਆ, ਆਟੋਗ੍ਰਾਫ ਲੈਂਦੇ ਆ, ਤੁਹਾਨੂੰ ਕਈ ਜਗ੍ਹਾ 'ਤੇ ਫ੍ਰੀ ਚੀਜ਼ਾਂ ਮਿਲ ਜਾਂਦੀਆਂ ਨੇ, ਪ੍ਰਾਇਓਰਿਟੀ 'ਚ ਮਿਲ ਜਾਂਦੀ ਹੈ, ਕਈ ਵਾਰੀ ਸੀਟ ਤੁਹਾਨੂੰ ਛੱਡ ਦਿੰਦਾ ਵੀ ਕੁਛ ਹੁੰਦਾ, ਇਹ ਫਾਇਦੇ ਹੁੰਦੇ ਆ। ਨੁਕਸਾਨ ਉਹਦੇ ਇਹ ਹੈ ਕਿ ਤੁਸੀਂ, ਤੁਹਾਡਾ ਆਪਾ ਤੁਹਾਡੇ 'ਚ ਗੁੰਮ ਜਾਂਦਾ, ਤੁਸੀਂ ਕਦੀ ਆਪ ਨਹੀਂ ਰਹਿੰਦੇ। ਤੁਸੀਂ ਹੁਣ ਵੀ ਜਾਓਗੇ, ਲੋਕ ਤੁਹਾਨੂੰ ਕਹਿਣਗੇ ਕਿ ਅੱਛਾ ਜੀ ਤੁਸੀਂ ਸਾਡੇ ਲਈ ਗਾਣਾ ਗਾ ਦਿਓ, ਜੇ ਤੁਸੀਂ ਉਹਨੂੰ ਦੂਸਰੇ ਪਾਸੇ ਲਓ ਯਾਰ, ਅੱਛਾ ਤੁਸੀਂ ਭਾਵੇਂ ਟਾਇਰਡ ਹੋ, ਤੁਹਾਡੀਆਂ ਅੱਖਾਂ ਲਾਲ ਹੋਈਆਂ ਹੋਈਆਂ, ਥੱਕੇ ਹੋਏ ਆ, ਪਰ ਉਹ ਕਹਿਣਗੇ ਫੋਟੋ, ਮਨ ਨਹੀਂ ਵੀ ਮੰਨਦਾ ਤਾਂ ਵੀ ਕਰੋਗੇ ਫੋਟੋ ਖਿਚਾਓਗੇ, ਹਾਂ। ਸੋ ਇਹ ਉਹਨੂੰ ਨੁਕਸਾਨ ਮੰਨ ਲਓ ਜਾਂ ਕੁਛ ਵੀ ਕਹਿ ਲਓ, ਬਟ ਪ੍ਰੋਸ ਐਂਡ ਕੌਨਸ ਦੁਨੀਆ 'ਚ ਹਰੇਕ ਚੀਜ਼ ਦੇ ਹੁੰਦੇ ਆ, ਸਿਰਫ ਵਾਈਟ ਵਾਈਟ ਕਦੀ ਨਹੀਂ ਹੁੰਦਾ, ਬਲੈਕ ਹਮੇਸ਼ਾ ਹੀ ਹੁੰਦਾ ਹੁੰਦਾ। ਸੋ ਯੂ ਹੈਵ, ਪਰ ਜ਼ਿਆਦਾ ਫਾਇਦੇ ਨੇ। ਹਾਂਜੀ ਹਾਂਜੀ, ਤੁਸੀਂ ਇਸੇ ਚੀਜ਼ ਲਈ ਤਾਂ ਚਾਹੁੰਦੇ ਸੀ। ਮੈਂ ਕਈ ਵਾਰੀ ਕਹਿੰਦਾ ਹੁੰਦਾ, ਮੇਰੇ ਮੈਨੇਜਰ ਦਿੱਲੀ ਅਸੀਂ ਬੈਠੇ ਹੁੰਦੇ ਹਾਂ ਜਾਂ ਕਾਰ ਸ਼ੋਅ ਕਰਕੇ, ਪਿੱਛੇ ਮੋਟਰਸਾਈਕਲ ਆਏ ਹੁੰਦੇ ਮੁੰਡਿਆਂ ਨੇ ਬੱਚਿਆਂ ਨੇ, ਅੱਛਾ ਖੌਰਨ ਮਾਰਨਗੇ ਰੈੱਡ ਲਾਈਟ 'ਤੇ ਆ ਕੇ, ਕਹਿਣਗੇ ਫੋਟੋ ਖਿਚਾ ਲਓ, ਅਤੇ ਸਾਡਾ ਡਰਾਈਵਰ ਕਹੂਗਾ ਪਹੁੰਚਾ ਲੈਂਦੇ ਹਾਂ ਗੱਡੀ, ਕਿਉਂਕਿ ਸਾਡੀ ਵੋਲਵੋ, ਅਸੀਂ ਤਾਂ 120 'ਤੇ ਜਾ ਸਕਦੇ, ਉਹ ਤਾਂ 60 ਤੋਂ ਟੱਪਣੇ ਨਹੀਂ ਹੈ। ਮੈਂ ਕਹਿੰਦਾ ਹੁੰਦਾ ਕਿ ਮੈਂ ਕਿਹਾ ਇਸੇ ਕਰਕੇ ਅੱਜ ਤੱਕ ਮਿਹਨਤ ਕਰਦੇ ਸੀ ਜੀ ਜੀ ਜੀ, ਤੁਹਾਡੇ ਤੁਹਾਨੂੰ ਲੋਕ ਨਾ ਪਛਾਣਨ, ਹੈ ਨਾ। ਜੇ ਤੁਸੀਂ ਲੁਕਦੇ ਫਿਰਦੇ ਹੋ ਕੀ ਹੋ ਜੂਗਾ, ਮਤਲਬ 5 ਮਿੰਟ ਜਿੰਨੀ ਦੇਰ ਤੁਸੀਂ ਭਜਾਉਣ ਨੂੰ ਲੱਗਣੇ, ਹੋ ਸਕਦਾ ਕਿਤੇ ਗੱਡੀ ਮਾਰ ਲਓ, ਹੋ ਸਕਦਾ ਉੱਥੇ 2 ਘੰਟੇ ਖਰਾਬ ਹੋਣ, ਇਹ 7 ਜਣੇ ਨੇ 3 ਮਿੰਟਾਂ 'ਚ ਫੋਟੋ ਖਿਚਾ ਲੈਣਗੇ, ਕੀ ਜਾਂਦਾ। ਮੈਂ ਆਪ ਉਹਨਾਂ ਨੂੰ ਰੋਕ ਕੇ ਕਹਿੰਦਾ ਹੁੰਦਾ ਕਿ ਉਹਨਾਂ ਦੇ ਸੱਟ ਲੱਗੂਗੀ, ਸ਼ਰਾਬ ਤੁਹਾਨੂੰ ਲੱਗਣੇ ਆ, ਉਹਨਾਂ ਦੇ ਮਾਪਿਆਂ ਦੇ ਕੇ ਯਾਰ ਉਹਦੇ ਪਿੱਛੇ ਜਾਂਦਾ ਸੀਗਾ, ਦੇਖ ਲਓ ਸੱਟ ਲੱਤ ਚਲਾ ਕੇ ਬਹਿ ਗਿਆ। ਸੋ ਇਹ ਨਿੱਕੀਆਂ ਨਿੱਕੀਆਂ ਮਲੂਕ ਗੱਲਾਂ ਨੇ, ਜੇ ਤੁਸੀਂ ਉਹਨਾਂ ਦੇ ਨਜ਼ਰੀਏ ਨਾਲ ਵੇਖੋਗੇ ਨਾ ਜ਼ਿੰਦਗੀ ਦਾ, ਤਾਂ ਮੈਂ ਤਾਂ ਇੱਕ ਤੱਤ ਕੱਢਿਆ ਜੀ, ਬਾਕੀ ਤੁਸੀਂ ਮੇਰੇ ਤੋਂ ਸਿਆਣੇ ਹੋ, ਮੈਂ ਤਾਂ ਇਹੀ ਕੱਢਿਆ ਤੱਤ ਜੀ, ਦੌਲਤ ਤਾਂ ਜੱਗ 'ਤੇ ਬਥੇਰੀਆਂ, ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ, ਜਦੋਂ ਵੀ ਕਿਤੇ ਔਖੀ ਘੜੀ ਆਉਂਦੀ ਹੈ ਜਾਂ ਲੜਾਈ ਦੀ ਘੜੀ ਆਉਂਦੀ ਆ, 3 ਸੈਕਿੰਡ ਦੇ ਲਈ ਤੁਸੀਂ ਕਹੋ ਕਿ ਮੈਂ ਮਨਜੀਤ ਕੰਗ ਹਾਂ ਅਤੇ ਇਸ ਦਿਨ ਦਾ ਸਰਤਾਜ ਆ, ਤੁਸੀਂ ਮੇਰੇ ਨਜ਼ਰੀਏ ਨਾਲ ਆਪਣੇ ਆਪ ਨੂੰ ਵੇਖਣ ਲੱਗ ਜਾਣਾ ਅਤੇ ਮੈਂ ਤੁਹਾਡੇ ਨਜ਼ਰੀਏ ਨਾਲ ਆਪਣੇ ਆਪ ਨੂੰ ਦੇਖਣ ਲੱਗ ਜਾਣਾ ਅਤੇ ਲੜਾਈ ਹੋਣ ਦੇ ਚਾਂਸ ਘੱਟ ਜਾਂਦੇ ਆ, ਜਦੋਂ ਸਾਰਾ ਕੁਛ ਟਾਲ ਜਾਂਦਾ। ਤੁਸੀਂ ਉਹ ਮੁੰਡਿਆਂ ਨੂੰ ਬੱਚਿਆਂ ਨੂੰ ਜੇ ਤੁਸੀਂ ਇਹ ਦੇਖੋ ਯਾਰ ਉਹਨਾਂ ਨੇ ਕੀ ਲੈਣਾ, ਬੇਸਿਕਲੀ ਉਹ ਤੁਹਾਨੂੰ ਪਿਆਰ ਕਰਦੇ ਆ, ਤੁਹਾਡੇ ਪਿੱਛੇ ਮੋਟਰਸਾਈਕਲ ਭਜਾਈ ਫਿਰਦੇ ਆ, ਜੇ ਤੁਸੀਂ ਖੜ ਕੇ ਫੋਟੋ ਵੀ ਨਹੀਂ ਖਿਚਾ ਸਕਦੇ, ਤੁਹਾਡੀ ਲਾਣਤ ਆ ਤੁਹਾਡੇ ਸਟਾਰਡਮ ਦੀ। ਕੀ ਬਾਤ ਆ, ਬਹੁਤ ਵੱਡਾ ਮੈਸੇਜ ਦੇ ਕੇ ਚੱਲੇ ਹੋ ਅੱਜ ਤੁਸੀਂ ਪ੍ਰੋਗਰਾਮ ਰੂਹ ਦੀਆਂ ਗੱਲਾਂ ਰਾਹੀਂ। ਹਾਂਜੀ ਹਾਂਜੀ, ਰੂਹ ਦੀ ਗੱਲ ਕੀਤੀ ਆ, ਮੇਰੇ ਮੇਰੇ ਰੂਹ ਦੀ। ਅੱਛਾ, ਸ਼ੋਜ਼ ਤੁਹਾਡੇ ਬਹੁਤ ਹੁਣ ਦੁਨੀਆ ਭਰ ਦੇ ਵਿੱਚ ਹੁੰਦੇ ਨੇ, ਜਿੱਥੇ ਵੀ ਪੰਜਾਬੀ ਹੈਗੇ ਨੇ ਤੁਸੀਂ ਉੱਥੇ ਗਏ ਹੋਵੋਗੇ, ਕੋਈ ਇੱਕ ਦੋ ਤਜਰਬੇ ਸਾਡੇ ਨਾਲ ਜਿਹੜੇ ਜਿਹੜੇ ਬਹੁਤ ਤੁਹਾਨੂੰ ਹਮੇਸ਼ਾ ਯਾਦ ਰਹਿੰਦੇ ਹੋਣ? ਦੇਖੋ, ਇੱਕ ਤਾਂ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਮੇਰੇ ਮੋਢੇ 'ਤੇ ਮੈਂ ਸਟਾਰ ਸਮਝਦਾ ਉਹਨੂੰ, ਕਿ ਰੋਇਲ ਆਲਬਰਟ ਹਾਲ ਲੰਡਨ ਦੇ ਵਿੱਚ ਪਰਫੋਰਮ ਕਰਨਾ ਆਪਣੀ ਅਰਲੀ ਏਜ ਆਫ ਯੂਅਰ ਕਰੀਅਰ ਦੇ ਵਿੱਚ ਇੱਕ ਆਪਣੇ ਆਪ 'ਚ ਅਚੀਵਮੈਂਟ ਹੈ। ਉੱਥੇ ਜਗਜੀਤ ਜੀ ਨੇ ਪਰਫੋਰਮ ਕੀਤਾ, ਨਸਰ ਸਾਹਿਬ ਨੇ ਪਰਫੋਰਮ ਕੀਤਾ, ਲਤਾ ਜੀ ਨੇ, ਰਫੀ ਨੇ ਪਰਫੋਰਮ ਕੀਤਾ, ਅਤੇ ਮੈਂ 2014 'ਚ ਕੀਤਾ ਸੀ, ਹੁਣ ਤਾਂ 18 ਚੱਲਦਾ,
एक होर शहर है उस तो भी परे, उत्थों भी लोग आए, सेंट्रल लंडन जिथे कि पार्किंग नहीं मिलती। जी सो तुहानूं बड़ा फखर हुंदा, लोग तुहाडे नाल नाल गाउंदे आ, ते प्रॉपर इकट्ठ होया सीगा, सोल्ड आउट शो सी वो, मैनूं हमेशा याद रहेगा, जिंदगी दा एक गहना है मेरे लिए। और बाकी होर काफ़ी, जिवें एक जर्मनी च एक वारी शो किया, मैंने लगता 6 घंटे मैं गाई गया अच्छा जी फ्रैंकफर्ट च। हाँ जी, वो किसी हाँ पाकिस्तानी का परसनल हॉल सेगा वो, इस अच्छा करके उत्थे लिमिटेशन है नहीं सी कि अच्छा इन्ने तो इन्ने तुसी लाइटा बंद करनी है। अच्छा अगले दिन साडा एम्सटरडम शो सी, वो बाय रोड ही सीगा, पाकिस्तानी ज़्यादा सी उत्थे, यूरोप दे विच ज़्यादा मेजोरिटी पाकिस्तानी पंजाबियों की है। ते पता नहीं कैसी लेव लगी, गाई गए गाई गए, वो भी तुहानू पता उत्थे दाद देण दा सलीका बड़ा लाउड आ, ते वो आर्टिस्ट नू आर्टिस्ट बना देंदे आ, वाह मरहबा वाह वाह क्या बात है। आफरीन हाँ कुर्बान सदके ते दोबारा शेर कहो। सो वो जिहड़ी लज्जत कुव्वत आ शायरी दी, मौसीकी दी, जां महफिल दी, ते उहो जिहियां चीज़ां मेरे दिल दे बहुत नज़दीक ने। अच्छा तुसीं बहुत बारी जिहड़े वाकया हुंदे कोई ना कोई आले दुआले तुहाडे कोई दृश्य देखदे हो उहनूं वेख के तुसीं उस वेले शायरी कर दिंदे हो। जी इक तुहाडा छोटी जी कुड़ी वाला गीत है जिहड़ा हाँ जी हाँ जी उहदे बारे मैनूं संखेप च थोड़ा दस्सो प्लीज़। हाँ जी, वो मेजोरिटी वैसे जिन्हें ने वो गाना सुने उन्होंने वो कहानी भी पता ही है, पर मैं, मेरे को वो दी तारीख हैगी है, मैं तुहानू दस सकदा कि वो मेरे नाल कदों वापरिया। मैनू तो ये भी पता कि मेरी डायरी दे किन्ने पन्ने थे जी वो 53। आ देखो जी, हुण मैं इत्थे 53 लिखूंगा, ते निक्की जी कुड़ी आ गया। देखो अच्छा ये डेट हैगी है जी मार्च 7, 2008, 1:30 PM मैं लिखिया। मार्च 7 का मतलब कि इस तो 3 दिन पहला, जाने कि 4 मार्च में वो हादसा वापरिया सीगा चंडीगढ़ दे विच। जे तुसी रहे हैं कदी हाई कोर्ट दे पिछले पासे ना, बिल्कुल शहर खत्म हो जाता, तो पिंड शुरू हो जाते हैं, पहाड़ियाँ शुरू हो जाए। तो असी फोटो शूट ले जाना सी, स्टिल फोटोग्राफी ले, ते असी गए, सारा दिन फोटोआं खिंचियां, उही फोटोआं जिहड़ियां कैनेडा टूर च काफ़ी यूज़ होईयां, ब्राउन कुर्ता पाया सी, इदा हाथ कीता हुंदा सीगा। सो वो उदों दियां उस दिन दियां फोटोआं ने, जिथे खूंडी फड़ी हुई है हाथ च, वो जी जंगल च घूमदे नूं खूंडी लभ गई जिहड़ी, वो खूंडी है। अच्छा हाँ जी, सो असी फोटो शूट ले गए वापस, आ रहे सारा कुछ हो गया, ते आंदे हुए जदों शाम पई, सूरज ढल रिहा सी, निक्की जी बच्ची है इसके हाइट दी, भज के साडी जीप दे अगे लंघी, इधरों उधर क्रॉस हो गई। फोटोग्राफर जिदा हुंदे ही आ, उन्हां नूं अनोखियां चीज़ां कैप्चर करन दा चाह हुंदा जां ख्वाहिश हुंदी आ। उन्हें कहा कि यार बच्ची बड़ी सोहनी सी, आपां खड़के दी फोटो खिंच लईए। वो अखां नीलियां उहदियां, ते असी जीप रोकी, पिछे देखिया, मैं लैफ्ट साइड ते बैठा सीगा, ते मैं देखिया ते वाकई वो, मैं हादसा देखिया कि उन्हें जो भी उहदे हाथ सीगा उहने सुट्टिया, तार कंडियाली लगी सी उहनूं, टप के खेतां च लंघ के अलोप हो गई, नेरा हो चुका था। अच्छा चलो फोटोग्राफर नूं तां इही लगणा यार फोटो नहीं खिंच हुई, पर मैनूं लग्या कि यार ये असीं की करता, हो सकदा सारा दिन ला के उहने बालण च गया होवे, हो सकदा उहने खाण लई कितों जामण जां कुछ उहदे लिफाफे च सीगा, मार्च दे महीने जिहड़ा भी फ्रूट हुंदा होगा उस पहाड़ी इलाके च, उह च गया होणा उहने। ते मेरे उस तो बाद मैं चुप ही कर गया, मेरा मेरे दो ही पोज ने जी, जां मैं इदा कॉन्टीन्यूसली बोलता रहना, जां मैं बिल्कुल चुप कर जाना, ते उहनूं भी चंगा लग, होया अज नहीं चुप कीते अज नहीं कीता। हाँ, ते उहनूं भी लग्या यार कि इहनूं पता नहीं की होया, चुप ही कर गया, घर वैसे गुम जाए हो गए गुम तुसी जा जी। हो गया। ते वो मैनूं मेरे घर ड्रॉप किया, मैं सेक्टर 38 रहिंदा सी, ते वो अब चल गया, ते मैं घर ही रहा 2 दिन। अगले दिन यूनिवर्सिटी जाना सी, शायद गया जां नहीं गया मैनूं चेता नहीं, पर ये 2 दिन बाद अपने आप अफसाना ओढ़िया कि असी गए घूमण, ते कोल जीप सी, यारां जिहे कोई फोटोग्राफर तुहाडे दोस्त ही सीगे, यारां जी जिहे जी यार मिले, लगी सीप सी, हाँ देखियां पहाड़ां उत्ते रुख झाड़ियां, बच्चे सानूं वेख मारदे, तुसीं पिंडां 'च लंघो तां उत्थे जीपां कारां घट लंघदियां जी ने, जी बच्चे जी देख के खुशी बड़ी हुंदी वे कार आई साडे पिंड 'च, हाँ ते बच्चे वो सानूं शाला वेख, जी मारदे नाल हाँ बच्चे ताड़ी सानूं ताड़ी वेख मारदे सी ताड़ियां। कई चो ते सूए टप्पे थां लभ गई, जिहड़ी असीं भाल्दे सी छां लभ गई, उच्ची जिही ढाब उत्ते पई छन सी, आ गए नज़ारे हो गई धन धन सी, उत्थों असीं बैठ के चुफेरा तकिया, रब दा बनाया होया घेरा तकिया, कोई कोई जामदा सी शहर वल नूं, कोई बैठा सुणदा हवा दी गल नूं। हिमाचली जिहड़े लोग आ दुनिया च सब तो ज़्यादा मुतमईन, इत्मीनान, तहमुल रखने वाले लोग ने, उन्हें मत्थे ते एडा नूर सुकून आ, मैनूं बड़े चंगे लगदे आ। अच्छा कोई बैठा, ये गल मैं उन्होंने लिखी सी कि कोई कोई जामदा सी शहर वल नूं, कोई बैठा सुणदा हवा दी गल नूं, ते तिल्ले वाली जुत्ती उत्ते धूड़ पै गई, कंबली दी फंबी कंडिया च खह गई, जंगल च वाह घूमदे नूं खूंडी लभ गई, मोरनी दी कूक जिवें चूंडी वढ गई, मैनूं लगे बेले मझियां मैं चारदा, उत्ते नूं निगाहां मौला नूं निहारदा,
कोई बने पग सरताज दी तरह, लावे सरपेच महाराज दी तरह, होके फिर तैयार तस्वीरां ला लईआं, वड्डियां करा के महफलां च ला लईआं। ਅਸੀਂ ਅਸਲ ਜਦੋਂ ਮਹਿਫਲਾਂ 'ਚ ਪਿੱਛੇ ਫਲੈਕਸ ਲਾਉਣ ਦਾ ਰਿਵਾਜ਼ ਹੁੰਦਾ ਸੀ, ਉਹਦੇ ਲਈ ਫੋਟੋ ਸ਼ੂਟ ਕਰ ਰਹੇ ਸੀਗੇ ਜੀ ਜੀ, ਤੇ ਉਹੀ ਮਹਿਫਲਾਂ 'ਚ ਲੱਗ ਗਈਆਂ। ਪਰ ਜਿਹੜਾ ਉਹਦਾ ਅਗਲਾ ਪਾਰਟ ਹੈ ਗਾਣੇ ਦਾ, ਉੱਥੇ ਉਸ ਬੱਚੀ ਦਾ ਜ਼ਿਕਰ ਆਉਂਦਾ ਕਿ ਆਉਂਦੇ ਹੋਏ ਹੋਰ ਇੱਕ ਯਾਦ ਸੀ ਜੁੜੀ, ਬਾਲਣ ਦੀ ਪੰਡ ਚੁੱਕੀ ਨਿੱਕੀ ਜਿਹੀ ਕੁੜੀ, ਛੋਟੀ ਜਿਹੀ ਬਾਂਹ ਤੇ ਸੀ ਲਿਫਾਫਾ ਟੰਗਿਆ, ਪਤਾ ਨਹੀਂ ਗਰੀਬਣੀ ਨੇ ਕਿੱਥੋਂ ਮੰਗਿਆ, ਅਸੀਂ ਕੋਲੋਂ ਲੰਘੇ ਤਾਂ ਪਿਆਰੀ ਲੱਗੀ ਸੀ, ਕੁੱਲ ਕਾਇਨਾਤ 'ਚੋਂ ਨਿਆਰੀ ਲੱਗੀ ਸੀ, ਅਸੀਂ ਗੱਡੀ ਰੋਕ ਲਈ ਸੀ ਉਸ ਵਾਸਤੇ, ਉਹਨੂੰ ਕੁਝ ਦਿਆਂਗੇ ਜੀ ਇਸ ਆਸ ਤੇ, ਪਰ ਗੱਡੀ ਦੇਖ ਰੁਕਦੀ ਉਹ ਡਰ ਗਈ ਸੀ, ਪਤਾ ਹੀ ਨਹੀਂ ਲੱਗਿਆ ਕਿੱਧਰ ਗਈ ਸੀ, ਪੰਡ ਤੇ ਲਿਫਾਫਾ ਬੱਚੀ ਸੁੱਟ ਦੌੜ ਗਈ, ਸਾਡੀਆਂ ਖੁਆਹਿਸ਼ਾਂ ਨੂੰ ਲੁੱਟ ਦੌੜ ਗਈ, ਉਹਨੂੰ ਸ਼ਾਇਦ ਲੱਗਿਆ ਇਹ ਉਹੀ ਨੇ ਬੰਦੇ ਜਿਹਦੇ ਖੇਤੋਂ ਚੁੱਕੇ ਨੇ ਮੈਂ ਸੁੱਕੇ ਜਿਹੇ ਡੰਡੇ। ਸੋ ਮੈਨੂੰ ਇਹ ਲੱਗਿਆ ਕਿ ਇਹ ਬੱਚੀ ਨੂੰ ਲੱਗਿਆ ਹੋਣਾ ਕਿ ਮੈਂ ਜਿਹੜੇ ਖੇਤਾਂ ਚੋਂ ਬਾਲਣ ਜਾਂ ਫਰੂਟ ਚੱਕ ਕੇ ਲਿਆਈ ਆ, ਇਹ ਸ਼ਾਇਦ ਉਸ ਖੇਤਾਂ ਦੇ ਮਾਲਕ ਹੋਣਗੇ, ਇਹ ਹੁਣ ਮੈਨੂੰ ਆ ਕੇ ਨਾਲੇ ਕੁੱਟਣਗੇ ਨਾਲੇ ਮੇਰਾ ਸਮਾਨ ਖੋਣਗੇ। ਬੱਚੇ ਦਾ ਇਮੈਜੀਨੇਸ਼ਨ ਹੋ ਸਕਦੀ ਹੈ। ਸੋ ਮੈਨੂੰ ਅੱਜ ਵੀ ਉਹ ਚੀਜ਼ ਦੇਖ ਕੇ ਮਤਲਬ ਕਿ ਗੂਜ਼ਬੰਪਸ ਹੋ ਜਾਂਦੇ ਆ ਕਿ ਉਹਨੂੰ ਸ਼ਾਇਦ ਲੱਗਿਆ ਉਹੀ ਨੇ ਬੰਦੇ ਜਿਹਦੇ ਖੇਤੋਂ ਚੁੱਕੇ ਨੇ ਮੈਂ ਸੁੱਕੇ ਜਿਹੇ ਡੰਡੇ, ਪੁੱਛੋ ਨਾ ਜੀ ਸੀਨੇ ਵਿੱਚ ਛੇਕ ਪੈ ਗਿਆ, ਬਾਲਣ ਲਿਫਾਫਾ ਵੇਖਦਾ ਹੀ ਰਹਿ ਗਿਆ, ਪਤਾ ਨਹੀਂ ਸੀ ਕਿੰਨੀਆਂ ਰੀਝਾਂ ਨਾਲ ਚੁੱਕਿਆ, ਹੁਣ ਮਰ ਜਾਣੀ ਨੇ ਸੀ ਰਾਹ ਤੇ ਸੁੱਟਿਆ, ਮੈਨੂੰ ਇੰਝ ਲੱਗੇ ਮੈਥੋਂ ਪਾਪ ਹੋ ਗਿਆ, ਫੇਰ ਸਰਤਾਜ ਚੁੱਪ ਚਾਪ ਹੋ ਗਿਆ। ਬਹੁਤ ਸੋਹਣਾ ਗੀਤ ਹੈ, ਬਹੁਤ ਸੋਹਣਾ। ਮੇਰਾ ਨਹੀਂ ਖਿਆਲ ਕੋਈ ਬੰਦਾ ਉਸ ਗੀਤ ਨੂੰ ਸੁਣ ਕੇ ਨਾ ਭਾਵੁਕ ਹੋਏ ਬਿਨਾਂ ਰਹਿੰਦਾ ਹੋਊਗਾ, ਅੱਖਾਂ ਨਮ ਹੋ ਜਾਂਦੀਆਂ ਹਰੇਕ ਦੀ। ਬਹੁਤ ਸੋਹਣਾ ਗੀਤ ਹੈ। ਸਰਤਾਜ ਜੀ ਤੁਸੀਂ ਆਏ ਹੋ ਇੱਥੇ, ਸਮਾਂ ਕੱਢਿਆ ਪ੍ਰੋਗਰਾਮ ਰੂਹ ਦੀਆਂ ਗੱਲਾਂ ਲਈ, ਆਪਾਂ ਸੱਚੀ ਮੁੱਚੀ ਰੂਹ ਤੋਂ ਗੱਲਾਂ ਕੀਤੀਆਂ ਨੇ, ਔਰ ਬਹੁਤ ਸਾਰੀਆਂ ਗੱਲਾਂ ਕਈ ਵਾਰੀ ਕਿਸੇ ਵਿਰਲੇ ਟਾਵੇ ਨਾਲ ਹੀ ਕੀਤੀਆਂ ਜਾ ਸਕਦੀਆਂ ਹੁੰਦੀਆਂ। ਸੋ ਬਹੁਤ ਚੰਗਾ ਲੱਗਿਆ। ਇੱਕ ਵਾਰੀ ਫਿਰ ਆਪਾਂ ਆਪਣੇ ਵੇਖਣ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਇਹਨਾਂ ਦਾ ਸ਼ੋਅ ਹੈ ਜਿਹੜਾ ਸਤਿੰਦਰ ਸਰਤਾਜ ਹੋਰਾਂ ਦਾ, ਕੋਇਨ ਐਲਿਜ਼ਬੈਥ ਥੀਏਟਰ ਦੇ ਵਿੱਚ 21 ਤਰੀਕ ਨੂੰ ਹੋਣਾ ਜੀ, ਇੱਥੇ ਵੈਨਕੂਵਰ ਦੇ ਵਿੱਚ। ਪਰਿਵਾਰਾਂ ਸਮੇਤ ਆਓ ਤੁਸੀਂ, ਕਿਉਂਕਿ ਇਹਨਾਂ ਦਾ ਸ਼ੋਅ ਆ ਜਿਹੜਾ ਹਮੇਸ਼ਾ ਪਰਿਵਾਰਕ ਹੁੰਦਾ ਹੈ, ਅਤੇ ਬੈਠੇ ਬੈਠੇ ਤੁਹਾਨੂੰ ਉੱਥੇ ਦੇਖਿਓ ਤੁਸੀਂ, ਨਚਾ ਦੇਣਗੇ ਇੱਕ ਕਿਸਮ ਦੇ ਨਾਲ। ਮੇਰਾ ਖਿਆਲ ਹੈ ਵੀ ਜਿੰਨੇ ਵੀ ਤੁਹਾਡੇ ਇੱਥੇ ਸ਼ੋਅਜ਼ ਹੋਏ ਨੇ, ਲੋਕ ਪਰਿਵਾਰਾਂ ਦੇ ਨਾਲ ਪਹਿਲਾਂ ਹੀ ਆਪਣੀਆਂ ਟਿਕਟਾਂ ਨੇ ਜਿਹੜੀਆਂ ਉਹ ਰਾਖਵੀਆਂ ਕਰ ਲੈਂਦੇ ਆ, ਸਾਰੇ ਫਰੰਟ ਤੇ ਬੈਠਣਾ ਚਾਹੁੰਦੇ ਹੁੰਦੇ ਆ ਨਾ। ਹਾਂ ਨਹੀਂ, ਮੈਨੂੰ ਬੜਾ ਫਖਰ ਹੈ ਜੀ ਕੈਨੇਡੀਅਨ ਪੰਜਾਬੀ ਹੈ, ਅਤੇ ਮੈਂ ਦੁਨੀਆ, ਜਦੋਂ ਮੈਂ ਕਿਹਾ ਨਾ ਕਿ ਗੀਤਾਂ ਮੇਰਿਆਂ ਨੂੰ ਤੁਸੀਂ ਨਾਲ ਨਾਲ ਗਾਇਆ, ਸਦਾ ਨਾਜ਼ ਨਾਲ ਦੱਸੀ ਦਾ ਜਹਾਨ ਨੂੰ। ਹਾਂ, ਸੋ ਮੈਂ ਹਮੇਸ਼ਾ ਫਖਰ ਨਾਲ, ਚਾਹੇ ਮੈਂ ਵਿਲਾਇਤ ਹੋਵਾਂ, ਚਾਹੇ ਆਸਟ੍ਰੇਲੀਆ ਹੋਵਾਂ, ਚਾਹੇ ਕਿਤੇ ਹੋਵਾਂ, ਮੈਂ ਇਹ ਜ਼ਰੂਰ ਦੱਸਦਾ ਕਿ ਕੈਨੇਡੀਅਨ ਪੰਜਾਬੀਆਂ ਨੇ ਮੈਨੂੰ ਸਰਤਾਜ ਬਣਾਇਆ, ਅਤੇ ਮੈਂ ਉਹਨਾਂ ਦਾ ਹਮੇਸ਼ਾ ਕਰਜ਼ਦਾਰ ਹਾਂ। ਅਤੇ ਮੈਨੂੰ ਇਹ ਲੱਗਦਾ ਕਿ 27 ਮਿੰਟਾਂ ਦੇ ਵਿੱਚ ਸੋਲਡ ਆਊਟ ਸ਼ੋਅ ਸਿਰਫ ਸਰੀ 'ਚ ਹੀ ਹੋਇਆ ਸੀ। ਮੈਨੂੰ ਅੱਜ ਵੀ ਯਾਦ ਆ 2009 ਦਾ ਕਿ 3 ਸ਼ੋਅ ਲਗਾਤਾਰ ਕੀਤੇ ਸੀ ਅਸੀਂ, ਫਰਾਈਡੇ, ਸੈਚਰਡੇ, ਸੰਡੇ ਸੋਲਡ ਆਊਟ, ਅਤੇ ਤਿੰਨੋਂ ਸ਼ੋਅ ਇੱਦਾਂ ਵੇਖਦੇ ਸੀ, ਲੁੱਕ ਧੁੱਪ ਪਏ, ਮਤਲਬ ਕਿ ਲਾਈਨਾਂ ਲਾ ਕੇ ਟਿਕਟਸ ਲੈਂਦੇ ਸੀ। ਸੋ ਇਹਨਾਂ ਚੀਜ਼ਾਂ ਦਾ ਕਰਜ਼ ਤੁਸੀਂ ਕਿਵੇਂ ਚੁਕਾ ਸਕਦੇ ਹੋ? ਮੇਰੇ ਹੋ, ਪਿਆਰੇ ਹੋ, ਸਰੋਤੇ ਹੋ, ਮੈਂ ਕਿਵੇਂ ਤੁਹਾਡਾ ਦੇਣ ਦੇਵਾਂ, ਸਜਦਾ ਕਰਾਂ? ਕੋਈ ਗੁਸਤਾਖੀ ਤੁਹਾਡੀ ਸ਼ਾਨ 'ਚ ਨਾ ਹੋ ਜਾਵੇ, ਮੈਥੋਂ ਸਦਾ ਇਸੇ ਗੱਲ ਤੋਂ ਡਰਾਂ। ਤਖ਼ਤ ਬਣਾਇਆ ਇੱਥੇ ਤੁਸੀਂ ਹੀ ਬਿਠਾਇਆ, ਤੁਹਾਡੇ ਪਿਆਰ ਦਾ ਸਰੂਰ ਹੋ ਗਿਆ, ਮਸਲੇ ਉਠਾਈਏ ਨਾ ਕਿ ਅਸਲੇ ਉਠਾਈਏ, ਲੋਕੀ ਕਹਿਣ ਨਾ ਗਰੂਰ ਹੋ ਗਿਆ। ਇਕੀ ਤਰੀਕ ਨੂੰ ਕੋਈ ਨਜ਼ਰ ਵਿੱਚ ਅਸੀਂ ਤੁਹਾਡਾ, ਤੁਹਾਡੀਆਂ ਬਰੂਹਾਂ 'ਤੇ ਦਸਤਕ ਦਿੱਤੀ ਹੈ, ਔਰ ਸਜ਼ਿੰਦਿਆਂ ਦੇ ਨਾਲ, ਨਵੇਂ ਅਫਸਾਨਿਆਂ ਦੇ ਨਾਲ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਏ ਹਾਂ, ਤੁਹਾਡੇ ਸਦਕੇ ਬਹੁਤ ਸਾਰਾ ਨਵਾਂ ਮਟੀਰੀਅਲ ਵੀ ਲੈ ਕੇ ਆਏ ਹੋਵੋਗੇ। ਹਾਂਜੀ ਹਾਂਜੀ ਹਾਂਜੀ, ਉਹ ਤੁਸੀਂ ਹਮੇਸ਼ਾ ਹੀ ਲੈ ਕੇ ਆਉਂਦੇ ਹੋ। ਹਾਂਜੀ, ਹੁੰਦਾ ਹੀ ਆ, ਬਸ ਗਾਉਣ ਦਾ ਮੌਕਾ ਘੱਟ ਮਿਲਦਾ, ਕਈ ਵਾਰੀ ਫਰਮਾਇਸ਼ਾਂ ਜ਼ਿਆਦਾ ਹੋ ਜਾਂਦੀਆਂ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਹਾਡਾ ਇੰਟਰਟੇਨਮੈਂਟ ਸਾਡਾ ਪਹਿਲੀ ਪ੍ਰਾਇੋਰਿਟੀ ਹੈ, ਪਰ ਜੇ ਤੁਸੀਂ ਮੈਨੂੰ ਥੋੜੀ ਜਿਹੀ ਖੁੱਲ ਦੋਗੇ ਤੇ ਮੈਂ ਮਰਜ਼ੀ ਦੀਆਂ ਚੀਜ਼ਾਂ ਵੀ ਸੁਣਾ ਸਕਦਾ, ਅਨਰਿਕਾਰਡਡ ਵੀ ਸੁਣਾ ਸਕਦਾ। ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਆਏ ਹੋ ਸਮਾਂ ਕੱਢਿਆ, ਤੇ ਸ਼ੋਭੇ ਸ਼ਾਮਾ ਸ਼ੋ ਵਾਸਤੇ, ਥੈਂਕ ਯੂ। ਇਹ ਸੀ ਜੀ ਅੱਜ ਦਾ ਪ੍ਰੋਗਰਾਮ ਰੂਹ ਦੀਆਂ ਗੱਲਾਂ। ਅਗਲੇ ਹਫਤੇ ਇੱਕ ਵਾਰੀ ਫੇਰ ਤੁਹਾਡੇ ਵਾਸਤੇ ਇਹੀ ਪ੍ਰੋਗਰਾਮ ਲੈ ਕੇ ਮੈਂ ਹਾਜ਼ਰ ਹੋਵਾਂਗੀ, ਉਦੋਂ ਤੱਕ ਸਤਿ ਸ਼੍ਰੀ ਅਕਾਲ।